ਪਹਿਲੀ ਤਾਂ ਗੱਲ, ਮੈਂ ਕੋਈ ਲੈਕਚਰ ਦੇ ਕੇ ਬੋਰ ਕਰਨ ਨਹੀਂ ਆਇਆ ਤੁਹਾਨੂੰ। ਆਮ ਹੇਅਰ ਟੂ ਡਿਸਕਸ ਸਮ ਇੰਪੋਰਟੈਂਟ ਟਿਪਸ, ਨੋਟ ਓਨਲੀ ਫੋਰ ਸਿਵਲ ਸਰਵਿਸਿਸ, ਫੋਰ ਯੋਰ ਸਕਸੈਸ ਇਨ ਲਾਈਫ। How we can we get success? This is the main purpose of my talk today. And this is two-way communication. I believe in two-way communication. I'll not give just a lecture ki main bhul jaawa tusi mobile te whatsapp te oh yaar kithe phas gaye hatda hi nahi hai tu। ਐਸਾ ਕੁਛ ਨਹੀਂ। ਆਈ ਡੋਂਟ ਵਾਂਟ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ। ਆਈ ਹੋਪ ਕਿ ਤੁਸੀਂ ਮੋਬਾਈਲ ਬੰਦ ਹੀ ਕਰਤੇ ਹੋਣੇ ਸਭ ਨੇ। ਮੈਂ ਕਰ ਲਾਂ ਆਪਣਾ ਮੋਬਾਈਲ ਬੰਦ, ਆਈ ਵੀ ਡਿਸਟਰਬ ਹੋਊਂਗਾ। ਫਸਟ ਆਫ ਆਲ ਵਨ ਕੁਸ਼ਚਨ, ਗੱਡੀ 'ਚੋਂ ਕਿਤਾਬਾਂ ਪਈਆਂ ਨੇ ਬੱਚਿਆਂ ਨੇ, ਉਹ ਚੱਕ ਲਓ। ਜਸਟ ਵਨ ਕੁਸ਼ਚਨ, How many of you, honestly tell me, ਕਿੰਨੇ ਸਟੂਡੈਂਟ ਨੇ ਜਿਨ੍ਹਾਂ ਨੇ ਆਪਣਾ ਏਮ, ਡਰੀਮ, ਓਬਜੈਕਟਿਵ ਆਫ ਲਾਈਫ ਲਿਖਿਆ ਹੋਇਆ ਡਾਇਰੀ ਦੇ ਵਿੱਚ? ਜਸਟ ਟੂ, ਵੈਰੀ ਗੁੱਡ। ਵਟਸ ਯੋਰ ਨੇਮ? ਯੋਰ ਤੁਸੀਂ ਦੋਨਾਂ ਨੇ ਕਦੋਂ ਲਿਖਿਆ ਸੀ? ਟੈਂਥ। ਵੈਰੀ ਗੁੱਡ। ਨਾਓ ਟਵਾਨਾ ਸਾਹਿਬ, ਵਨ ਆਫ ਦਾ ਮੋਸਟ ਇੰਪੋਰਟੈਂਟ ਸਰਵੇ ਇਨ ਦਿਸ ਯੂਨੀਵਰਸਿਟੀ, 1000 ਸਟੂਡੈਂਟਸ ਆਫ ਦਿਸ ਯੂਨੀਵਰਸਿਟੀ ਆਸਕਡ ਦਿ ਸੇਮ ਕੁਸ਼ਚਨ, ਐਂਡ ਓਨਲੀ 1.5% 1.5% ਸਟੂਡੈਂਟਸ ਨੇ ਕਿਹਾ ਕਿ ਵੀ ਹੈਵ ਰਿਟਨ ਆਰ ਏਮ ਬਟ ਵੀ ਵਾਂਟ ਟੂ ਵੀ ਇਨ ਆਵਰ ਲਾਈਫ, ਐਂਡ 14% ਤੁਹਾਡੇ 'ਚ ਵੀ ਹੋਣਗੇ ਅਮੰਗ 14% ਕਹਿੰਦੇ ਅਸੀਂ ਸੋਚਿਆ ਜੀ ਅਸੀਂ ਕੀ ਬਣਨਾ। ਇਟ ਮੀਨਸ 84% ਆਫ ਦਾ ਸਟੂਡੈਂਟਸ ਆਫ ਦਿਸ ਯੂਨੀਵਰਸਿਟੀ ਦੇ ਆਰ ਏਮਲੈਸ। ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਪਹੁੰਚਣਾ ਕਿੱਥੇ ਹੈ। ਜੇ ਆਪਾਂ ਇਹ ਗੱਲ ਰੱਖੀਏ ਨਾ, ਮਤਲਬ ਉਹ ਇਹ ਕਹਿੰਦੇ ਨੇ ਕਿ ਸਾਨੂੰ ਇਹ ਨਹੀਂ ਪਤਾ ਅਸੀਂ ਕਿੱਥੇ ਜਾਣਾ। ਕਲਾਸਾਂ ਲਾ ਰਹੇ ਨੇ, ਆ ਰਹੇ ਨੇ, ਲੇਕਿਨ ਉਹ ਇਹ ਨਹੀਂ ਸਮਝ ਰਹੇ ਕਿ ਅਸੀਂ ਕਿਸ ਡਾਇਰੈਕਸ਼ਨ 'ਚ ਜਾ ਰਹੇ ਹਾਂ। ਅਸੀਂ ਬਹੁਤ ਵਾਰ, ਸਾਨੂੰ ਨਾ ਜ਼ਰੂਰਤ ਹੁੰਦੀ ਹੈ ਇੰਟਰੋਸਪੈਕਸ਼ਨ ਦੀ। ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ, ਤੁਸੀਂ ਕਦੇ ਬੈਠ ਕੇ ਸੋਚੋ ਕਿ ਵਟ ਯੂ ਵਾਂਟ ਟੂ ਬੀ। ਹੈਰਾਨੀ ਹੋਊ ਸਾਨੂੰ ਕਿ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਇਹ ਕਿ ਇਹ ਸਾਡਾ ਏਮ ਹੈ। ਇਹੀ ਰੀਜ਼ਨ ਹੈ ਹੁਣ ਜਦੋਂ ਸਾਡੇ ਸੈਂਟਰ 'ਚ ਸਟੂਡੈਂਟਸ ਆਉਂਦੇ ਨੇ ਨਾ, ਉਹ 'ਚ ਬਹੁਤ ਸਾਰੇ ਸਟੂਡੈਂਟਸ ਨੇ MBS ਕੀਤੀ ਹੁੰਦੀ ਹੈ, BDS ਕੀਤੀ ਹੁੰਦੀ ਹੈ, MBA ਕੀਤੀ ਹੁੰਦੀ ਹੈ। ਕਰਨਾ ਕੀ ਚਾਹੁੰਦੇ ਨੇ? ਸਿਵਲ ਸਰਵਿਸਿਸ। ਅਸੀਂ ਉਹਨਾਂ ਨੂੰ ਕਹਿੰਦੇ ਜੇ ਸਿਵਲ ਸਰਵਿਸ ਕਰਨੀ ਸੀ ਤਾਂ ਤੁਹਾਡੇ ਵਾਂਗ ਹੁੰਦੇ। ਬੇਸਿਕਲੀ ਯੋਰ ਏਮ ਸ਼ੁੱਡ ਬੀ ਕਿ ਆਈ ਵਿਲ ਬੀ IAS ਔਫਿਸਰ ਔਰ PCS ਔਫਿਸਰ ਔਰ ਆਈ ਵਿਲ ਬੀ ਸਿਵਲ ਸਰਵੈਂਟ। ਤਾਂ ਪ੍ਰੋਬਲਮ ਕੀ ਹੋ ਰਹੀ ਹੈ ਜਿੱਥੋਂ ਮੈਂ ਤੁਹਾਡੇ ਨਾਲ ਗੱਲ ਸ਼ੁਰੂ ਕਰਨੀ ਹੈ? ਪਹਿਲਾਂ ਤਾਂ ਇਹ ਦੋਨੇ ਬੱਚਿਆਂ ਨੇ ਘੱਟੋ ਘੱਟ ਆਪਣਾ ਏਮ ਤਾਂ ਬਣਾਇਆ। ਆਓ ਵੀ ਇੱਧਰ, ਸ਼ਾਬਾਸ਼, ਕਮ ਆਜੋ ਆਜ। ਗੁੱਡ, ਸ਼ਾਬਾਸ਼।
Yes. ਜਿਹੜੇ ਇਹਨਾਂ ਨੂੰ ਪੁੱਛਿਆ ਨਾ ਜਦੋਂ ਜਿਹੜੇ 1000 ਨੂੰ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਨੇ ਕਰਨਾ ਕੀ ਹੈ ਅਲਟੀਮੇਟਲੀ ਉਹ ਚਾਹੁੰਦੇ ਤਾਂ ਹੀ ਨੇ ਤੁਸੀਂ ਵੀ ਐਵਰੀਬਾਡੀ ਵਾਂਟਸ ਕਿ ਮੈਂ ਤੁਹਾਨੂੰ ਪੁੱਛਿਆ ਤੂੰ ਸਕਸੈਸ ਹੋਣਾ ਤੁਹਾਡਾ ਡ੍ਰੀਮ ਕੀ ਹੈ ਕਿਉਂਕਿ ਆਲਵੇਸ ਆਈ ਵਾਂਟ ਟੂ ਬੀ ਸਕਸੈਸਫੁਲ ਪਰਸਨ ਐਵਰੀਬਾਡੀ ਵਾਂਟ ਟੂ ਬੀ ਸਕਸੈਸਫੁਲ ਪਰਸਨ ਨੋਟ ਯੂ ਓਨਲੀ ਐਵਰੀਬਾਡੀ ਅਤੇ ਸਕਸੈਸਫੁਲ ਕੀ ਹੁੰਦਾ Anybody can tell me what is the definition of successful person? Je aap kahiye kaun hai successful? Sir, to be contented by what you do. Apne aap to santushti jo tusi life ch kita. Very good. This is one of the good definition. Ke tusi apne aap santusht ho. Koi non law bhi keda banda santusht lagda tanu? Banda, even including our teachers, we are here, four or five teachers in this hall. Tin cheezan karke banda janda hai. Ja ode andar hundiyan ne je duniya ch rehna chahunda hai. Kehdiyan? Daulat, shohrat aur power. Name, fame, wealth, popularity and power. ਔਰ ਕਮਾਲ ਦੀ ਗੱਲ ਹੈ ਤਿੰਨੇ ਸਕੀਆਂ ਭੈਣਾਂ ਨੇ ਇਹ ਇੱਕ ਆਉਂਦੀ ਹੈ ਅਤੇ ਨਾਲ ਬਾਕੀ ਆ ਜਾਂਦੀਆਂ ਨੇ ਪਟਿਆਲੇ ਦਾ ਇੱਕ ਮੁੰਡਾ ਬਾਈ ਪੀ ਐੱਸ 'ਚ ਪੜ੍ਹਦਾ ਕ੍ਰਿਕਟ ਖੇਡਣ ਲੱਗ ਗਿਆ ਕ੍ਰਿਕਟ ਖੇਡਦਾ ਖੜ੍ਹਦਾ ਇੰਡੀਆ ਦੀ ਟੀਮ 'ਚ ਆ ਗਿਆ ਪਾਪੂਲਰ ਹੋ ਗਿਆ ਜੋ ਪਾਪੂਲਰ ਹੋਇਆ ਕਮੈਂਟੇਟਰ ਬਣ ਗਿਆ ਕਮੈਂਟੇਟਰ ਬਣਿਆ ਫਿਰ ਉਹ ਚੁਟਕਲੇ ਵਾਲੇ ਪ੍ਰੋਗਰਾਮ 'ਚ ਬਿਨਾਂ ਚੁਟਕਲਿਆਂ ਦੇ ਹੱਸਣ ਲੱਗ ਗਿਆ ਹੋਰ ਪਾਪੂਲਰ ਹੋ ਗਿਆ ਐਮ ਪੀ ਬਣ ਗਿਆ ਇੱਕ ਵਾਰੀ ਨਹੀਂ ਦੋ ਵਾਰੀ ਤਿੰਨ ਵਾਰੀ ਐਮ ਪੀ ਬਣਿਆ ਪਾਪੂਲੈਰਿਟੀ ਵੀ ਆ ਗਈ ਪੈਸਾ ਵੀ ਆ ਗਿਆ ਪਾਵਰ ਵੀ ਆ ਗਈ ਨਾ ਇਹ ਤਿੰਨੇ ਚੀਜ਼ਾਂ ਇਕੱਠੀਆਂ ਨੇ ਮੁਕੇਸ਼ ਅੰਬਾਨੀ ਕੋਲ ਪੈਸਾ ਪਾਵਰ ਵੀ ਹੈ ਕੇਜਰੀਵਾਲ ਕਹਿ ਰਿਹਾ ਕਿ ਮੋਦੀ ਔਰ ਇਹਦੀ ਜੇਬ 'ਚ ਨੇ ਹੈ ਤਾਂ ਉਹਦੀ ਜੇਬ 'ਚ ਪੈਸਾ ਹੀ ਜਿਹਦੇ ਕੋਲ ਇੱਕ ਚੀਜ਼ ਹੈ ਇਹ ਤਿੰਨਾਂ 'ਚੋਂ ਬਾਕੀ ਆ ਜਾਂਦੇ ਨੇ ਅਤੇ ਦੁਨੀਆ 'ਚ ਬੰਦਾ ਜਿਹੜਾ ਦੁਨਿਆਵੀ ਹੈ ਉਹ ਸਿਰਫ ਇਸ ਕਰਕੇ ਆਉਂਦਾ ਹੁਣ ਪ੍ਰੋਬਲਮ ਕੀ ਹੈ ਕਿ ਸਾਨੂੰ ਜੇ ਪਤਾ ਹੀ ਨਹੀਂ ਵੀ ਅਸੀਂ ਕੀ ਕਰਨਾ ਅਸੀਂ ਦੌਲਤ ਅਸੀਂ ਪਾਵਰ ਅਸੀਂ ਪਾਪੂਲੈਰਿਟੀ ਵਟ ਵੀ ਵਾਂਟ ਵਟ ਇਜ਼ ਆਰ ਡ੍ਰੀਮ ਦਿਸ ਇਜ਼ ਗੇਮ ਆਫ ਡ੍ਰੀਮ ਵਨ ਸ਼ੁੱਡ ਅ ਬਿਗ ਡ੍ਰੀਮਰ ਸੁਪਨੇ ਸਾਜ਼ ਹੋਣਾ ਚਾਹੀਦਾ ਬੰਦੇ ਨੂੰ ਵੱਡੇ ਡ੍ਰੀਮ ਲਵੇ ਅਜੇ ਤਾਂ ਡ੍ਰੀਮ ਵੀ ਵੱਡੇ ਨਹੀਂ ਲੈਂਦੇ ਇਹਦੇ ਲਈ ਫਿਰ ਮੈਂ ਜਿਹੜਾ ਤੁਹਾਨੂੰ ਇੱਕ ਘੰਟੇ ਬਾਅਦ ਜੋ ਮੈਂ ਗੱਲ ਕਹਿ ਕੇ ਚੱਲਿਆ ਜੇ ਤੁਸੀਂ ਯਕੀਨ ਮੰਨੋ ਆਫਟਰ 1.5 ਆਵਰ ਜੇ ਥੋੜ੍ਹਾ ਜਿਹਾ ਵੀ ਤੁਸੀਂ ਇਸ ਨੂੰ ਧਿਆਨ ਦਿੱਤਾ ਯੂ ਵਿਲ ਬੀ ਅ ਚੇਂਜ ਪਰਸਨ ਬਿਲਕੁਲ ਗਰੰਟੀ ਹੈ ਉਸ ਤਰ੍ਹਾਂ ਦੀ ਗਰੰਟੀ ਪਤਾ ਨਹੀਂ ਮੇਰੇ ਡਾਕਟਰ ਟਵਾਣਾ ਨਾਲ ਗੱਲ ਹੋਈ ਇਹਨਾਂ ਨਾਲ ਕਿ ਇੱਕ ਵਾਰੀ ਮੈਨੂੰ ਜੇ ਤੁਸੀਂ ਸਮਝਦੇ ਇੱਕ ਆਡਿਟ ਦਾ ਇੱਕ ਲੈਟਰ ਆਇਆ ਮੈਨੂੰ ਉਹ ਮੈਨੂੰ ਕਹਿੰਦੇ ਨੇ ਤੁਸੀਂ IAS ਕਿੰਨੇ ਬਣਾਏ ਪਿਛਲੇ ਸਾਲ ਮੈਂ ਉਹਨੂੰ ਕਿਹਾ ਜੀ ਤੁਸੀਂ ਆ ਜਾਓ ਮੇਰੇ ਕੋਲ ਬੈਠ ਕੇ ਚਾਹ ਪੀਓ ਅਤੇ ਨਾਲ ਆਇਲ ਟੈਲ ਯੂ ਵੀ ਕਿੰਨੇ ਬਣਾਏ ਜਦੋਂ ਆ ਗਏ ਮੈਂ ਕਿਹਾ 4 ਮਹੀਨੇ ਦਾ ਕੋਰਸ ਆ ਸਾਡਾ 20,000 ਰੁਪਏ ਦਾ 4 ਮਹੀਨੇ 'ਚ ਕੋਈ ਵੀ MA 2 ਹਿਸਟਰੀ ਦੇ ਟੀਚਰ ਬੈਠੇ ਨੇ ਹਿਸਟਰੀ ਦੀ MA ਨਹੀਂ 4 ਮਹੀਨੇ 'ਚ ਹੁੰਦੀ ਤੁਸੀਂ IAS ਚਾਹੁੰਦੇ ਉਹ ਕਹਿੰਦੇ ਫਿਰ ਮੈਂ ਕਿਹਾ ਵੀ ਇੱਕ ਗੱਲ ਮੈਂ ਕਰਦਾ ਕਿ ਮੈਂ ਇੱਕ ਟ੍ਰੇਨ ਚਲਾਈ ਹੈ ਦਿੱਲੀ ਨੂੰ ਜਿਹਦੇ 'ਚੋਂ ਜੈਤੋਂ ਤੋਂ ਫਾਜ਼ਿਲਕਾ ਤੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਦੂਰੋਂ ਦੂਰੋਂ ਲੋਕ ਬੈਠਦੇ ਨੇ ਔਰ ਮੈਂ ਇੱਕ ਗਰੰਟੀ ਕਰਦਾ ਕਿ ਉਹ ਕਿਤੇ ਨਾ ਕਿਤੇ ਜ਼ਰੂਰ ਪਹੁੰਚਣਗੇ ਕੋਈ ਮਾਨਸਾ ਉਤਰ ਜੂ ਕੋਈ ਪਟਿਆਲੇ ਉਤਰ ਜੂ ਕੋਈ ਜਲੰਧਰ ਉਤਰ ਜੂ ਇੱਕ ਅੱਧਾ ਚੰਡੀਗੜ੍ਹ ਵੀ ਚਲੇ ਜਾਓ ਇੱਕ ਅੱਧਾ ਦਿੱਲੀ ਵੀ ਪਹੁੰਚ ਜੂ ਉਹਨਾਂ ਨੂੰ ਇਹ ਗੱਲ ਮੈਨੂੰ ਲੱਗਿਆ ਸਮਝ ਨਹੀਂ ਆਈ ਮੈਂ ਕਿਹਾ ਕੋਈ ਕਲਰਕ ਬਣ ਜੂ ਕੋਈ PO ਬਣ ਜੂ ਕੋਈ BDO ਬਣ ਜੂ ਕੋਈ ਤਹਿਸੀਲਦਾਰ ਇੱਕ ਅੱਧਾ ਚੰਡੀਗੜ੍ਹ ਪਹੁੰਚ ਜੂ PCS ਵੀ ਕਰ ਜੂ ਕੋਈ ਇੱਕ ਅੱਧਾ ਦਿੱਲੀ ਵੀ ਪਹੁੰਚ ਜੂ ਲੇਕਿਨ ਗਰੰਟੀ ਹੈ ਕਿਤੇ ਨਾ ਕਿਤੇ ਜ਼ਰੂਰ ਪਹੁੰਚੂ ਕਿਉਂਕਿ ਟ੍ਰੇਨ 'ਚ ਬੈਠ ਗਿਆ
ਔਰ ਮੈਂ ਤੁਹਾਨੂੰ ਇਹ ਗਰੰਟੀ ਦਿੰਦਾ ਕਿ ਜੇ ਤੁਸੀਂ ਇਹ ਦੋ ਤਿੰਨ ਮੰਤਰ ਜਿਹਦੀ ਮੈਂ ਜ਼ਿਕਰ ਕਰ ਰਿਹਾ ਇਹ ਲੈ ਲਏ ਤੁਸੀਂ ਇਹ ਮੰਤਰ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਪਹੁੰਚਾਉਣਗੇ ਇਹ ਮੇਰੀ ਗਰੰਟੀ ਹੈ ਤੁਹਾਨੂੰ ਪਹਿਲੇ ਹੀ ਸ਼ੁਰੂ 'ਚ ਵਟ ਇਜ਼ ਦਾ ਮੰਤਰ ਮਾਈ ਨਿਊ ਬੁੱਕ 70 ਸਕਸੈਸ ਫੋਰ ਮੰਤਰ ਪੰਜਾਬੀ ਵਿੱਚ ਸਫਲਤਾ ਦੇ ਸੂਤਰ 70 ਵਿਚ ਆਰ ਦੀ ਡੀਜ਼ ਡਰੀਮ ਡਿਜ਼ਾਇਰ ਡਾਇਰੈਕਸ਼ਨ ਡੈਡੀਕੇਸ਼ਨ ਡਿਟਰਮੀਨੇਸ਼ਨ ਡਿਸਿਪਲਿਨ ਡੈਡਲਾਈਨ ਬੋਲਿਓ ਜ਼ਰਾ ਦੇਖੋ ਮੈਨੂੰ ਐਂ ਲੱਗਦਾ ਅੱਧੇ ਘੰਟੇ ਤਾਂ ਬੋਲੇ ਨੇ ਅੱਧੇ ਮੇਰੇ ਵਾਂਗੂ ਜਿਵੇਂ ਜਲ ਗੱਲ ਪੂਰੀ ਨਹੀਂ ਆਉਂਦੀ ਬਸ ਜਾਇਆ ਕਰੀ ਜਾਂਦੇ ਹੁੰਦੇ ਐਂ ਜੇ ਲੱਗਿਆ ਜਿਹੜੇ ਮੇਰੇ ਵਰਗੇ ਬੈਠੇ ਨੇ ਉਹਨਾਂ ਲਈ ਇੱਕ ਹੋਰ ਮੰਤਰ ਆ ਬੜਾ ਛੋਟਾ ਉਹ ਹੈ AAA ਦਾ ਅੰਬੀਸ਼ਨ ਐਟੀਟਿਊਡ ਐਕਸ਼ਨ ਇਹ ਤਾਂ ਯਾਦ ਆ ਜੂ ਬੋਲਿਓ ਜ਼ਰਾ ਦਿਸ ਇਜ਼ ਦਾ ਅਗੇਨ ਅੰਬੀਸ਼ਨ ਇਜ਼ ਡਰੀਮ ਵਨ ਸ਼ੁੱਡ ਹੈਵ ਅੰਬੀਸ਼ਨ ਵਨ ਸ਼ੁੱਡ ਹੈਵ ਡਰੀਮ ਵੀ ਸ਼ੁੱਡ ਨੋ ਵੇਅਰ ਵੀ ਵਾਂਟ ਟੂ ਗੋ ਵੇਅਰ ਇਜ਼ ਆਰ ਗੋਲ ਵੀ ਵਾਂਟ ਕਿ ਦਿਸ ਇਜ਼ ਮਾਈ ਟਾਰਗੇਟ ਫਿਰ ਅਸੀਂ ਉੱਥੇ ਪਹੁੰਚਾਂਗੇ ਜੇ ਸਾਨੂੰ ਆਪਣੇ ਟਾਰਗੇਟ ਦਾ ਹੀ ਨਹੀਂ ਪਤਾ ਗੋਲ ਦਾ ਹੀ ਨਹੀਂ ਪਤਾ ਫਿਰ ਬੜੀ ਪ੍ਰੋਬਲਮ ਹੈ ਹੁਣ ਇਹ ਦੋਨੇ ਚੀਜ਼ਾਂ ਨੂੰ ਪਹਿਲੀ ਡੀ 'ਤੇ ਮੈਂ ਅੱਜ ਦਾ ਲੈਕਚਰ ਵੈਸੇ ਬਾਕੀ ਤਾਂ ਕਰਾਂਗੇ ਗੱਲ ਲੇਕਿਨ ਜ਼ਿਆਦਾ ਜ਼ੋਰ ਤੁਹਾਨੂੰ ਪਹਿਲੀ ਡੀ ਦਾ ਔਰ ਸੈਕਿੰਡ ਡੀ ਦਾ ਫਸਟ ਡੀ ਇਜ਼ ਡਰੀਮ ਡਰੀਮ ਮੀਨਸ ਓਬਜੈਕਟਿਵ ਏਮ ਬਟ ਜਦੋਂ ਤੁਸੀਂ ਡਰੀਮ ਲੈ ਲਿਆ ਇੱਕ ਖਿਆਲ ਰੱਖੋ ਡਰੀਮ ਬਿਲਕੁਲ ਡਿਫਰੈਂਟ ਆ ਡੈਫੀਨੇਸ਼ਨ ਵੀ ਹੈਵ ਕੁਆਇਟ ਡਿਫਰੈਂਟ ਡੈਫੀਨੇਸ਼ਨ ਆਫ ਡਰੀਮ ਵੀ ਡੋਂਟ ਸੁਜੈਸਟ ਯੂ ਡਰੀਮ ਦਾ ਸ਼ੇਖ ਚਿਲ ਇਜ਼ ਡਰੀਮ ਉਹ ਡਰੀਮ ਨਹੀਂ ਜਿਹੜੇ ਅਸੀਂ ਸੁੱਤੇ ਪੈ ਲੈਂਦੇ ਹਾਂ ਉਹ ਡਰੀਮ ਜਿਹੜੇ ਤੁਹਾਨੂੰ ਸੌਣ ਨਾ ਦੇਣ ਉਹਨਾਂ ਦੀ ਗੱਲ ਕਰਨਾ ਹੈ ਉਹ ਡਰੀਮ ਜਿਹੜੇ ਤੁਹਾਨੂੰ ਡਿਜ਼ਾਇਰ ਬਣਾ ਦੇਣ ਤੁਹਾਡੀ ਡਿਜ਼ਾਇਰ ਹੁੰਦੀ ਹੈ ਇੱਛਾ ਸੋਚੋ ਅਤੇ ਡਰੀਮ ਵੱਲ ਜਦੋਂ ਡਰੀਮ ਲੈ ਲਿਆ ਉਹਨੂੰ ਡਿਜ਼ਾਇਰ 'ਚ ਤਬਦੀਲ ਕਰ ਲਓ ਸੈਕਿੰਡ ਸਟੈਪ ਇਜ਼ ਡਿਜ਼ਾਇਰ ਬਲਕਿ ਵਰਨਿੰਗ ਡਿਜ਼ਾਇਰ ਅਤੇ ਵਰਨਿੰਗ ਡਿਜ਼ਾਇਰ ਜਦੋਂ ਆ ਗਈ ਫਿਰ ਤੁਸੀਂ ਭਾਈ ਵੀਰ ਸਿੰਘ ਲਿਖਦੇ ਨੇ ਸਿੰਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ ਨਿਉਂ ਵਾਲੇ ਨੈਣਾ ਕੀ ਨਿੰਦਰ ਉਹ ਤਾਂ ਦਿਨ ਰਾਤ ਪਏ ਬਹਿੰਦੇ ਸਿੰਨੇ ਖਿੱਚ ਜਿਨ੍ਹਾਂ ਨੇ ਖਾਧੀ ਜਿਨ੍ਹਾਂ ਨੇ ਡਿਜ਼ਾਇਰ ਅਤੇ ਡਰੀਮ ਬਣਾ ਲਿਆ ਉਹ ਕਰ ਆਰਾਮ ਨਹੀਂ ਬਹਿੰਦੇ ਉਹਨਾਂ ਨੂੰ ਆਰਾਮ ਕਿੱਥੇ ਇਸ ਗੱਲ ਨੂੰ ਹੁਣ ਮੈਂ ਤੁਹਾਨੂੰ ਦੋ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਨੰਬਰ 1 ਤੁਸੀਂ ਤੁਹਾਨੂੰ ਜਦੋਂ ਕਦੇ ਗੁੱਸਾ ਆਉਂਦਾ ਜੇ ਆਪਣੇ ਕੋਈ ਫੀਲਿੰਗ ਗੁੱਸੇ ਦੀ ਹੋਵੇ ਤਾਂ ਤੁਹਾਡੀ ਬਾਡੀ 'ਚ ਕੋਈ ਫਰਕ ਆਉਂਦਾ ਜਾਂ ਦੂਜੇ ਪਾਸੇ ਲਈਏ ਜੇ ਤੁਸੀਂ ਖੁਸ਼ ਹੋਵੋ ਤੁਹਾਡੇ ਚਿਹਰੇ 'ਤੇ ਕੁਛ ਹੁੰਦਾ ਜੇ ਉਦਾਸ ਹੋਵੇ ਚਿਹਰੇ 'ਤੇ ਆ ਜਾਂਦਾ ਗਲਤ ਤਾਂ ਤੁਹਾਡੀ ਫੀਲਿੰਗ ਹੈ ਉਹ ਚਿਹਰੇ 'ਤੇ ਕਿਉਂ ਆਉਂਦੀ ਹੈ ਹਰ ਬੰਦਾ ਜਦੋਂ ਆਪਾਂ ਉੱਠਦੇ ਹਾਂ ਜਦੋਂ ਬੰਦਾ ਪੈਦਾ ਹੁੰਦਾ ਰਾਤ ਉੱਠਣ ਤੋਂ ਬਾਅਦ ਦੀ ਗੱਲ ਹੈ ਜਦੋਂ ਬੇਬੀ ਨੇ ਇਸ ਧਰਤੀ 'ਤੇ ਜਨਮ ਲੈ ਲਿਆ ਤਾਂ ਇੱਕ ਗੱਲ ਸ਼ੁਰੂ ਹੋ ਗਈ ਕਿ ਕਮਿਊਨੀਕੇਸ਼ਨ ਹੀ ਔਰ ਸ਼ੀ ਬੀਪਸ ਮਦਰ ਗਿਵ ਮੀ ਅ ਮਿਲਕ ਜਦੋਂ ਉਹਨੂੰ ਥੋੜ੍ਹਾ ਸੋਚਣਾ ਉਹਦੇ ਦਿਮਾਗ 'ਚ ਕੁਛ ਨਾ ਕੁਛ ਚੱਲਦਾ ਰਹੂਗਾ ਅਤੇ ਜੋ ਦਿਮਾਗ 'ਚ ਚੱਲਦਾ ਉਹ ਕਮਿਊਨੀਕੇਸ਼ਨ ਹੈ ਉਹ ਤੁਹਾਡੇ ਚਿਹਰੇ 'ਤੇ ਆ ਜਾਂਦਾ ਤੁਸੀਂ ਕਦੇ ਬੱਚਾ ਦੇਖਿਆ ਸਭ ਨੇ ਦੇਖਿਆ ਨਾ ਅਤੇ ਬੱਚਾ ਪਿਆਰਾ ਕਿਉਂ ਲੱਗਦਾ ਜਿਹਦਾ ਮਰਜ਼ੀ ਹੋਵੇ ਕਿਉਂਕਿ ਉਹ ਇਨੋਸੈਂਟ ਹੈ ਉਹ 'ਚ ਨੈਗੇਟਿਵਿਟੀ ਨਹੀਂ ਹੈ ਜੋ ਕੁਛ ਉਹਦੇ ਚਿਹਰੇ 'ਤੇ ਜੋ ਅੰਦਰ ਆ ਉਹੀ ਚਿਹਰੇ 'ਤੇ ਜੋ ਉਹਦੀ ਫੀਲਿੰਗ ਆ ਉਹ ਚਿਹਰੇ 'ਤੇ ਬੰਦਾ ਬੰਦੇ ਨੂੰ ਦੇਖੋ ਤੁਸੀਂ
ਜਿਉਂ ਜਿਉਂ ਵੱਡਾ ਹੁੰਦਾ ਜਾਓ ਫਿਰ ਦੇਖੋ ਤੁਸੀਂ, ਕਹਿੰਦਾ ਕੁਛ ਹੋਰ, ਬੋਲਦਾ ਕੁਛ ਹੈ, ਉਹਦੇ ਚਿਹਰੇ 'ਤੇ ਵੀ ਉਹ ਕੁਛ ਆ ਜਾਂਦਾ। ਜਰਨਲਿਜ਼ਮ ਡਿਪਾਰਟਮੈਂਟ ਦੇ ਨਾਲ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਹੈ। ਰਾਜ ਬੱਬਰ ਦੀ ਫਿਲਮ ਬਣ ਰਹੀ ਹੈ, ਇੱਕ ਦਿਨ ਉਹਦਾ ਮੇਕਅਪ ਮੈਨ ਮੇਰੇ ਕੋਲ ਆ ਗਿਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤੁਹਾਡਾ ਇੰਨਾ ਪੈਸਾ ਕਿਉਂ ਦਿੰਦੇ ਨੇ ਮੇਕਅਪ ਦਾ? ਕਹਿੰਦਾ ਸਰ ਕਿਉਂ, ਅਸੀਂ ਮੇਕਅਪ ਕਰਦੇ ਹਾਂ। ਮੈਂ ਕਿਹਾ ਲੋਕ ਇੱਥੇ ਕਿੰਨੇ ਬਿਊਟੀ ਪਾਰਲਰ ਨੇ ਇੱਥੇ ਕਰ ਲਿਆ। ਕਹਿੰਦੇ ਉਹ ਬਿਊਟੀ ਪਾਰਲਰ ਵਾਲਾ ਮੇਕਅਪ ਨਹੀਂ ਸਾਡਾ ਹੁੰਦਾ। ਮੈਂ ਕਿਵੇਂ? ਕਹਿੰਦੇ ਅਸੀਂ ਸਕ੍ਰਿਪਟ ਪੜ੍ਹਦੇ ਹਾਂ, ਸਕ੍ਰਿਪਟ ਪੜ੍ਹਨ ਤੋਂ ਬਾਅਦ ਜੋ ਫੀਲਿੰਗ ਹੁੰਦੀ ਹੈ ਉਹਦੇ ਨਾਲ ਕੀ ਚਿਹਰੇ 'ਤੇ ਤਬਦੀਲੀ ਆਉਂਦੀ ਹੈ ਬੰਦੇ ਦੀ, ਅਸੀਂ ਉਹ ਉਸ ਤਰ੍ਹਾਂ ਦਾ ਮੇਕਅਪ ਕਰਦੇ। ਜੇ ਬੰਦਾ ਨੈਗੇਟਿਵ ਹੈ, ਕੋਈ ਵਿਲਨ ਹੈ, ਉਸ ਤਰ੍ਹਾਂ ਦਾ ਮੇਕਅਪ ਕਰਕੇ ਉਹਨੂੰ ਵਿਲਨ ਅਸੀਂ ਪ੍ਰੋਜੈਕਟ ਕਰਦੇ। ਮੈਨੂੰ ਲੱਗਿਆ ਉਹਦੀ ਗੱਲ ਠੀਕ ਹੈ। ਤੁਸੀਂ ਵੀ ਦੇਖਿਆ ਉਹ ਫਿਲਮਾਂ ਦੇ ਵਿੱਚ, ਜਿਹੜਾ ਬੰਦਾ ਨੈਗੇਟਿਵ ਰੋਲ ਕਰ ਰਿਹਾ ਉਹਦਾ ਚਿਹਰਾ ਵੀ ਨੈਗੇਟਿਵ ਦਿਖਾਇਆ ਜਾਂਦਾ। ਕਿਉਂ? ਉਹਦੀ ਫੀਲਿੰਗ ਨੈਗੇਟਿਵ ਹੁੰਦੀ। ਬੱਚਾ ਕਦੇ ਨੈਗੇਟਿਵ ਨਹੀਂ ਹੁੰਦਾ, ਜੋ ਅਸੀਂ ਸੋਚਦੇ ਹਾਂ ਉਹ ਸਾਡੇ ਚਿਹਰੇ 'ਤੇ ਹੁੰਦਾ। ਇਹ ਤਾਂ ਬੜੀ ਬਹੁਤ ਸਾਇੰਟੀਫਿਕ ਗੱਲਾਂ ਨੇ। ਤੁਸੀਂ ਕਿਸੇ ਬਾਰੇ ਸੋਚਣਾ ਸ਼ੁਰੂ ਕਰ ਦਿਓ, ਜੋ ਵੀ ਸੋਚਣਾ ਸ਼ੁਰੂ ਕਰੋਗੇ ਟਰੈਵਲ ਕਰੇਗਾ। ਤੁਸੀਂ ਸੋਚਣਾ ਸ਼ੁਰੂ ਕਰ ਦਿਓ ਕਿਸੇ ਦਾ ਪੋਜ਼ਿਟਿਵ, ਉਹ 2-4-15 ਦਿਨਾਂ ਬਾਅਦ ਉਹ ਮੈਸੇਜ ਉਹਨੂੰ ਪਹੁੰਚ ਜਾਏਗਾ। ਉਹਨੂੰ ਟੈਲੀਥਰੈਪੀ ਕਰ ਲਓ, ਟੈਲੀਪੈਥੀ ਕਰ ਲਓ, ਬਟ ਯੂ ਵਾਂਟ ਟੂ ਗਿਵ ਦਾ ਨੇਮ ਆਫ ਦੈਟ ਪੈਥੀ, ਇਟਸ ਅਪ ਟੂ ਯੂ। ਬਟ ਦਿਸ ਇਜ਼ ਵੈਰੀ ਕਲੀਅਰ, ਦਿਸ ਇਜ਼ ਸਾਇੰਸ ਲਾਈਕ ਦਿਸ ਐਂਡ ਅਦਰ ਸਾਇੰਸ ਇਜ਼ ਦੇਅਰ। ਦਿਸ ਇਜ਼ ਕਾਲਡ ਲਾਅ ਆਫ ਅਟਰੈਕਸ਼ਨ। ਹਾਊ ਮੈਨੀ ਆਫ ਯੂ ਨੋ ਅਬਾਊਟ ਲਾਅ ਆਫ ਅਟਰੈਕਸ਼ਨ? ਕਿਸੇ ਨੇ ਲਾਅ ਆਫ ਅਟਰੈਕਸ਼ਨ ਵਾਲੇ ਸੁਣੇ? ਦ ਸੀਕਰੇਟ, ਵੈਰੀ ਗੁੱਡ। ਹੁਣ ਸੀਕਰੇਟ ਦੇ ਵਿੱਚ ਜਿਸਦਾ ਜ਼ਿਕਰ ਕਰ ਰਹੀ ਹੈ, ਮੈਂ ਤੁਹਾਡੀ ਸਭ ਤੁਹਾਨੂੰ ਸੁਜੈਸਟ ਕਰੂੰਗੀ, ਬੱਚਿਆਂ ਨੂੰ ਇੱਕ ਵਾਰੀ ਨਹੀਂ ਕਈ ਵਾਰੀ ਸੀਕਰੇਟ ਦਿਖਾਓ। ਸੀਕਰੇਟ ਕੀ ਹੈ? ਇਹ ਦਿਸ ਇਜ਼ ਬੇਸਡ ਔਨ ਲਾਅ ਆਫ ਅਟਰੈਕਸ਼ਨ। ਲਾਅ ਆਫ ਅਟਰੈਕਸ਼ਨ ਕੀ ਹੈ? ਲਾਅ ਆਫ ਗ੍ਰੈਵੀਟੇਸ਼ਨ ਹੁੰਦਾ ਨਾ, ਆਪਾਂ ਜਿੱਥੋਂ ਮਰਜ਼ੀ ਜੰਪ ਮਾਰੋ ਧਰਤੀ ਨੇ ਖਿੱਚ ਲੈਣਾ, ਥੱਲੇ ਹੀ ਜਾਣਾ ਨਾ। ਲਾਅ ਆਫ ਅਟਰੈਕਸ਼ਨ ਕਹਿੰਦਾ ਜੋ ਤੁਸੀਂ ਸੋਚਦੇ ਹੋ, ਜੇ ਤੁਹਾਡੀਆਂ ਥਾਟਸ ਨੇ ਜਿਹੜੀਆਂ ਉਹ ਇੱਕ ਵਾਈਬ੍ਰੇਸ਼ਨ ਕ੍ਰੀਏਟ ਕਰਦੀਆਂ ਨੇ। ਯੂ ਕ੍ਰੀਏਟ ਐਂਡ ਵਾਈਬ੍ਰੇਸ਼ਨ ਇਨ ਯੋਰ ਮਾਇੰਡ ਥਰੂ ਥਾਟਸ। ਜਿਹੜੀ ਤੁਹਾਡੀ ਵਰਨਿੰਗ ਥਾਟ ਹੁੰਦੀ ਹੈ, ਵਰਨਿੰਗ ਡਿਜ਼ਾਇਰ ਹੁੰਦੀ ਹੈ, ਜਿੰਨੀਆਂ ਉਹ ਜ਼ਿਆਦਾ ਤਰੀਕੇ ਨਾਲ ਤੁਸੀਂ ਉਸਨੂੰ ਜ਼ਿਆਦਾ ਇੰਟੈਂਸਿਟੀ ਨਾਲ ਤੁਸੀਂ ਸੋਚਦੇ ਹੋ, ਉਨੀ ਇੰਟੈਂਸਿਟੀ ਨਾਲ ਉਹ ਵਾਈਬ੍ਰੇਸ਼ਨ ਉਸੇ ਓਬਜੈਕਟ ਨੂੰ ਅਟਰੈਕਟ ਕਰਦੀਆਂ ਨੇ। ਇਸ ਨੂੰ ਲਾਅ ਆਫ ਅਟਰੈਕਸ਼ਨ ਕਹਿੰਦੇ ਨੇ। ਔਰ ਬਹੁਤ ਵਾਰ ਹੁਣ ਸਵਾਲਾਂ ਦੇ ਜਵਾਬ ਆਉਂਦੇ ਨੇ ਜਦੋਂ ਇਹੋ ਜਿਹਾ ਕੁਛ ਹੁੰਦਾ, ਉਹ ਕਹਿੰਦੇ ਯਾਰ ਕੁੜੀ ਇੰਨੀ ਸੋਹਣੀ, ਆ ਝੁੱਡੂ ਜਿਹੇ ਮੁੰਡੇ ਨਾਲ ਕਿਵੇਂ ਵਿਆਹ ਕਰਾ ਗਈ? ਉਹ ਪਤਾ ਕਿਵੇਂ ਲੱਗਦਾ ਕਿ ਉਹਦਾ ਲਾਅ ਆਫ ਅਟਰੈਕਸ਼ਨ ਇਹੋ ਜਿਹਾ? ਇਸ ਮੇਰੇ ਕੋਲ ਇੱਕ ਸਵਾਲ ਆਇਆ, ਕਹਿੰਦਾ ਜੀ ਇਹ ਬੰਦੇ ਦੇ ਸਾਰੇ ਖਿਲਾਫ ਸੀ, ਜਿੱਤ ਕਿਵੇਂ ਗਿਆ? ਇੱਕ ਬੰਦੇ ਦੇ ਕੈਨੇਡਾ ਦੇ ਰੇਡੀਓ ਦੇ ਪ੍ਰੋਗਰਾਮ 'ਚ ਕਿਸੇ ਨੇ ਪੁੱਛਿਆ, ਕਹਿੰਦੇ ਜੀ ਉਹ ਕਿਵੇਂ ਜਿੱਤ ਗਿਆ, ਅਸੀਂ ਤਾਂ ਸਾਰੇ ਖਿਲਾਫ ਸੀ। ਮੈਂ ਕਿਹਾ ਤੁਸੀਂ ਗਲਤੀ ਕੀਤੀ, ਤੁਸੀਂ ਉਹਦੇ ਖਿਲਾਫ ਬੋਲਦੇ ਰਹੇ, ਤੁਸੀਂ ਉਹਦਾ ਨਾਂ ਲੈਂਦੇ ਰਹੇ, ਉਹਨੇ ਜਿੱਤਣਾ ਹੀ ਸੀ। ਚਾਹੀਦਾ ਇਹ ਸੀ ਕਿ ਜਿਹਨੂੰ ਤੁਸੀਂ ਜਿਤਾਉਂਦੇ ਉਹਨੂੰ ਤੁਸੀਂ ਪਬਲਿਸਿਟੀ ਕਰਦੇ, ਉਹਨੂੰ ਉਹਦਾ ਨਾਂ ਜ਼ਿਆਦਾ ਲੈਂਦੇ। ਉਹਨੇ ਉਸਦਾ ਲਾਅ ਆਫ ਅਟਰੈਕਸ਼ਨ ਸਟਰੋਂਗ ਹੋ ਗਿਆ। ਤੁਸੀਂ ਜਿਸ ਨੂੰ ਚਾਹੁੰਦੇ ਹੋ, ਜਿਸ ਦੇ ਤੁਸੀਂ ਵਾਈਬ੍ਰੇਸ਼ਨ ਕ੍ਰੀਏਟ ਕਰਦੇ ਹੋ ਮਾਇੰਡ ਦੇ ਵਿੱਚ, ਉਹਨੂੰ ਅਟਰੈਕਟ ਕਰਦੇ ਹੋ। ਤਾਂ ਲਾਅ ਆਫ ਅਟਰੈਕਸ਼ਨ ਕੀ ਕਹਿੰਦਾ? ਕਿ ਜਿਹੜੀ ਚੀਜ਼ ਨੂੰ ਤੁਸੀਂ ਸੋਚੋਗੇ, ਫੀਲ ਕਰੋਗੇ, ਉਹਨੂੰ ਅਟਰੈਕਟ ਕਰੋਗੇ। ਵੈਦਰ ਇਟ ਇਜ਼ ਏ ਓਬਜੈਕਟ, ਵੈਦਰ ਇਟ ਇਜ਼ ਏ ਪੋਸਟ, ਵੈਦਰ ਇਟ ਇਜ਼ ਏ ਹਿਊਮਨ ਰਿਲੇਸ਼ਨਸ਼ਿਪ, ਕੋਈ ਨਹੀਂ ਰਿਸ਼ਤਾ ਤੁਹਾਡਾ ਕੋਈ ਹੈ, ਯੂ ਵਿਲ ਅਟਰੈਕਟ ਦੈਟ। ਤਾਂ ਡਰੀਮ ਡਿਜ਼ਾਇਰ, ਜੇ ਤੁਸੀਂ ਸੋਚ ਲਿਆ ਆਈ ਵਿਲ ਬੀ ਏ IAS ਔਫਿਸਰ, ਅਤੇ ਉਹਨੂੰ ਤੁਸੀਂ ਡਿਜ਼ਾਇਰ ਨੂੰ ਵਰਨਿੰਗ ਡਿਜ਼ਾਇਰ ਬਣਾ ਲਿਆ, ਅਤੇ ਫਿਰ ਤੁਸੀਂ ਉਸ ਪੋਸਟ ਨੂੰ ਅਟਰੈਕਟ ਕਰਨਾ ਸ਼ੁਰੂ ਕੀਤਾ, ਫਿਰ ਨੇਚਰ ਕੀ ਕਰਦੀ ਹੈ, ਉਸ ਤਰ੍ਹਾਂ ਦੇ ਹਾਲਾਤ ਪੈਦਾ ਕਰਦੀ ਹੈ। 24 ਘੰਟੇ ਜੋ ਤੁਸੀਂ ਉਸ ਵਰਸ ਹੋ, ਅਤੇ ਫਿਰ ਇੱਧਰ ਸੁਖਵੀਰ ਬਾਦਲ ਦੇ ਕਹਿਣ ਨਾਲ ਡਰੱਗ ਨਹੀਂ ਖਤਮ ਹੋਣੀ। ਡਰੱਗ ਕਿਵੇਂ ਖਤਮ ਹੋਊ ਪੰਜਾਬ 'ਚੋਂ? ਜੇ ਬੱਚਿਆਂ ਨੂੰ ਡਰੀਮ ਦੇ ਦਾਂਗੇ, ਜੇ ਬੱਚਾ ਡਰੀਮ ਲਊਗਾ, ਜੇ ਬੱਚਾ ਇੱਕ ਮੰਜ਼ਿਲ ਸੋਚ ਲੂ, ਅਤੇ 24 ਘੰਟੇ ਉਹਦੇ ਬਾਰੇ ਸੋਚੂਗਾ,
ਤੇ ਨਸ਼ੇ ਵੱਲ ਜਾਣ ਵਾਲਾ ਉਹ ਸੋਚ ਵੀ ਨਹੀਂ ਸਕਦਾ. ਦਿਸ ਇਜ਼ ਲਾਅ ਆਫ ਅਟਰੈਕਸ਼ਨ. ਡਰੀਮ ਲਾਓ, ਡਿਜ਼ਾਇਰ ਬਣਾਓ, ਉਸ ਡਿਜ਼ਾਇਰ ਨੂੰ ਬਰਨਿੰਗ ਡਿਜ਼ਾਇਰ 'ਚ ਤਬਦੀਲ ਕਰ ਲਓ. ਉਸ ਬਰਨਿੰਗ ਡਿਜ਼ਾਇਰ ਜਿਹੜੀ ਹੈ, ਜਦੋਂ ਉਸ ਨੂੰ ਤੁਹਾਡੇ ਵਾਈਬ੍ਰੇਸ਼ਨ ਕ੍ਰੀਏਟ ਹੋਏਗੀ, ਤੁਸੀਂ ਉਹਨੂੰ ਅਟਰੈਕਟ ਕਰਨਾ ਸ਼ੁਰੂ ਕਰ ਦਿਓ. ਦਿਸ ਇਜ਼ ਟੋਟਲੀ ਸਾਇੰਟੀਫਿਕ ਅਨੈਲਿਸਿਸ ਆਫ ਦਿਸ. ਵੈਸੇ ਬਹੁਤ ਐਕਸਪੈਰੀਮੈਂਟ ਹੋ ਰਹੇ ਨੇ, ਮੇਰੇ ਨਾਲ ਵੀ ਹੁਣ ਤਾਂ ਵਾਪਰ ਰਹੇ ਨੇ. ਪਿਛਲੇ 3 ਸਾਲ ਤੋਂ ਮੈਂ ਇਸ ਕਿਸਮ ਦਾ ਜਿਹੜਾ ਲੈਕਚਰ ਦੇ ਰਿਹਾ ਪੰਜਾਬ 'ਚ ਥਾਂ ਥਾਂ 'ਤੇ ਜਾ ਕੇ, ਕਿਉਂ ਮੈਨੂੰ ਲੱਗਦਾ ਕਿ ਪੰਜਾਬ ਦੇ ਬੱਚਿਆਂ ਕੋਲ ਡਰੀਮ ਨਹੀਂ ਹੈ. ਮੁੱਲਾਪੁਰ ਦਾਖੇ ਮੈਂ ਇਹੀ ਲੈਕਚਰ ਦੇ ਰਿਹਾ, ਇੱਕ ਮੁੰਡਾ ਖੜ੍ਹਾ ਹੋ ਗਿਆ, ਕਹਿੰਦਾ ਸਰ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ. ਮੈਂ ਬੋਲੋ. ਕਹਿੰਦਾ ਜੀ 1.5 ਸਾਲ ਪਹਿਲਾਂ ਮੈਂ ਤੁਹਾਡਾ ਲੈਕਚਰ ਸੁਣਿਆ ਸੀ ਮਰਿੰਡੇ. ਮੈਂ ਫਿਰ ਕਹਿੰਦਾ ਜੀ ਮੇਰੇ ਨਾਲ ਕੁੜੀ ਪੜ੍ਹਦੀ ਸੀ ਬੜੀ ਸੋਹਣੀ, ਆ ਤੁਹਾਡੇ ਦੱਸਣ ਮੁਤਾਬਕ ਮੈਂ ਉਹਦੇ ਲਾਅ ਆਫ ਅਟਰੈਕਸ਼ਨ ਲਾਤਾ. ਮੈਂ ਕਿਹਾ ਫਿਰ ਕੀ ਹੋਇਆ, ਕੁਛ ਬਣਿਆ, ਕੋਈ ਸੈਟਿੰਗ ਸੂਟਿੰਗ? ਸੈਟਿੰਗ ਛੱਡੋ ਜੀ, ਕਹਿੰਦਾ ਨਾਲ ਬੈਠਿਆ ਵਿਆਹ ਕਰਾਉਣਾ ਪੈ ਗਿਆ. ਮੈਂ ਕਿਹਾ ਦੁਖੀ ਕਿਉਂ ਹੈ ਤੂੰ? ਕਹਿੰਦਾ ਜੀ ਦੁਖੀ ਇਸ ਕਰਕੇ ਹੈ ਕਿ ਜੇ ਮੈਨੂੰ ਸੱਚਮੁੱਚ ਹੀ ਪਤਾ ਹੁੰਦਾ ਲਾਅ ਆਫ ਅਟਰੈਕਸ਼ਨ ਇਸ ਤਰ੍ਹਾਂ ਚੱਲਦਾ ਹੈ, ਤਾਂ ਮੈਂ ਕੋਈ IAS ਕੋਈ PCS ਕਿਤੇ ਲਾਉਂਦਾ. ਮੈਂ ਕਿਹਾ ਵੀ ਗੱਲ ਇਹ ਹੈ, ਤੈਨੂੰ ਹੁਣ ਪਤਾ ਲੱਗ ਗਿਆ, ਤੈਨੂੰ ਸਾਈਕਲਿੰਗ ਆ ਗਈ, ਤੈਨੂੰ ਸਕੂਟਰ, ਤੈਨੂੰ ਡਰਾਈਵਿੰਗ ਆ ਗਈ, ਤੂੰ ਹੁਣ ਤੱਕ ਮਾਰੂਤੀ ਚਲਾਈ ਹੈ, ਹੁਣ ਤੂੰ ਕੋਈ ਹੋਰ ਗੱਡੀ ਵੀ ਚਲਾ ਸਕਦਾ, ਤੈਨੂੰ ਬੇਸਿਕ ਡਰਾਈਵਿੰਗ ਆਉਣੀ ਚਾਹੀਦੀ ਹੈ, ਯੂ ਨੋ ਹਾਊ ਟੂ ਸਵਿਮ, ਉਹ ਨਹਿਰ 'ਚ ਨਹੀਂ ਤਾਂ ਸਵਿਮਿੰਗ ਪੂਲ 'ਚ ਸਵਿਮ ਕਰ ਲਵੇਗਾ, ਤੈਨੂੰ ਤਕਨੀਕ ਆ ਗਈ ਨਾ. ਮੈਂ ਫਿਰ ਤੂੰ ਹੁਣ ਲੱਗ ਜਾ, ਤੈਨੂੰ ਇਹ ਦਿਸ ਇਜ਼ ਟਕਨੀਕ, ਦਿਸ ਇਜ਼ ਲਾਅ, ਦਿਸ ਇਜ਼ ਲਾਅ. ਕਰਨ ਲਾਅ ਯੂਜ਼ ਕਿਵੇਂ ਕਰਨਾ ਕਿ ਤੁਹਾਨੂੰ ਪਤਾ ਹੋਵੇ ਕੀ ਤਾਂ ਲਾਉਣਾ? ਸਾਨੂੰ ਤਾਂ ਇਹ ਨਹੀਂ ਪਤਾ. ਜਦੋਂ ਸਾਨੂੰ ਪਤਾ ਹੀ ਨਹੀਂ, ਸਾਡਾ ਏਮ ਹੀ ਨਹੀਂ, ਅਸੀਂ ਡਿਜ਼ਾਇਰ ਹੀ ਨਹੀਂ, ਸਾਡੀ ਡਰੀਮ ਹੀ ਨਹੀਂ, ਅਸੀਂ ਸੋਚਾਂਗੇ ਕੀ? ਅੱਜ ਤੋਂ ਸ਼ੁਰੂ ਕਰੋ. ਯੂ ਵੈਨ ਯੂ ਗੈਟ ਅਪ ਅਰਲੀ ਇਨ ਦ ਮੋਰਨਿੰਗ, ਜਸਟ ਥਿੰਕ ਅਬਾਊਟ ਦੈਟ ਟੂਡੇ ਆਈ ਵਿਲ ਥਿੰਕ ਅਬਾਊਟ ਦੈਟ, ਨੋ ਅਦਰ ਥਾਟ ਇਨ ਮਾਈ ਮਾਈਂਡ, ਆਈ ਵਿਲ ਬੀ ਦਿਸ ਐਂਡ ਦਿਸ, ਐਂਡ ਯੂ ਵਿਲ ਸੀ ਕਿ ਬਾਹਰ ਨੈਗੇਟਿਵ ਥਾਟ ਤੁਹਾਡੇ ਇੱਧਰ ਉੱਧਰ ਹੋ ਜੂਗੀ, ਐਂਡ ਯੂ ਵਿਲ ਏ ਸਕਸੈਸਫੁਲ ਪਰਸਨ, ਐਂਡ ਟਰਾਈ ਟੂ ਡੂ ਦਿਸ. ਇਹ 'ਚ ਕਿਹੜਾ ਕਿਸੇ ਜੋੜ ਲਓਗੇ? 2-4 ਦਿਨ ਕਰਕੇ ਦੇਖੋ, ਇੱਕ ਸੋਚੋ, ਇੰਟਰੋਸਪੈਕਟ ਕਰੋ, ਇੰਟਰੋਸਪੈਕਟ ਕਰਕੇ ਸੋਚ ਲਓ ਵੀ ਤੁਸੀਂ ਕਰਨਾ ਕੀ ਹੈ, ਫਿਰ ਦੇਖੋ ਤੁਸੀਂ. ਜਦੋਂ ਤੁਹਾਡਾ ਏਮ ਬਣ ਗਿਆ, ਉਹਨੂੰ ਲਿਖ ਲਓ ਕਾਗਜ਼ 'ਤੇ ਕਿ ਮੈਂ ਆਹ ਬਣਨਾ. ਕੋਈ ਡੈਰੀ ਲਿਖਦਾ ਤੁਹਾਡੇ 'ਚੋਂ? ਆ ਜਾਓ, ਜਿਹੜੇ ਦੋਨੇ ਡੈਰੀ ਲਿਖਦੇ ਨੇ, ਇਹ ਵੀ ਬਹੁਤ ਇੰਪੋਰਟੈਂਟ. ਕਿਆ ਵੈਰੀ ਗੁੱਡ, ਹੈ ਕੀ? ਦਿਸ ਇਜ਼ ਅਨਦਰ ਬੁੱਕ. ਕਿੰਨਾ ਚਿਰ ਹੋ ਗਿਆ ਡੇਰੀ ਲਿਖਦੇ ਨੇ? ਸਰ 1 ਸਾਲ ਹੋ ਗਿਆ. ਵੈਰੀ ਗੁੱਡ, ਸ਼ਾਬਾਸ਼. ਦਿਸ ਇਜ਼ ਅਨਦਰ ਬੁੱਕ, ਗੁੱਡ. ਡੈਰੀ 'ਚ ਤੁਸੀਂ, ਇੱਕ ਸਟੂਡੈਂਟ ਮੇਰੇ ਕੋਲ ਆਇਆ, ਕੁੜੀ ਸੀ, ਕਹਿੰਦਾ ਜੀ ਅਸੀਂ, ਮੈਂ ਕਿਤੇ ਪੜ੍ਹਿਆ ਸੀ ਵੀ ਕੁੜੀ ਨੂੰ ਡੈਰੀ ਨਹੀਂ ਲਿਖਣੀ ਚਾਹੀਦੀ, ਨਾ ਹੀ ਆਪਦੀ ਉਮਰ ਲਿਖਣੀ ਚਾਹੀਦੀ ਹੈ. ਮੈਂ ਕਿਹਾ ਤੂੰ ਦੋਨੇ ਨਾ ਕਰ, ਮੈਂ ਤੁਹਾਨੂੰ, ਤੁਸੀਂ ਪਹਿਲਾਂ ਤਾਂ ਦੇਖੋ ਵੀ ਇੱਕ ਮਿਰਰ ਸਾਹਮਣੇ ਤਾਂ ਇਕੱਠੇ ਉਸ ਖੜ ਕੇ ਦੇਖ ਸਕਦੇ ਹੋ ਨਾ, ਇਹ ਡੈਰੀ ਤੁਹਾਡਾ ਮਿਰਰ ਹੈ. ਤੁਸੀਂ ਕਦੇ ਸੋਚ ਕੇ ਦੇਖੋ, ਜਦੋਂ ਤੁਸੀਂ ਡੈਰੀ ਲਿਖੋਗੇ ਨਾ, ਵੀ ਮੈਂ ਕੀ, ਇੱਕ ਦਿਨ ਲਿਖ ਕੇ ਦੇਖ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨਾ ਔਖਾ ਹੈ ਆਪਣੇ ਸਾਹਮਣੇ ਲਿਖਣਾ, ਆਪਣੇ ਬਾਰੇ ਲਿਖਣਾ, ਆਪਣੀ ਸੋਚ ਬਾਰੇ ਲਿਖਣਾ, ਆਪਣੇ ਡਰੀਮ ਬਾਰੇ ਲਿਖਣਾ. ਅਤੇ ਜੇ ਤੁਸੀਂ ਆਪਣੇ ਡਰੀਮ ਬਾਰੇ ਨਹੀਂ ਲਿਖ ਸਕਦੇ, ਫਿਰ ਆਪਾਂ ਕਰ ਵੀ ਕੀ ਸਕਦੇ? ਤਮਾਮ ਉਮਰ ਹਮ ਗਲਤੀ ਕਰਤੇ ਰਹੇ, ਧੂਲ ਚਿਹਰੇ ਪਰ ਥੀ, ਹਮ ਆਈਨਾ ਸਾਫ ਕਰਤੇ ਰਹੇ. ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਦੇ ਚਿਹਰੇ 'ਤੇ ਅਸੀਂ ਤਾਂ ਕਹਿੰਦੇ ਵੀ ਹੈ ਨੋ, ਚਿਹਰਾ ਤਾਂ ਆਈਨਾ ਨਹੀਂ, ਅਸੀਂ ਅੰਦਰਲੇ ਆਈਨੇ ਨੂੰ ਦੇਖਣਾ. ਦਿਸ ਇਜ਼ ਲਾਅ ਵਿੱਚ ਆਈ ਐਮ ਟੂ. ਮੈਂ ਹੁਣ ਕਹਿਣਾ ਕਿ ਫੋਰਗੇਟ ਅਬਾਊਟ ਲਾਅ, ਭੁੱਲ ਜਾਓ ਲਾਅ ਆਫ ਅਟਰੈਕਸ਼ਨ ਨੂੰ, ਭੁੱਲ ਜਾਓ. ਬਿਲਕੁਲ ਡਿਫਰੈਂਟ ਐਂਗਲ ਹੈ ਸਟੋਰੀ ਦਾ. ਉਹ ਕੀ ਹੈ? ਆਪਾਂ ਬੇਸਿਕਲੀ ਰਿਲੀਜੀਅਸ ਲੋਕ ਹਾਂ. ਆਪਾਂ ਜਿਸ ਧਰਤੀ 'ਤੇ ਪੈਦਾ ਹੋਏ ਹਾਂ, ਸੱਚਮੁੱਚ ਇਹ ਗੁਰੂਆਂ, ਫਕੀਰਾਂ, ਪੀਰਾਂ ਦੀ ਧਰਤੀ ਹੈ. ਇਸ ਧਰਤੀ ਜਿੰਨਾ ਸੰਗੀਤ ਕਿਸੇ ਕੋਲ ਨਹੀਂ. ਓਸ਼ੋ ਨੇ ਗੁਰੂ ਨਾਨਕ ਬਾਰੇ ਲਿਖਿਆ ਨਾ, ਪਹਿਲਾ ਸੈਂਟੈਂਸ ਹੀ ਹੈ
ਕਿ ਬਾਬਾ ਨਾਨਕ ਨੇ ਤਾਂ ਗਾ ਕੇ ਪਾ ਲਿਆ ਔਰ ਸੱਚਮੁੱਚ ਹੀ ਸਵੇਰੇ 3:30 ਤੋਂ ਲੈ ਕੇ ਕਲਾਸੀਕਲ ਮਿਊਜ਼ਿਕ ਸ਼ੁਰੂ ਹੋ ਜਾਂਦਾ ਸਾਡਾ ਗੁਰਮਤਿ ਸੰਗੀਤ ਕਿਸੇ ਧਰਤੀ 'ਤੇ ਨਹੀਂ ਦੁਨੀਆ 'ਚ ਬੜਾ ਤੁਰੇ ਫਿਰੇ ਹਾਂ ਉਸ ਧਰਤੀ 'ਤੇ ਤੁਹਾਨੂੰ ਗੁਰੂਆਂ ਨੇ ਇੱਕ ਪੁਆਇੰਟ ਦਿੱਤਾ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 276 ਦੇ ਲਿਖਿਆ ਕੀ ਹੈ ਜੇ ਉਹਨੂੰ ਮੰਨ ਲਓ ਲਾਅ ਆਫ ਅਟ੍ਰੈਕਸ਼ਨ ਨਾ ਮੰਨੋ ਕੀ ਲਿਖਿਆ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਜੈਸੇ ਦ੍ਰਿਸ਼ਟ ਕਰੇ ਜਿਸ ਤਰ੍ਹਾਂ ਸੋਚੋਗੇ ਵਿਸ ਤਰ੍ਹਾਂ ਹੋਣਾ ਜੋ ਚਿਤਵੈ ਤੈਸਾ ਹੋਵੇ ਜੋ ਸੋਚੇਗਾ ਉਸ ਤਰ੍ਹਾਂ ਹੋਣਾ ਜੇ ਆਪਾਂ ਦ੍ਰਿਸ਼ਟੀ ਨਹੀਂ ਕਰਨੀ ਜੇ ਡਰੀਮ ਹੀ ਨਹੀਂ ਲੈਣਾ ਬਾਬਾ ਨਾਨਕ ਤਾਂ ਝੂਠ ਬੋਲ ਸਕਦਾ ਗੁਰੂ ਅਰਜਨ ਤੇ ਨੇ ਗੁਰੂ ਅਰਜਨ ਤਾਂ ਸਿੱਧੇ ਹੀ ਕਹਿਤਾ ਫਿਰ ਸੁਖਮਨੀ ਸਾਹਿਬ 'ਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੋ ਮੰਗੇ ਠਾਕਰ ਆਪਣੇ 'ਤੇ ਮੰਗੋ ਅਸੀਂ ਕਿੰਨਾ ਕੁ ਮੰਗਿਆ ਜਿਹੜਾ ਮੰਗਣਾ ਉਹਨੂੰ ਦਿਨ ਰਾਤ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਦਾ ਮਤਲਬ ਕਿ ਦਿਨ ਰਾਤ ਉਹਦੇ ਬਾਰੇ ਸੋਚਣਾ ਉਹ ਵਾਈਬ੍ਰੇਸ਼ਨ ਕ੍ਰੀਏਟ ਹੋਊਗੀ ਲਾਅ ਨੂੰ ਲੈ ਲਓ ਤੁਸੀਂ ਲਾਅ ਆਫ ਅਟ੍ਰੈਕਸ਼ਨ ਨੂੰ ਲੈ ਲਓ ਜਾਂ ਲੈ ਲਓ ਫਿਰ ਗੁਰਬਾਣੀ ਨੂੰ ਇਕੱਲੀ ਗੁਰਬਾਣੀ ਨਹੀਂ ਕ੍ਰਿਸਚੈਨਿਟੀ ਦੇ ਵਿੱਚ ਮੈਨੂੰ ਹੈਰਾਨੀ ਮੈਨੂੰ ਸੰਸਕ੍ਰਿਤ ਦੀ ਨਹੀਂ ਮੈਂ ਪੜ੍ਹੀ ਲੇਕਿਨ ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਅਰਜਨ ਨੂੰ ਜਦੋਂ ਸਮਝਾਉਂਦੇ ਨੇ ਉੱਥੇ ਸ਼ਬਦ ਕਹਿੰਦੇ ਨੇ ਕਹਿੰਦੇ ਅਰਜਨ ਜਿਸ ਤਰ੍ਹਾਂ ਦੀ ਸ਼ਰਧਾ ਹੁੰਦੀ ਹੈ ਉਸ ਤਰ੍ਹਾਂ ਦਾ ਬੰਦਾ ਬਣਦਾ ਸ਼ਰਧਾ ਦਾ ਮਤਲਬ ਇੱਥੇ ਜੋ ਸੋਚਦਾ ਬੰਦਾ ਕ੍ਰਿਸਚੈਨਿਟੀ ਵੀ ਇਹੀ ਕਹਿ ਰਹੀ ਹੈ ਸਿੱਖਇਜ਼ਮ ਵੀ ਇਹ ਕਹਿ ਰਿਹਾ ਮੇਰੀ ਇੱਕ ਸਟੂਡੈਂਟ ਡੀ ਏ ਵੀ ਕਾਲਜ ਤੋਂ ਸ਼ਿਰਡੀ ਦੀ ਸਾਈਂ ਬਾਬੇ ਦੀ ਹੈ ਉਹ ਫੋਲੋਅਰ ਸ਼ੀ ਕੇਮ ਟੂ ਮੀ ਵਿਦ ਦਾ ਸਲੋਕ ਆਫ ਸ਼ਿਰਡੀ ਸਾਈਂ ਸਪਸ਼ਟ ਲਿਖਿਆ ਕਿ ਬੰਦਾ ਜੋ ਸੋਚਦਾ ਉਹੀ ਬਣਦਾ ਜਿਹੜੇ ਮਰਜ਼ੀ ਰਿਲੀਜਨ 'ਚ ਚਲੇ ਜਾਓ ਹੁਣ ਸਾਡੇ ਕੋਲ ਲਾਅ ਵੀ ਆ ਗਿਆ ਰਿਲੀਜਨ ਵੀ ਆ ਗਿਆ ਫਿਰ ਇੱਕ ਹੋਰ ਪੁਆਇੰਟ ਹੈ ਆਪਾਂ ਦੋਨਾਂ ਨੂੰ ਵੀ ਨਾ ਮੰਨੀਏ ਜੇ ਬੁੱਧ ਮਹਾਤਮਾ ਬੁੱਧ ਉਹਨਾਂ ਨੇ ਫੈਸਲਾ ਕਰ ਲਿਆ ਕਿ ਮੈਂ ਸਿਰਫ ਇੱਕ ਘਰ 'ਤੇ ਜਾਣਾ ਨੌ ਕਰਨਾ ਜਿਹੜਾ ਮੈਨੂੰ ਘਰ 'ਚ ਕੋਈ ਦੇਗਾ ਇੱਕ ਹੱਥ 'ਚ ਜੋ ਆਇਆ ਉਹ ਖਾਣਾ ਸਕਲਟਨ ਬਣ ਗਏ ਭੁੱਖ ਨਾਲ ਕੋਈ ਇਨਲਾਈਟਨਮੈਂਟ ਨਹੀਂ ਹੋਈ ਜੰਗਲ 'ਚ ਬੈਠੇ ਨੇ ਦੂਰੋਂ ਇੱਕ ਪਾਲੀ ਦੇ ਵਿੱਚ ਉਹਨਾਂ ਦੀ ਮਾਂ ਬੋਲੀ 'ਚ ਇੱਕ ਗੀਤ ਗਾਉਂਦਾ ਕੋਈ ਦੋਜੀ ਜਾ ਰਿਹਾ ਜਿਵੇਂ ਆਪਣੇ ਵੀ ਅਕਸਰ ਗਾਉਂਦੇ ਆਪਦੇ ਮਨ ਦੀ ਮੌਤ 'ਚ ਜਾਂਦੇ ਨੇ ਉਹਦਾ ਮਤਲਬ ਸੀ ਆਪਦੀ ਵੀਨਾ ਦੀ ਤਾਰ ਨੂੰ ਇੰਨਾ ਨਾ ਕਸੋ ਕਿ ਟੁੱਟ ਜਾਵੇ ਅਤੇ ਇੰਨਾ ਢਿੱਲਾ ਬਿਨਾ ਛੱਡੋ 'ਚ ਸੰਗੀਤ ਨਾ ਹੋਵੇ ਉਹਨੇ ਕਿਹਾ ਯਾਰ ਲੋਕ ਗੀਤ ਦਾ ਮੈਸੇਜ ਐਂਡ ਹੀ ਗੋਟ ਦਾ ਮੈਸੇਜ ਐਂਡ ਆਫਟਰ ਦੈਟ ਉਹਨੇ ਮਿਡਲ ਪਾਥ ਦਾ ਰਸਤਾ ਜਿਹੜਾ ਲਿਆ ਔਰ ਹੀ ਗੋਟ ਇਨਲਾਈਟਨਮੈਂਟ ਕਿੱਥੋਂ ਮਿਲੀ ਫੋਕ ਵਿਜ਼ਡਮ ਇੱਕ ਲੋਕ ਧਾਰਾ ਹੁੰਦੀ ਹੈ ਲੋਕ ਧਾਰਾ 'ਚ ਬਹੁਤ ਬਹੁਤ ਜ਼ਿਆਦਾ ਮੈਸੇਜ ਪਿਆ ਹੁੰਦਾ ਹਰ ਕਹਾਣੀ 'ਚ ਮੈਸੇਜ ਹੈ ਉਹ ਜਿਹੜੀ ਕਹਾਣੀ ਤੁਸੀਂ ਕਦੇ ਸੁਣੀ ਹੈ ਜੰਗਲ ਦੇ ਵਿੱਚ ਇੱਕ ਸ਼ੇਰ ਹਰ ਰੋਜ਼ ਜਾਨਵਰਾਂ ਨੂੰ ਖਾਇਆ ਕਰੇ ਜਾਨਵਰ ਇਕੱਠੇ ਹੋ ਕੇ ਚਲੇ ਗਏ ਜਾਨਵਰਾਂ ਨੂੰ ਕਹਿੰਦੇ ਵੀ ਐਂ ਨਾ ਕਰੋ ਜੀ ਅਸੀਂ ਆਪ ਹੀ ਇੱਕ ਬੰਦੇ ਨੂੰ ਭੇਜਿਆ ਕਰੇ ਇੱਕ ਜਾਨਵਰ ਨੂੰ ਸਾਰਿਆਂ ਨੂੰ ਨਾ ਮਾਰੋ ਸ਼ੇਰ ਕਹਿੰਦਾ ਠੀਕ ਹੈ ਇੱਕ ਦਿਨ ਖਰਗੋਸ਼ ਦੀ ਵਾਰੀ ਆ ਗਈ ਖਰਗੋਸ਼ ਟਾਈਮ ਸਿਰ ਪਹੁੰਚਣਾ ਸੋਚਦਾ ਰਿਹਾ ਖੇਡਦਾ ਰਿਹਾ ਜਦੋਂ ਲੇਟ ਪਹੁੰਚਿਆ ਸ਼ੇਰ ਉਹਨੂੰ ਕਹਿੰਦਾ ਵੀ ਕੀ ਗੱਲ ਤੂੰ ਕਹਿੰਦਾ ਜੀ ਜਦੋਂ ਮੈਂ ਆ ਰਿਹਾ ਸੀ ਮੈਨੂੰ ਦੂਜੇ ਸ਼ੇਰ ਨੇ ਘੇਰ ਲਿਆ ਹੁਣ ਜੰਗਲ ਦਾ ਸ਼ੇਰ ਕਹਿੰਦਾ ਇੱਥੇ ਜੰਗਲ 'ਚ ਹੋਰ ਦੂਜਾ ਸ਼ੇਰ ਕਿਹੜਾ ਉਹ ਕਹਿੰਦਾ ਚਲੋ ਮੈਨੂੰ ਦਿਖਾ ਉਹ ਇੱਕ ਖੂਹ 'ਤੇ ਲੈ ਗਿਆ ਅਤੇ ਉਹਨੇ ਜਦੋਂ ਸ਼ੇਰ ਨੂੰ ਕਹਿੰਦਾ ਜੀ ਆਹ ਦੇਖੋ ਥੱਲੇ ਬੈਠਾ ਸ਼ੇਰ ਨੇ ਆਪਦਾ ਪਰਛਾਵਾਂ ਦੇਖਿਆ ਉਹਨੇ ਜਦੋਂ ਦਿਹਾੜਿਆ ਅੰਦਰੋਂ ਵੀ ਇੱਕੋ ਆਈ ਆਵਾਜ਼ ਆਈ ਸ਼ੇਰ ਗਾਲਮ ਗਾਲੀ ਹੋਇਆ ਅਤੇ ਜੰਪ ਮਾਰਿਆ ਅਤੇ ਖਰਗੋਸ਼ ਬਚ ਗਿਆ ਇਹ ਕਹਾਣੀ ਸਾਡੇ ਫੋਕ ਦੀ ਹੈ ਹੁਣ ਇਹ 'ਚ ਵੀ ਮੈਸੇਜ ਹੈ ਇਹੋ ਜਿਹੇ ਸਾਰੀਆਂ ਕਹਾਣੀਆਂ 'ਚ ਮੈਸੇਜ ਹੈ ਵੀ ਹਰ ਸਥਿਤੀ 'ਚ ਕਿਵੇਂ ਕੂਲ ਰਹਿਣਾ ਈਗੋ ਕਿਵੇਂ ਬੰਦੇ ਨੂੰ ਮਰਵਾਉਂਦੀ ਹੈ ਜਿਵੇਂ ਸ਼ੇਰ ਨੂੰ ਮਰਵਾਇਆ ਅਤੇ ਫੋਕ ਵਿਜ਼ਡਮ ਸਾਨੂੰ ਇਹਦੇ 'ਚ ਕੀ ਦੱਸਦੀ ਹੈ ਫਿਰ ਉਹ ਕੀ ਕਹਿੰਦੀ ਹੈ ਜਹੀ ਨੀਤ ਤਹੀ ਮੁਰਾਦ ਜਿੱਥੇ ਚਾਹ ਉੱਥੇ ਰਾਹ
ਚਾਹੇ ਤਾਂ ਆਪਾਂ ਰਿਲੀਜਨ ਨੂੰ ਲੈ ਲਈਏ, ਚਾਹੇ ਲਾਅ ਨੂੰ ਲੈ ਲਈਏ, ਚਾਹੇ ਫੋਕ ਬਿਜ਼ਨਸ ਨੂੰ ਲੈ ਲਈਏ, ਤਿੰਨੇ ਇੱਕ ਗੱਲ ਸਮਝਾਉਂਦੇ ਨੇ ਕਿ ਜੇ ਜ਼ਿੰਦਗੀ 'ਚ ਕੁਛ ਬਣਨਾ ਪਹਿਲਾਂ ਉਹਦੇ ਬਾਰੇ ਸੋਚੋ, ਉਹਦੇ ਬਾਰੇ ਡਰੀਮ ਲਓ, ਉਹਦੇ ਬਾਰੇ ਡਿਜ਼ਾਇਰ ਬਣਾਓ ਆਪਣੇ। ਕਲੀਅਰ ਪੁਆਇੰਟ ਇਜ਼ ਕਲੀਅਰ? ਬਣਾਓਗੇ ਆਪਦਾ ਡਰੀਮ ਕਦੋਂ? ਕੱਲ੍ਹ ਨੂੰ? ਯੈਸ, ਨੋਟ ਟੁਮਾਰੋ, ਨੋਟ ਟੁਡੇ, ਜਸਟ ਨਾਓ। ਦਿਸ ਇਜ਼ ਦਾ ਪੁਆਇੰਟ, ਦਿਸ ਇਜ਼ ਦਾ ਮੂਮੈਂਟ ਵੈਨ ਯੂ ਕੈਨ ਡੋਂਟ ਗੋ। ਅਕਸਰ ਅਸੀਂ ਉੱਧਰ ਨੂੰ ਪਾ ਦਿੰਦੇ ਨਾ ਦੂਜੇ ਪਾਸੇ ਨੂੰ, ਕੱਲ੍ਹ ਬਣਾਵਾਂਗੇ, ਇਹ ਕਰਾਂਗੇ। ਨੋ, ਥਿੰਕ ਅਬਾਊਟ ਦੈਟ ਔਰ ਸਟਾਰਟ ਪ੍ਰੈਕਟਿਸ, ਇਸ ਨੂੰ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿਓ ਐਂਡ ਯੂ ਵਿਲ ਸੀ ਦੀ ਚੇਂਜ ਇਨ ਯੂਅਰ ਲਾਈਫ। ਦੀ ਮੂਮੈਂਟ ਯੂ ਸਟਾਰਟ ਦਿਸ, ਦੀ ਚੇਂਜ ਵਿਲ ਬੀ ਦੇਅਰ। ਮੈਨੂੰ ਇੱਕ ਦਿਨ ਇੱਕ ਲੈਕਚਰ 'ਚ ਕੋਈ ਕਹਿੰਦਾ ਜੀ ਐਂ ਕਿਵੇਂ ਚੇਂਜ ਆਉਂਦੇ, ਮੈਂ ਕਿਹਾ ਵੀ ਵਨ ਲਾਈਨ ਕੈਨ ਚੇਂਜ ਦਾ ਲਾਈਫ ਐਂਡ ਆਈ ਕੈਨ ਪਰੂਵ ਜਸਟ ਨਾਓ ਐਂਡ ਸਟਿਲ ਹੇਅਰ ਇਨ ਯੋਰ ਕਲਾਸ ਆਈ ਕੈਨ ਪਰੂਵ ਦਿਸ ਕਿ ਵਨ ਲਾਈਨ ਕੈਨ ਚੇਂਜ ਦਾ ਲਾਈਫ। ਆਈ ਕੈਨ ਪਰੂਵ ਜਸਟ ਨਾਓ, ਵੀ ਆਰ ਟ੍ਰਾਇੰਗ ਫਾਰ ਦੈਟ। ਯੂ ਜਸਟ ਥਿੰਕ, ਸਪੋਜ ਯੂ ਮੇਕ ਏ ਮਾਈਂਡ, ਯੂ ਮੇਕ ਏ ਡਰੀਮ, ਯੂ ਹੈਵ ਏ ਡਰੀਮ ਕਿ ਆਈ ਵਿਲ ਬੀ ਅ IPS ਆਫੀਸਰ। ਸਪੋਜ ਕਰ ਲਿਆ ਤੁਸੀਂ, ਕਿਸੇ ਨੇ ਬਣਾ ਲਿਆ ਹੈ, ਜਿਸਨੇ ਬਣਾ ਲਿਆ, ਜਿਸਨੇ ਇਹ ਲਾਈਨ ਲਿਖ ਲਈ ਕਿ ਮਾਈ ਡਰੀਮ ਇਜ਼ ਟੂ ਬੀ ਅ IAS ਆਫੀਸਰ ਔਰ IPS ਆਫੀਸਰ, ਦੀ ਨੈਕਸਟ ਮੂਮੈਂਟ ਇੱਕ ਲਾਈਨ ਲਿਖੀ, ਕਿਵੇਂ ਚੇਂਜ ਹੁੰਦੀ ਹੈ ਲਾਈਫ। ਨੈਕਸਟ ਮੂਮੈਂਟ ਦੀ ਕੁਐਸਚਨ ਤੁਹਾਡੇ ਮਨ 'ਚ ਕੀ ਆਊ ਕਿ ਹਾਓ ਆਈ ਕੈਨ ਬੀ ਅ IPS ਆਫੀਸਰ। ਫਿਰ ਦੈਨ ਯੂ ਵਿਲ ਨੋ ਕਿ ਕਿੱਥੋਂ ਪਤਾ ਲੱਗੂ, ਯੂ ਵਿਲ ਗੋ ਟੂ ਦਾ UPSC ਸਾਈਟ। ਫਿਰ ਜਦੋਂ ਜਾਓਗੇ ਤੁਸੀਂ ਦੇਖੋਗੇ ਦੇਰ ਇਜ਼ 3 ਟਾਇਰ ਸਿਸਟਮ, ਵਨ ਇਜ਼ ਪ੍ਰੀ ਮੇਨ ਇੰਟਰਵਿਊ, ਵੈਟ ਇਜ਼ ਦ ਪ੍ਰੀ, ਦ ਫਸਟ ਪੇਪਰ ਇਜ਼ GK ਐਂਡ ਕਰੰਟ ਅਫੇਅਰਸ। ਫਿਰ ਤੁਸੀਂ ਕੀ ਕਰੋਗੇ, ਕਰੰਟ ਅਫੇਅਰਸ ਕਿੱਥੋਂ ਪਤਾ ਲੱਗੂ, ਕਦੇ ਨਿਊਜ਼ ਪੇਪਰ ਨਹੀਂ ਦੇਖਿਆ, ਦੇਖਣਾ ਸ਼ੁਰੂ ਕਰ ਦਿਓਗੇ ਨਿਊਜ਼ ਪੇਪਰ, GK ਦਾ ਪਤਾ ਲੱਗਣਾ ਸ਼ੁਰੂ ਹੋ ਜੂ। ਔਰ ਜਿਵੇਂ ਉਹ ਸਰਵੇ ਕੀਤਾ, ਉਹ ਸਰਵੇ 'ਚ ਬੜੀ ਹੈਰਾਨੀ ਦੀ ਗੱਲ ਹੈ ਮੈਨੂੰ, ਉਹ ਮੇਰੇ ਸਟੂਡੈਂਟਸ ਬੈਠੇ ਨੇ ਕੁਛ, ਮੈਂ ਹਰੇਕ ਨੂੰ ਪੁੱਛਿਆ ਕਿ ਸੋਨੀਆ ਗਾਂਧੀ ਕੌਣ ਹੈ। ਉਹ ਸਾਡੀ ਯੂਨੀਵਰਸਿਟੀ 'ਚ ਹਾਲ ਇਹ ਹੈ, ਸੋਨੀਆ ਗਾਂਧੀ ਜੀ, ਸੋਨੀਆ ਗਾਂਧੀ ਜੀ ਉਹ ਕਾਂਗਰਸ ਦੀ ਜੀ, ਜਿਹਨੇ ਮਨਮੋਹਨ ਸਿੰਘ ਨੂੰ ਬਣਾਇਆ ਜੀ, ਸੋਨੀਆ ਗਾਂਧੀ ਕਾਂਗਰਸ ਦੀ। ਮੈਂ ਟੈਲ ਮੀ ਦਾ ਡੈਜੀਗਨੇਸ਼ਨ ਆਫ ਸੋਨੀਆ ਗਾਂਧੀ, 8% ਨੂੰ ਪਤਾ। ਮੈਂ ਉਦੋਂ ਇਹ ਕਿਹਾ ਸੀ, ਲਿਖਿਆ ਸੀ ਇੱਕ ਥਾਂ ਵੀ ਜੇ ਸੋਨੀਆ ਗਾਂਧੀ ਨੂੰ ਪਤਾ ਲੱਗ ਜਾਏ ਨਾ ਵੀ ਮੈਨੂੰ ਯੂਨੀਵਰਸਿਟੀ ਦੇ ਇੰਨੇ ਕੁ ਲੋਕ ਜਾਣਦੇ ਨੇ, ਉਹ ਤਾਂ ਸੁਸਾਈਡ ਕਰ ਲੇ। ਇਹ ਹਾਲ ਹੈ ਸਾਡਾ GK ਦਾ, ਨਹੀਂ ਆਏ ਕੁਛ ਇਸੇ ਡਿਪਾਰਟਮੈਂਟ 'ਚੋਂ ਰੈਗੂਲਰ ਇੱਕ ਕੁੜੀ MBA ਕਰਕੇ ਗਈ, ਮੈਂ ਉਹਨੂੰ ਇੰਟਰਵਿਊ 'ਚ ਪੁੱਛਿਆ, ਮੈਂ ਕਿਹਾ ਹਾਓ ਮੈਨੀ ਡਿਸਟ੍ਰਿਕਟਸ ਆਫ ਪੰਜਾਬ, ਪਤਾ ਕੀ ਜਵਾਬ ਸੀ, ਕਹਿੰਦੀ ਜੀ ਬਥੇਰੇ ਨੇ। ਮੈਂ ਕਿਹਾ ਕਮਾਲ ਹੈ, ਬਥੇਰੇ ਨੇ, ਕਿੰਨੇ ਹੋਣਗੇ, ਕਹੀਂ ਹੋਣਗੇ 40-45। ਹੁਣ ਜਿਹੜਾ ਇਸ ਕਿਸਮ ਦਾ GK ਵਾਲਾ, ਉਹ ਤੁਹਾਨੂੰ ਉਹਦੀ ਪਤਾ ਲੱਗ ਜੂਗਾ ਲਾਈਨ ਤੋਂ ਬਾਅਦ ਹੀ ਕਿ ਨਹੀਂ ਆਈ ਸ਼ੁੱਡ ਨੋ ਕਿ ਕਿੰਨੀਆਂ ਸਟੇਟ ਕੀ ਹੈ ਕੀ ਨਹੀਂ। ਟੋਟਲ ਤੁਸੀਂ ਹਰ ਰੋਜ਼ ਹੀ ਆਪਦੀ ਇੱਕ ਲਿਸਟ ਬਣਾਉਣੀ ਸ਼ੁਰੂ ਕਰ ਦੋਗੇ, ਅਤੇ ਜੇ IPS ਬਣਨਾ ਤਾਂ ਫਿਰ ਤੁਸੀਂ ਉਹ ਛੱਡ ਦੋਗੇ, ਆ ਜਿਹੜਾ ਜਾਣੇ ਹੁੰਦੇ ਹੋ ਗੋਪਾਲ ਦੇ ਫਲਾਨਾ ਤਿਮਕਾ ਸਮੋਸੇ ਸਭ ਬੰਦ। ਕਿਉਂ? ਕਿਉਂਕਿ ਬਾਡੀ ਬਣਾਉਣੀ ਹੈ, ਰੇਸ ਲਾਉਣੀ ਹੈ 1600 ਮੀਟਰ, ਜੰਪ ਲਾਉਣਾ, ਤੁਹਾਡਾ ਫਿਜ਼ੀਕਲ, ਸਵੇਰੇ ਅਰਲੀ ਉੱਠਣਾ ਪਊਗਾ ਤਾਂ ਹੀ ਗਰਾਊਂਡ 'ਚ ਜਾਓਗੇ। ਲਾਈਨ ਹਾਲੇ ਇੱਕ ਲਿਖੀ ਹੈ ਅਤੇ ਜ਼ਿੰਦਗੀ ਤਾਂ ਟੋਟਲੀ ਬਦਲਣੀ ਸ਼ੁਰੂ ਹੋ ਗਈ ਤੁਹਾਡੀ। ਲੈਂਗੁਏਜ ਇੰਪਰੂਵ ਕਰਨੀ ਪਊਗੀ, ਦੋਨੇ ਲੈਂਗੁਏਜ, ਇੱਕ ਇੰਗਲਿਸ਼ ਔਰ ਤੁਹਾਡੀ ਮਦਰ ਟੰਗ, ਐਸੇ ਤੁਸੀਂ ਕਿਹਦੇ 'ਚ ਲਿਖਣਾ। ਸੋ ਦਿਸ ਇਜ਼ ਜਸਟ, ਇਹ ਤਾਂ ਜਾਦੂ ਹੈ ਜੇ ਤੁਸੀਂ ਕਰਕੇ ਦੇਖੋਗੇ। ਸੋ ਹੋਇਆ ਕੀ ਕਿ ਜੇ ਅਸੀਂ ਡਰੀਮ ਬਣਾ ਲਿਆ, ਇਹ ਜ਼ਰੂਰੀ ਨਹੀਂ ਕਿ ਡਰੀਮ ਤੁਸੀਂ ਇਹੀ ਬਣਾਉਣਾ IAS, ਇਹ ਤਾਂ ਤੁਸੀਂ ਦੇਖਣਾ। ਇਹ ਬਹੁਤ ਮਾੜੀ ਗੱਲ ਹੈ ਕਿ ਤੁਸੀਂ ਆਪ ਨਹੀਂ ਦੇਖਦੇ। ਅਕਸਰ ਮੈਂ ਬੱਚਿਆਂ ਨੂੰ ਪੁੱਛਦਾ ਇਹੋ ਜਿਹੇ ਲੈਕਚਰ 'ਚ, ਬੇਟੇ ਬੇਟੇ ਤੂੰ ਕੀ ਬਣਿਆ, ਵਟ ਇਜ਼ ਯੋਰ ਡਰੀਮ? ਵੀ ਮੰਮੀ ਨੂੰ ਪਤਾ ਹੈ, ਪਾਪਾ ਨੂੰ ਪਤਾ ਹੈ। ਉਹ ਮੈਂ ਕਿਹਾ ਮੰਮੀ 'ਚ ਬਵਾਏ, ਤੂੰ ਹੁਣ ਅਫਸਰ ਚੰਗਾ ਬਣੇਗਾ ਜੇ ਤੂੰ ਹਾਲੇ ਵੀ ਮੰਮਾ ਨੂੰ ਪਤਾ ਹੈ। ਤੂੰ ਆਪਦਾ ਸੋਚ, ਤੂੰ ਕੀ ਬਣਿਆ, ਤੂੰ ਕਦੇ ਇੰਟਰੋਸਪੈਕਟ ਕਰ। ਇੰਟਰੋਸਪੈਕਟ ਇਜ਼ ਮਸਟ, ਸਵੈ ਪੜਚੋਲ ਇਜ਼ ਮਸਟ ਫਾਰ ਯੂ ਪੀਪਲ।
ਸੋਚੋ ਔਰ ਉਹਦੇ ਲਈ ਡਾਇਰੀ 'ਚ ਲਿਖੋ। ਜਿੰਨਾ ਤੁਸੀਂ ਲਿਖੋਗੇ, ਜਿੰਨਾ ਤੁਸੀਂ ਉਸਨੂੰ ਸ਼ੇਅਰ ਕਰੋਗੇ ਕਿ ਮੈਂ ਵੀ ਆਹ ਬਣ ਕੇ ਦਿਖਾਊਂ, ਤੁਸੀਂ ਦੇਖੋ ਫਿਰ ਤੁਹਾਡੀ ਓਨਲੀ ਲਾਅ ਆਫ ਅਟ੍ਰੈਕਸ਼ਨ ਚੱਲੂਗੀ, ਉਹਨੇ ਤੁਸੀਂ ਜ਼ਿਆਦਾ ਸਟਰੋਂਗਲੀ ਉਸ ਕੰਮ ਨੂੰ ਕਰੋਗੇ। ਆ ਰਾਮਪੁਰਾ ਫੌਜ, ਮੇਰਾ ਪਿਛਲਾ ਲੈਕਚਰ, ਕੁੜੀ ਖੜੀ ਹੋ ਕੇ ਕਹਿੰਦੀ ਸਰ ਮੈਂ ਜੇ ਇਹੋ ਜਿਹਾ ਕੁਛ ਕਰਦੇ ਮੈਨੂੰ ਮਜ਼ਾਕ ਉਡਾਉਂਦੇ ਨੇ ਮੇਰਾ, ਮੈਂ ਜੇ ਕਹਾਂ ਕਿ ਮੈਂ IAS ਬਣਨਾ ਤਾਂ ਮੇਰੇ ਉਰੇ ਮਜ਼ਾਕ। ਮੈਂ ਕਿਹਾ ਵੀ ਇਹਦਾ ਜਵਾਬ ਕੋਈ ਇਹ ਤਾਂ ਨਹੀਂ ਹੈ ਕਿ ਮੈਂ ਇਹਨਾਂ ਨੂੰ ਕਹਾਂ ਕਿ ਤੁਸੀਂ ਮਜ਼ਾਕ ਨਾ ਉਡਾਓ। ਪਰ ਇਸ ਤਰ੍ਹਾਂ ਦੇ ਰਸਤੇ 'ਤੇ ਜਦੋਂ ਚੱਲਦੇ ਹੋ ਬਹੁਤ ਕਿਸਮ ਦੇ ਲੋਕ ਮਿਲਦੇ ਨੇ। ਦੈਨ ਆਈ ਟੋਲਡ ਹਰ ਏ ਸਟੋਰੀ, ਵੀ ਵਾਰ ਇਨ ਦਾ ਕਾਲਜ, ਵਨ ਆਫ ਮਾਈ ਫਰੈਂਡ, ਹੀ ਇਜ਼ ਅ ਡਿਪਟੀ ਡਾਇਰੈਕਟਰ ਆਫ ਪੰਜਾਬ ਹੈਲਥ ਸਰਵਿਸਿਸ। ਉਹਨਾਂ ਦਿਨਾਂ 'ਚ ਪ੍ਰੀ ਮੈਡੀਕਲ ਹੁੰਦੀ ਸੀ, PMT ਦਾ ਪੇਪਰ ਨਹੀਂ ਹੁੰਦਾ, ਪ੍ਰੀ ਮੈਡੀਕਲ ਕਰਕੇ ਡਾਕਟਰ ਬਣਦੇ ਸੀ। ਅਤੇ ਅਸੀਂ ਬੱਸਾਂ ਦੇ ਉੱਤੇ ਚੜ੍ਹ ਕੇ ਜਾਂਦੇ ਹੁੰਦੇ ਸੀ ਕਿਉਂਕਿ ਟਿਕਟ ਜਿਹੜੇ ਬੱਸ 'ਚ ਉਹ ਜ਼ਿਆਦਾ ਚੜ੍ਹਾਉਂਦੇ ਨਹੀਂ ਸੀ, ਜਾਂ ਟਿਕਟ ਲੈਂਦੇ ਸੀ ਬੱਸ ਦੇ ਉੱਤੇ ਚੜ੍ਹ ਜਾਣਾ। ਇੱਕ ਦਿਨ ਅਸੀਂ ਜਾਈਏ, ਇੱਕ ਉਹਦੀ ਪੱਗ ਨਾ ਟਾਹਣੀ 'ਚ ਫਸ ਗਈ, ਬੱਸ ਨੇ ਰੋਕਣਾ ਨਹੀਂ ਸੀ, ਉਹ ਜੂੜੇ ਨਾਲ ਰੁਮਾਲ ਉਹਨੇ ਬੰਨ ਲਿਆ ਰਬੜ ਲੈ ਕੇ, ਅਤੇ ਸਾਰਾ ਕਾਲਜ ਉਹਦਾ ਮਜ਼ਾਕ ਉਡਾ ਰਿਹਾ। ਮੈਂ ਉਹਨੂੰ ਕਿਹਾ, ਮੈਂ ਯਾਰ ਤੇਰਾ ਮਜ਼ਾਕ ਉਡਾਈ ਜਾ ਰਹੇ ਨੇ, ਤੂੰ ਛੱਡ ਅੱਜ ਦਾ ਦਿਨ। ਉਹ ਮੈਨੂੰ ਕਹਿੰਦਾ ਇਹਨਾਂ ਨੂੰ ਮੇਰਾ ਮਜ਼ਾਕ ਉਡਾ ਲੈਂਦੇ ਨੇ। ਇਹਨਾਂ ਦਾ ਜਵਾਬ ਕਹਿੰਦਾ ਮੈਂ ਰਿਜ਼ਲਟ ਆਉਣ 'ਤੇ ਦਿਉਂ। ਵੀ ਮੈਂ ਹੈਰਾਨ ਹੋਇਆ ਉਸ ਦਾ, ਜਦੋਂ ਡਾਕਟਰ ਸਾਹਿਬ ਰਿਜ਼ਲਟ ਆਇਆ, ਹੀ ਸਟੂਡ ਫਸਟ ਇਨ ਦਾ ਕਲਾਸ ਐਂਡ ਨਾਓ ਹੀ ਇਜ਼ ਦਾ ਪਰਸਨ ਹੂ ਇਜ਼ ਦਾ ਡਿਪਟੀ ਡਾਇਰੈਕਟਰ ਆਫ ਪੰਜਾਬ। ਮੈਂ ਉਹ ਬੱਚੇ ਨੂੰ ਕਿਹਾ, ਮੈਂ ਕਿਹਾ ਇਹ ਨਹੀਂ ਗੱਲ ਹੁੰਦੀ, ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ। ਚੁਨੋ ਕੋਲ ਹੈ ਸਾਡਾ ਯੂਨੀਵਰਸਿਟੀ ਸਕੂਲ ਕਾਲਜ, ਉੱਥੇ ਮੈਂ ਲੈਕਚਰ ਦੇਵਾਂ, ਪ੍ਰਿੰਸੀਪਲ ਸਾਹਿਬ ਦੇ ਰੂਮ 'ਚ ਇੱਕ ਕੁੜੀ ਮੈਨੂੰ ਮਿਲਣ ਆਈ, ਕਹਿੰਦੀ ਸਰ ਤੁਸੀਂ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਹੋ, ਐਂ ਡ੍ਰੀਮ ਨਾਲ ਕਦੇ ਕੁਛ ਹੋ ਜੂਗਾ? ਮੈਨੂੰ ਦੱਸੋ, ਕਹਿੰਦੀ ਮੇਰਾ ਰੰਗ ਕਾਲਾ, ਮੈਂ ਮੋਟੀ ਹਾਂ, ਮੇਰੀ ਸ਼ਡਿਊਲਡ ਕਾਸਟ ਫੈਮਿਲੀ 'ਚੋਂ ਹੈ, ਔਰ ਮੇਰੇ ਫਾਦਰ ਦੀ ਕੋਈ ਜ਼ਿਆਦਾ ਇਨਕਮ ਨਹੀਂ, ਮੈਂ ਦੱਸੋ ਡ੍ਰੀਮ ਲੈ ਕੇ ਕਿੱਥੇ ਪਹੁੰਚ ਜਾਊ, ਮੈਂ ਤਾਂ ਕਦੇ ਕਦੇ ਮਰਨ ਨੂੰ ਦਿਲ ਕਰਦਾ। ਮੈਂ ਉਹਨੂੰ ਕਿਹਾ ਵੀ ਇੱਕ ਸਟੋਰੀ ਸੁਣ ਜਿਹੜੀ ਤੁਸੀਂ ਵੀ ਸੁਣੀ ਹੋ। ਇੱਕ ਗੁਬਾਰੇ ਵਾਲਾ, ਬੁਲਬਲੇ ਵਾਲਾ, ਬੁਲਬਲੇ ਵੇਚਦਾ ਫਿਰ ਰਿਹਾ, ਅਤੇ ਉਸਨੇ ਨਾ ਬੱਚਿਆਂ ਨੂੰ ਅਟਰੈਕਟ ਕਰਨ ਲਈ ਇੱਕ ਆਪਣਾ ਲਾਲ ਰੰਗ ਦਾ ਬੁਲਬਲਾ ਛੱਡਤਾ। ਉਹ ਜਦੋਂ ਕਾਫੀ ਉੱਚਾ ਗਿਆ ਤਾਂ ਇੱਕ ਬੱਚਾ ਉਹਦੇ ਕੋਲ ਭੱਜ ਕੇ ਆਉਂਦਾ, ਉਹਨੂੰ ਕਹਿੰਦਾ ਅੰਕਲ ਇਹ ਜਿਹੜਾ ਮੇਰਾ ਬਲੈਕ ਬਲੂਨ ਹੈ ਇਹ ਵੀ ਤੁਹਾਡੇ ਰੈੱਡ ਬਲੂਨ ਵਾਂਗ ਉੱਤੇ ਉੱਡੂਗਾ। ਉਹ ਅਨਪੜ੍ਹ ਬੰਦਾ ਉਹਨੂੰ ਕਹਿ ਰਿਹਾ, ਸਮਝਾ ਰਿਹਾ, ਕਹਿੰਦਾ ਬੇਟੇ ਇਹ ਰੰਗ ਨਹੀਂ ਬੰਦੇ ਨੂੰ ਉਡਾਉਂਦਾ, ਕੀ ਉਡਾਉਂਦਾ? ਉਹਦੇ ਅੰਦਰ ਜਿਹੜੀ ਗੈਸ ਹੈ। ਅਤੇ ਤੁਹਾਡੀ ਕੀ ਹੈ ਗੈਸ? ਮੈਂ ਕਿਹਾ ਬੱਚੇ ਤੁਹਾਡੀ ਇਨਫੋਰਮੇਸ਼ਨ, ਨੌਲੇਜ, ਵਿਜ਼ਡਮ, ਮਿਹਨਤ, ਹਾਰਡ ਵਰਕ, ਇਹ ਜਿਹਦੇ ਚਾਹੇ ਹੋ ਜਾਓ। ਔਰ ਮੈਨੂੰ ਖੁਸ਼ੀ ਹੈ ਕਿ ਉਹ ਕੁੜੀ ਉਦੋਂ ਬਾਅਦ BA ਕਰਨ ਤੋਂ ਬਾਅਦ ਉਹ IAS ਦੇ ਵਿੱਚ ਉਹਨੇ ਐਡਮਿਸ਼ਨ ਲਈ, ਔਰ ਮੈਂ ਕਹਿਣਾ ਕੁਛ ਬਣੂਗੀ ਉਹ ਜਿਹੜੀ ਸੁਸਾਈਡ ਕਰਨ ਨੂੰ ਫਿਰਦੀ ਸੀ। ਪਰਸੋਂ ਕੁੜੀ ਇੱਥੇ ਆਈ, ਸਰਪ੍ਰੀਤ ਘੁੰਮਣ, ਔਰ ਸਾਨੂੰ ਤਾਂ ਪਤਾ ਕਿ ਉਹ ਕੁੜੀ ਸਰਪ੍ਰੀਤ ਘੁੰਮਣ ਨਰਸਿੰਗ ਦੀ ਸਟੂਡੈਂਟ ਸੀ, ਫਾਦਰ ਹੈ ਨਹੀਂ ਉਹ ਕੁੜੀ ਦੇ। ਜਾ ਰਹੀ ਹੈ ਇੱਕ ਦਿਨ, ਉਹ ਸਕੂਟਰੀ 'ਤੇ ਐਕਸੀਡੈਂਟ ਹੋ ਗਿਆ, ਡਾਕਟਰ ਦੀ ਗਲਤੀ ਨਾਲ ਜਦੋਂ ਰੌਡ ਪਾਈ ਉਹ ਗੈਂਗਰੇਨ ਹੋ ਗਈ, ਲੱਤ ਕੱਟਣੀ ਪਈ। ਇੱਕ ਲੱਤ ਨਾਲ ਉਹ ਕੁੜੀ ਨੇ ਪ੍ਰੈਕਟਿਸ ਸ਼ੁਰੂ ਕੀਤੀ, ਹੁਣ ਉਸ ਇੰਡੀਆ ਦੀ ਸਟਾਰ ਬਣੀ ਹੋਈ ਹੈ, ਵਨ ਲੈਗ ਡਾਂਸਰ ਦੇ ਤੌਰ 'ਤੇ ਉਹਨੂੰ ਲੋਕ ਜਾਣਦੇ ਨੇ। ਉੱਥੇ ਵੋਟ ਮੰਗਣ ਆਈ ਸੀ ਕੱਲ੍ਹ ਤੱਕ, ਮੇਰਾ ਖਿਆਲ ਵੋਟ ਦਾ ਅੱਜ ਜਾਂ ਲਾਸਟ ਡੇ ਹੈ। ਔਰ ਸਰਪ੍ਰੀਤ ਘੁੰਮਣ ਨੂੰ ਜਿਹੜੀ ਬੈੱਡ 'ਤੇ ਪਈ ਸੀ, ਉਹਨੇ ਕਿਤੇ TV 'ਚ ਦੇਖਿਆ ਕਿ ਵਿਨੋਦ ਠਾਕਰ ਨਾਂ ਦਾ ਇੱਕ ਮੁੰਡਾ ਜਿਹਦੇ ਦੋਨੇ ਲੱਤਾਂ ਨੇ, ਉਹ ਨੱਚ ਵਲੀਏ ਦਾ ਸਟਾਰ ਹੈ। ਕਹਿੰਦੀ ਮੈਨੂੰ ਦੇਖ ਕੇ ਇੱਕਦਮ ਮੈਂ ਇੰਸਪਾਇਰ ਹੋਈ ਵੀ ਜੇ ਦੋ ਲੱਤਾਂ ਨਾਲ ਨਹੀਂ ਕਰ ਸਕਦਾ, ਮੈਂ ਇੱਕ ਲੱਤ ਤਾਂ ਹੈ ਮੇਰੇ। ਔਰ ਆਈਟਮ ਡਾਂਸ 'ਤੇ ਉਹ ਡਾਂਸ ਕਰਦੀ ਹੈ, ਆਈਟਮ ਸੌਂਗਸ 'ਤੇ, ਔਰ ਇੱਥੋਂ ਦੀ ਕੁੜੀ ਹੈ, ਸੰਗਰੂਰ ਦੇ ਝੂਨਰ ਪਿੰਡ ਦੀ। ਕਿੰਨੀਆਂ ਐਗਜ਼ਾਮਪਲ ਨੇ, ਜੇ ਕੁਛ ਜਦੋਂ ਇੱਕ ਡ੍ਰੀਮ ਬਣ ਗਿਆ ਫਿਰ ਨਹੀਂ ਕੋਈ ਪਿੱਛੇ ਮੁੜ ਕੇ ਦੇ। ਸਾਡੇ ਬਿਸ਼ਵ ਚੌਧਰੀ ਰਾਏ ਨਾਂ ਦਾ ਇੱਕ ਬੰਦਾ, 4 ਸਾਲ ਦੀ ਉਹਦੀ ਉਮਰ, ਉਹਦੇ ਹਾਰਟ ਦੇ ਵਿੱਚ ਹੋਲ ਨਿਕਲਿਆ, ਸਰਜਰੀ ਹੋਈ, ਡਾਕਟਰ ਉਹਨੂੰ ਕਹਿੰਦੇ ਤੁਸੀਂ
ਕੋਈ ਹੈਵੀ ਕੰਮ ਨਹੀਂ ਕਰਨਾ ਉਹ ਬੰਦੇ ਨੇ ਉਹਦੇ ਮਨ 'ਚ ਕਿਤੇ ਸੀ ਕਿ ਮੈਂ ਗਿਨੀਜ਼ ਬੁੱਕ ਦੇ ਵਿੱਚ ਆਪਦਾ ਨਾਂ ਲਿਖਾਉਣਾ ਪ੍ਰੋਬਲਮ ਆ ਗਈ ਹੁਣ ਇੱਕ ਲੈਟਰ ਪੜ੍ਹੀ ਬਰੂਸ ਲੀ ਨੇ ਇੱਕ ਲੈਟਰ ਲਿਖੀ ਸੀ ਦੇਖੋ ਲਾਅ ਆਫ ਅਟ੍ਰੈਕਸ਼ਨ ਹੁਣ ਛਪਿਆ ਬਰੂਸ ਲੀ 1970 ਦੀ ਗੱਲ ਕਰ ਰਿਹਾ 9 ਜਨਵਰੀ 1970 ਦੀ ਇੱਕ ਬਹੁਤ ਪਾਪੂਲਰ ਲੈਟਰ ਪਈ ਹੈ ਜੇ ਤੁਸੀਂ ਦੇਖਣੀ ਹੋਵੇ ਨੈੱਟ 'ਤੇ ਜਾ ਕੇ ਦੇਖ ਲਿਓ ਉਹ ਬਰੂਸ ਲੀ ਨੇ ਕਿਹਾ ਇਹ ਲੈਟਰ ਟੂ ਏ ਸੀਕਰਟ ਲੈਟਰ ਟੂ ਮਾਈਸੈਲਫ ਉਸਨੇ ਉਹਦੇ 'ਚ ਕੀ ਲਿਖਿਆ ਲੈਟਰ ਦੇ 'ਚ ਜੋ ਡੈਰੀ ਮੈਂ ਤੁਹਾਨੂੰ ਕਿਹਾ ਉਹ ਕਹਿੰਦਾ ਅਗਲੇ 10 ਸਾਲ ਤੱਕ ਮੈਂ ਦੁਨੀਆ ਦਾ ਸਭ ਤੋਂ ਵਧੀਆ ਐਕਟਰ ਹੋਣਾ ਮੋਸਟ ਐਕਸਪੈਂਸਿਵ ਐਕਟਰ ਆਈ ਵਿਲ ਬੀ ਵਿਦ ਇਨ 10 ਈਅਰਸ ਔਰ ਦਿਨ 'ਚ ਕਈ ਵਾਰੀ ਪੜ੍ਹਦਾ ਸੀ ਉਹ ਆਪਦਾ ਲੈਟਰ ਆਪ ਹੀ ਪੜ੍ਹਦਾ ਸੀ ਜਸਟ ਟੂ ਸੈਲਫ ਮੋਟੀਵੇਸ਼ਨ ਆਪਦਾ ਏਮ ਨੂੰ ਯਾਦ ਰੱਖਣ ਲਈ ਆਫਟਰ 3 ਈਅਰਸ ਆਫ ਦਿਸ 1973 ਦੇ ਵਿੱਚ ਫਿਲਮ ਆਉਂਦੀ ਹੈ ਐਂਟਰ ਟੂ ਦਾ ਡਰੈਗਨ ਔਰ ਉਹ ਸਭ ਤੋਂ ਇੰਪੋਰਟੈਂਟ ਜਿਹੜਾ ਐਕਟਰ ਬਣ ਗਿਆ ਸੀ 3 ਸਾਲਾਂ 'ਚ 10 ਸਾਲ ਦਾ ਉਹਨੇ ਏਮ ਲਿਆ ਸੀ ਇਹ ਰਾਏ ਚੌਧਰੀ ਨੇ ਉਹਨੂੰ ਪੜ੍ਹਿਆ ਰਾਏ ਚੌਧਰੀ ਨੇ ਕੀ ਕੀਤਾ ਜਿਹੜਾ ਉਹਨੇ ਪੁਸ਼ਅਪਸ ਲਾਉਣੇ ਸ਼ੁਰੂ ਕੀਤੇ ਇਮੈਜੀਨੇਸ਼ਨ 'ਚ ਹਰ ਰੋਜ਼ ਹੀ ਉੱਠਿਆ ਕਰੇ ਇਮੈਜੀਨੇਸ਼ਨ 'ਚ ਪੁਸ਼ਅਪ ਲਾਇਆ ਕਰੇ ਔਰ ਇਹ ਕੰਮ ਉਹਨੇ ਸਾਲ ਕੀਤਾ ਉਦੋਂ ਬਾਅਦ ਹੌਲੀ ਹੌਲੀ ਪ੍ਰੈਕਟਿਸ ਸ਼ੁਰੂ ਕੀਤੀ ਫਿਰ ਉਹਨੇ ਉਸ ਜਿੰਨੇ ਪੁਸ਼ਅਪ ਉਹ ਮਾਇੰਡ 'ਚ ਲਾਉਂਦਾ ਸੀ ਕਲਪਨਾ 'ਚ ਲਾਉਂਦਾ ਸੀ ਉਹਨੂੰ ਹੁਣੇ ਰਿਐਲਿਟੀ 'ਚ ਪ੍ਰੈਕਟਿਸ ਕਰਨਾ ਸ਼ੁਰੂ ਕੀਤਾ ਅਤੇ ਇੱਕ ਦਿਨ ਉਸਨੇ ਕੀ ਕੀਤਾ ਲੀ ਮਾਡਰਨ ਹੋਟਲ ਦਿੱਲੀ ਦੇ ਵਿੱਚ ਮੀਡੀਆ ਨੂੰ ਬੁਲਾਇਆ ਗਿਨੀਜ਼ ਬੁੱਕ ਵਾਲਿਆਂ ਨੂੰ ਬੁਲਾਇਆ ਇੱਕ ਮਿੰਟ ਦੇ ਵਿੱਚ 198 ਪੁਸ਼ਅਪ ਲਗਾ ਕੇ ਰਿਕਾਰਡ ਉਹਨੇ ਇਹ ਕੀ ਹੈ ਇਹ ਹੈ ਜਿਹੜੀ ਮੈਂ ਥਾਟ ਦੀ ਪਾਵਰ ਦੀ ਗੱਲ ਕਰਦਾ ਇਹ ਹੈ ਬਿਲ ਪਾਵਰ ਦੀ ਗੱਲ ਜਦੋਂ ਤੁਸੀਂ ਡ੍ਰੀਮ ਬਣਾ ਲਿਆ ਫਿਰ ਤੁਸੀਂ ਬਿਲ ਪਾਵਰ ਨਾਲ ਉਹ 'ਚ ਲੱਗਣਾ ਉਹਨੂੰ ਇੱਕ ਮੁਹੰਮਦ ਅਲੀ ਹੋਇਆ ਬਾਕਸਰ ਬਹੁਤ ਇੰਪੋਰਟੈਂਟ ਚੈਂਪੀਅਨ ਬਾਕਸਰ ਕਹਿੰਦੇ ਨੇ ਉਹਨੂੰ ਆਮ ਦਾ ਚੈਂਪੀਅਨ ਉਹਦਾ ਰਖਵੰਡ ਸਿੰਘ ਇੱਕ ਦਿਨ ਉਹਨੂੰ ਕਿਸੇ ਨੇ ਪੁੱਛਿਆ ਕਹਿੰਦਾ ਵਿਚ ਇਜ਼ ਮੋਰ ਇੰਪੋਰਟੈਂਟ ਬਿਲ ਔਰ ਸਕਿੱਲ ਵਟ ਇਜ਼ ਇੰਪੋਰਟੈਂਟ ਹੀ ਸੈਡ ਬਿਲ ਇਜ਼ ਮੋਰ ਇੰਪੋਰਟੈਂਟ ਇੱਛਾ ਸ਼ਕਤੀ ਇਜ਼ ਮੋਰ ਇੰਪੋਰਟੈਂਟ ਉਹ ਕਹਿੰਦਾ ਮੈਂ ਉਹਦੇ 'ਚ ਗਿਰਿਆ ਪਿਆ ਰਿੰਗ 'ਚ ਰੈਫਰੀ ਕਹਿ ਰਿਹਾ 1, 2, 3 ਜੇ ਮੇਰੇ 'ਚ ਬਿਲ ਪਾਵਰ ਆ ਤਾਂ ਹੀ ਮੈਂ ਉੱਠ ਸਕੂੰ ਉੱਠ ਖੜੇ ਬਿਲ ਮੋਰ ਇੰਪੋਰਟੈਂਟ ਔਰ ਜਦੋਂ ਤੁਸੀਂ ਇਹ ਕੁਛ ਬਣਾ ਲੈਂਦੇ ਹੋ ਨਾ ਮਾਇੰਡ ਦੇ ਵਿੱਚ ਬਹੁਤ ਵਾਰ ਲੋਕ ਪੁੱਛਦੇ ਨੇ ਕਿ ਜੀ ਅਸੀਂ ਸਕਸੈਸਫੁਲ ਕਿਉਂ ਨਹੀਂ ਹੋਏ ਜੀ ਲੱਕ ਨਹੀਂ ਸੀ ਇਹ ਤਾਂ ਕਿਸਮਤ ਹੁੰਦੀ ਹੈ ਤੁਹਾਡੇ 'ਚ ਕਿੰਨੇ ਬੱਚੇ ਮੰਨਦੇ ਨੇ ਵੀ ਕਿਸਮਤ ਨਾਲ ਹੀ ਬੰਦਾ ਸਕਸੈਸ ਹੁੰਦਾ ਕਿਸਮਤ ਨਾਲ ਹੁੰਦੇ ਮੈਨੂੰ ਬਹੁਤ ਵਾਰੀ ਇਹ ਸਵਾਲ ਆਉਂਦਾ ਕਿ ਜੀ ਲੱਕ ਨਾਲ ਆਉਂਦਾ ਮੈਂ ਕਿਹਾ ਯਾਰ ਮੈਨੂੰ ਤਾਂ ਐਂ ਲੱਗਦਾ ਉਹ ਬੱਚਿਆਂ ਦਾ ਇੱਕ ਗਾਣਾ ਸੀ ਬੜਾ ਪਾਪੂਲਰ ਨੰਨੇ ਮੁੰਨੇ ਬੱਚੇ ਤੇਰੀ ਮੁੱਠੀ ਮੇਂ ਕਿਆ ਹੈ ਮੁੱਠੀ ਮੇਂ ਹੈ ਤਕਦੀਰ ਹਮਾਰੀ ਇਸ ਤਰ੍ਹਾਂ ਹੀ ਜਿਹੜਾ ਉਹ ਫਲਿਪਸ ਮਾਰਕਸ ਫਲਿਪਸ ਹੈ ਨਾ ਜਿਹਨੇ 22 ਮੈਡਲ ਜਿੱਤੇ ਸਵਿਮਿੰਗ 'ਚ ਉਹਨੂੰ ਕਿਸੇ ਨੇ ਪੁੱਛਿਆ ਕਿ ਤੇਰਾ ਲੱਕ ਇਸ ਵੈਰੀ ਲੱਕੀ ਡੇ ਫੋਰ ਯੂ ਕਹਿੰਦਾ ਵਟ ਇਜ਼ ਲੱਕੀ ਡੇ ਨੋ ਦਿਸ ਇਜ਼ ਨੋਟ ਦੀ ਲੱਕੀ ਡੇ ਕਹਿੰਦਾ ਭਾਈ ਸਾਹਿਬ 15 ਸਾਲ ਪ੍ਰੈਕਟਿਸ ਕਰਦੇ ਹਾਂ 8-8 ਘੰਟੇ ਪਾਣੀ 'ਚ ਡੇਲੀ ਬਿਨਾਂ ਨਾਗਾ ਬਿਨਾਂ ਸੰਡੇ ਤੋਂ ਮੈਂ ਪ੍ਰੈਕਟਿਸ ਕੀਤੀ ਹੈ ਤਾਂ ਆਇਆ ਇਹਦੇ 'ਚ ਕਹਿੰਦੇ ਲੱਕ ਕਿੱਥੇ ਇੱਕ ਐਥਲੀਟ 15 ਸਾਲ ਪ੍ਰੈਕਟਿਸ ਕਰਕੇ 15 ਸਕਿੰਟ ਲਈ ਭੱਜਦਾ ਉਹ ਕਹਿੰਦਾ ਵੇਅਰ ਇਜ਼ ਲੱਕ ਸੰਬੜੀ ਆਸਕ ਮੀ ਇਨ ਏ ਪ੍ਰੋਗਰਾਮ ਵਟ ਯੂ ਥਿੰਕ ਅਬਾਊਟ ਦ ਲੱਕ ਮੈਂ ਨੋ ਦੇਅਰ ਇਜ਼ ਲੱਕ ਆਲਸੋ ਯੈਸ ਇਹ ਨਹੀਂ ਕਿ ਲੱਕ ਨਹੀਂ ਹੈ ਮੈਂ ਉਹਨੂੰ ਕਿਹਾ ਮੁਹੰਮਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਲੱਕ ਕਿੰਨਾ ਕੁ ਰੋਲ ਪਲੇ ਕਰਦੀ ਹੈ ਕਿਸੇ ਦੀ ਸਕਸੈਸ ਦੇ ਵਿੱਚ ਦੁਨੀਆ ਦੇ ਵਿੱਚ ਕਿਉਂਕਿ ਆਮ ਤੌਰ 'ਤੇ ਅਸੀਂ ਕਹਿੰਦੇ ਕਿ ਸਾਰਾ ਕੁਛ ਉਹਦੇ ਹੱਥ ਹੈ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲੇਖਾ ਨਾਲ ਜੇ ਉਹਦੇ ਹੁਕਮ 'ਚ ਹੈ ਫਿਰ ਸਾਡੇ ਹੱਥ 'ਚ ਕੀ ਹੈ ਮੁਹੰਮਦ ਸਾਹਿਬ ਦਾ ਜਵਾਬ ਸੀ ਕਹਿੰਦੇ ਵੀ ਤੂੰ ਖੜ੍ਹਾ ਹੋ ਉਹ ਖੜ੍ਹਾ ਹੋਇਆ ਕਹਿੰਦੇ ਲੱਤ ਚੱਕ ਉਹਨੇ ਲੱਤ ਚੱਕੀ ਕਹਿੰਦਾ ਹੁਣ ਦੂਜੀ ਚੱਕ
ਪੁਨੀਤ ਦੂਜੀ ਨੇ ਕਹਿੰਦਾ ਦਿਸ ਇਜ਼ ਦਾ ਯੋਰ ਪਾਰਟ, ਪਹਿਲਾ ਸਟੈਪ ਕੀ ਚੱਕਣਾ ਇਹ ਤੇਰੇ ਹੱਥ 'ਚ ਹੈ, ਤੁਹਾਡੇ ਹੱਥ 'ਚ ਕੀ ਹੈ, ਤੁਹਾਡਾ ਪਹਿਲਾ ਸਟੈਪ, ਤੁਸੀਂ ਪਹਿਲਾ ਸਟੈਪ ਜਿਹੜਾ ਚੱਕ ਲਿਆ। ਹੁਣ ਜਿਹੜੀ ਫਲਿਪਸ ਦੀ ਉਦਾਹਰਨ ਦਿੱਤੀ ਹੈ ਉਹ ਬਹੁਤ, ਕਹਿੰਦਾ ਜਰਨਲਿਸਟ ਨੂੰ ਕਹਿੰਦਾ ਜਿਹਨੇ ਸਵਾਲ ਕੀਤਾ ਸੀ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਕਹਿਣਾ ਲੈ 15 ਸਾਲ ਲਈ ਤੁਸੀਂ ਪਾਣੀ 'ਚ ਹਰ ਰੋਜ਼ 8 ਘੰਟੇ ਪ੍ਰੈਕਟਿਸ ਕਰੋ, ਤੁਸੀਂ ਗੋਲਡ ਮੈਡਲ ਲੈ ਜਾਓਗੇ, ਤੁਸੀਂ ਕਰੋ ਸਹੀ। ਐਨੀਬਾਡੀ ਇਸ ਹਾਲ ਦੇ ਵਿੱਚ ਮੈਂ ਗਰੰਟੀ ਨਾਲ ਕਹਿੰਦਾ ਜਿਹੜਾ ਬੰਦਾ ਕਹਿੰਦਾ ਮੈਂ ਆਹ ਕਰਨਾ IAS ਕਰਨਾ, ਮੈਂ ਉਹਨੂੰ 2 ਸਾਲ ਦੀ ਗਰੰਟੀ ਦਿੰਦਾ ਮੇਰੇ ਮੁਤਾਬਕ 15-14 ਘੰਟੇ ਡੇਲੀ ਪੜ੍ਹਨਾ ਸ਼ੁਰੂ ਕਰ ਦੇ। ਜਿਹੜਾ ਕੁਛ ਜੇ ਕੁਛ ਆਪਾਂ ਕਿਸੇ ਨੂੰ ਜਿੱਤਣਾ ਉਨੀ ਸੈਕਰੀਫਾਈਸ ਵੀ ਕਰਨੀ ਪਊ, ਜਿੰਨਾ ਆਪਾਂ ਲੰਬਾ ਜੰਪ ਮਾਰਨਾ ਉਹਦੇ ਪਿੱਛੋਂ ਭੱਜਣਾ ਵੀ ਪੈਂਦਾ, ਹਾਰਡਵਰਕ ਵੀ ਕਰਨੇ ਪੈਂਦੇ, ਡਿਟਰਮੀਨੇਸ਼ਨ ਵੀ ਪੈਂਦੀ, ਡੈਡੀਕੇਸ਼ਨ ਵੀ ਹੈ, ਬਾਕੀ ਡੀ ਦਾ ਵੀ ਇਹਦੇ 'ਚ ਵੱਡਾ ਰੋਲ ਹੈ। ਜਿੰਨੀ ਡਿਟਰਮੀਨੇਸ਼ਨ ਜਿੰਨੀ ਡੈਡੀਕੇਸ਼ਨ ਨਾਲ ਅਸੀਂ ਕੰਮ ਕਰਦੇ ਹਾਂ ਉਨਾ ਹੀ, ਕੀ ਕਦੇ ਆਪਾਂ ਹਿਸਾਬ ਲਾਇਆ ਅਸੀਂ ਹਰ ਰੋਜ਼ ਕੀ ਕਰ ਰਹੇ ਹਾਂ, ਸਾਡੀ ਟਾਈਮ ਮੈਨੇਜਮੈਂਟ ਕਿਵੇਂ ਕਰ ਰਹੇ ਹਾਂ, ਵੀ ਮਸਟ ਨੋ ਅਬਾਊਟ ਦੈਟ। ਔਰ ਟਾਈਮ ਮੈਨੇਜਮੈਂਟ ਦੇ ਲਈ, ਪਰਸਨੈਲਿਟੀ ਡਿਵੈਲਪਮੈਂਟ ਲਈ, ਕਮਿਊਨੀਕੇਸ਼ਨ ਸਕਿੱਲ ਲਈ ਅਸੀਂ ਕਿੰਨਾ ਕੁ ਜ਼ੋਰ ਲਾ ਰਹੇ। ਮਤਲਬ ਅੱਜ ਕੱਲ੍ਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਚੀਜ਼ ਇੰਪੋਰਟੈਂਟ ਹੈ ਉਹ ਹੈ ਕਿ ਤੁਸੀਂ ਤੁਹਾਡੀ ਕਮਿਊਨੀਕੇਸ਼ਨ ਸਕਿੱਲ, ਦ ਮੋਸਟ ਇੰਪੋਰਟੈਂਟ ਇਜ਼ ਯੋਰ ਕਮਿਊਨੀ, ਇਫ ਯੂ ਵਾਂਟ ਟੂ ਏ ਸਕਸੈਸਫੁਲ ਪਰਸਨ ਯੂ ਸ਼ੁੱਡ ਬੀ ਅ ਗੁੱਡ ਕਮਿਊਨੀਕੇਟਰ। ਕਿਉਂ, ਥਿੰਕ ਅਬਾਊਟ ਐਨੀ ਫੀਲਡ, ਕੋਈ ਫੀਲਡ ਲੈ ਲਓ, ਦੁਕਾਨਦਾਰ ਹੋ ਤਾਂ ਤੁਹਾਡੀ ਕਮਿਊਨੀਕੇਸ਼ਨ ਸਕਿੱਲ, ਉਹੀ ਦੁਕਾਨਦਾਰ ਵਧੀਆ ਕੱਪੜਾ ਵੇਚ ਜਾਂਦਾ ਜਿਹੜਾ ਬੀਬੀਆਂ ਨੂੰ ਕਹੋ ਕਿਆ ਬਾਤ ਆ, ਆਹ ਤਾਂ ਭੈਣ ਜੀ ਤੁਹਾਡੇ ਬਹੁਤ ਜੱਚਦਾ, ਮੈਂ ਜਿਹੋ ਜਿਹੜਾ ਮਰਜ਼ੀ ਚੱਕ ਲਓ ਉਹਨੇ ਜਚਾ ਦੇਣਾ, ਉਹਨੂੰ ਪਤਾ ਕਮਿਊਨੀਕੇਸ਼ਨ ਸਕਿੱਲ ਦਾ। ਜਿਹੜਾ ਟੀਚਰ ਵਧੀਆ ਕਮਿਊਨੀਕੇਟਰ ਹੈ ਉਹੀ ਟੀਚਰ ਨੂੰ ਲੋਕ ਲਾਈਕ ਕਰਦੇ ਨੇ ਜਾਂ ਉਹ ਵਧੀਆ ਪੜ੍ਹਾ ਸਕਦਾ। ਆ ਫਰੀਦਕੋਟ ਮੈਂ ਗਿਆ ਲੈਕਚਰ ਦੇ ਰਹੇ ਹਾਂ, ਉੱਥੇ ਨਾ ਮੇਰੇ ਸਟੂਡੈਂਟ ਲੈਕਚਰਰ ਆ, ਉਹਦੀ ਬੀਵੀ ਵੀ ਮੇਰੀ ਸਟੂਡੈਂਟ ਸੀ, ਮਤਲਬ ਇੱਕ ਨਾਲ ਇੱਕ ਫਰੀ ਸੀ, ਅਤੇ ਉਹ ਮੈਨੂੰ ਜਦੋਂ ਲੈਕਚਰ ਤੋਂ ਬਾਅਦ ਮੈਨੂੰ ਕਹਿੰਦਾ ਸਾਡੇ ਘਰ ਚਾਹ ਪੀਣ ਜਾਇਓ, ਮੈਂ ਚਲਾ ਗਿਆ ਜੀ। ਉਹ ਜਦੋਂ ਅਸੀਂ ਚਾਹ ਉਹ ਲੈਣ ਆਏ ਤਾਂ ਉਹ ਆਈ, ਉਹਨੇ ਨਾ 2.5-3 ਸਾਲ ਦਾ ਬੱਚੇ ਨੂੰ ਉਹ ਪ੍ਰੈਸ ਸਾਹਿਬ ਦੀ ਗੋਦੀ 'ਚ ਬਿਠਾ ਕੇ ਕਹਿੰਦੀ ਇਹਨੂੰ ਸਵਾਇਓ ਜੀ ਜ਼ਰਾ। ਉਹ ਕਹਿੰਦਾ ਕਮਾਲ ਹੈ, ਇਹ ਮੇਰਾ ਕੰਮ ਥੋੜ੍ਹੀ ਹੈ। ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਵੀ ਤੁਹਾਡਾ ਕੰਮ ਨਹੀਂ, ਪਰ ਮੈਂ ਸੁਣਿਆ ਜਦੋਂ ਤੁਸੀਂ ਕਲਾਸ 'ਚ ਪੜ੍ਹਾਉਂਦੇ ਹੋ ਪਹਿਲੇ 15 ਮਿੰਟ 'ਚ ਅੱਧੀ ਕਲਾਸ ਸੌਂ ਜਾਂਦੀ ਹੈ। ਹੁਣ ਜਿਹੜੀ ਇਹੋ ਜਿਹੀ ਕਮਿਊਨੀਕੇਸ਼ਨ ਸਕਿੱਲ ਹੋਊ ਜਿਹਦੀ, ਉਹ ਕਿਹੋ ਜਿਹਾ ਟੀਚਰ ਹੋਊ? ਇੱਥੇ ਦੇਖੋ ਮੈਨੂੰ ਨਹੀਂ ਪਤਾ ਤੁਸੀਂ ਆਪਣੇ ਟੀਚਰਸ ਦੇ ਨਾਂ ਰੱਖੇ ਨੇ ਜਾਂ ਨਹੀਂ ਰੱਖੇ, ਅਸੀਂ ਤਾਂ ਰੱਖੇ ਹੁੰਦੇ ਸੀ, ਮੈਂ ਤੁਹਾਨੂੰ ਨਹੀਂ ਪੁੱਛਦਾ। ਪਰ ਮੈਂ ਇੱਥੇ ਨਾ ਮੇਰੇ ਕੋਲ ਯੂਨੀਵਰਸਿਟੀ ਦੇ ਕੋਈ ਆ ਕੇ ਬੈਠ ਗਏ ਮੇਰੇ ਨੌਨ ਸਟੂਡੈਂਟ, ਮੈਂ ਆਹ ਗੱਲ ਸੁਣੋ ਲਾਈਟ ਮੂਡ 'ਚ ਤੁਸੀਂ ਨੌਨ ਨੂੰ ਰੱਖੇ ਨੇ, ਉਹ ਜੀ ਛੱਡੋ ਜੀ ਗੱਲ ਕੀਤੀ ਦੂਰ ਹੋ ਜਾਂਦੀ ਹੈ। ਉਹ ਮੈਂ ਕਿਹਾ ਜਨਾਨੀ ਵਾਲੀ ਗੱਲ ਨਾ ਕਰ, ਗੱਲ ਕੀਤੀ ਦੂਰ ਹੁੰਦੀ ਹੈ। ਹੈਂ, ਮੈਂ ਕਿਹਾ ਤੂੰ ਐਂ ਦੱਸ ਨੌਨ ਰੱਖਿਆ? ਹਾਂਜੀ, ਕਹਿੰਦਾ ਰੱਖਿਆ ਫਲਾਨੇ ਦਾ, ਉਹਨੂੰ ਤਾਂ ਜੀ ਅਸੀਂ ਆਹ ਕਹਿੰਦੇ ਹਾਂ, ਫਲਾਨੇ ਦਾ ਉਹਨਾਂ ਨੂੰ ਵੀ ਜੀ ਅਸੀਂ ਆਹ ਕਹਿੰਦੇ ਹਾਂ। ਐਂ ਕਰਦਾ ਕਰਦਾ ਇੱਕ ਥਾਂ 'ਤੇ ਆ ਗਿਆ ਮੈਂ ਫਲਾਨੇ ਦਾ, ਉਹਨਾਂ ਦੇ ਨਾਂ 'ਤੇ ਜੀ ਬੱਕਰੀ ਰੱਖਿਆ, ਬੱਕਰੀ। ਮੈਂ ਕਿਹਾ ਯਾਰ ਯੂਨੀਵਰਸਿਟੀ 'ਚੋਂ ਤਾਂ ਕੋਈ ਸਾਰਾ ਨੌਂ ਤਾਂ ਦੇਖ ਕੇ ਰੱਖ ਲੈਣਾ ਸੀ। ਉਹ ਕਹਿੰਦਾ ਜੀ ਨਹੀਂ ਸਰ, ਉਹ ਜਦੋਂ ਵੀ ਕਲਾਸ 'ਚ ਆਉਂਦੇ ਨੇ ਸ਼ੁਰੂ ਕਰ ਦਿੰਦੇ ਨੇ, ਮੈਂ ਉਹ ਕੀਤਾ, ਮੈਂ ਉਹ ਕੀਤਾ, ਮੈਂ ਉਹ ਕੀਤਾ, ਮੈਂ ਉਹ ਕੀਤਾ, ਮੈਂ ਉਹ ਮੈਂ ਕਰੀ ਜਾਂਦੇ, ਅਸੀਂ ਬੱਕਰੀ ਰੱਖ ਲਿਆ। ਜੇ ਤੁਸੀਂ ਵਧੀਆ ਕਮਿਊਨੀਕੇਟਰ ਸਕਿੱਲ, ਜੇ ਤੁਹਾਨੂੰ ਪਤਾ ਕਿ ਜ਼ਿੰਦਗੀ 'ਚ ਤੁਸੀਂ ਦੋਸਤ ਬਣਾਉਣੇ ਨੇ, ਐਂਡ ਯੂ ਮਸਟ ਨੋ ਡੋਂਟ ਯੂਜ਼ ਫਸਟ ਪਰਸਨ, ਅਵਾਇਡ ਫਸਟ ਪਰਸਨ, ਡੋਂਟ ਯੂਜ਼ ਆਈ ਇਫ ਯੂ ਵਾਂਟ ਟੂ ਟੂ ਵਿਨ ਦਾ ਫਰੈਂਡਸ। ਜਿੰਨੇ ਜ਼ਿਆਦਾ ਤੁਸੀਂ ਆਈ ਵਰਤੋਂਗੇ ਉਨੇ ਤੁਸੀਂ ਦੋਸਤਾਂ ਨੂੰ ਲੂਜ਼ ਕਰੋਗੇ, ਦੋਸਤਾਂ ਦਾ ਮਜ਼ਾਕ ਉਡਾਉਣਗੇ ਤੁਹਾਡੇ ਵਿੱਚ। ਇੱਕ ਟੈਲੀਫੋਨ ਕੰਪਨੀ ਨੇ ਸਰਵੇ ਕੀਤਾ, ਹੁਣ ਸਭ ਤੋਂ ਜ਼ਿਆਦਾ ਅਸੀਂ ਜ਼ਿੰਦਗੀ 'ਚ ਆਈ ਦਾ ਯੂਜ਼ ਕਰਦੇ ਹਾਂ, ਆਈ ਮੈਂ ਕੀਤਾ, ਮੈਂ ਕੈਸੀ ਲੱਗ ਰਹੀ ਹੂੰ, ਮੈਂ ਐਸਾ ਕੀਤਾ, ਮੈਂ ਕੀ ਕੀਤਾ। ਔਰ ਇਫ ਯੂ ਵਾਂਟ ਟੂ ਵਿਨ ਫਰੈਂਡਸ, ਦ ਵਰਡ ਦ ਬੈਸਟ ਵਰਡ ਇਜ਼ ਦ ਨੇਮ ਆਫ ਦਾ ਅਦਰ ਪਰਸਨ, ਉਹਨਾਂ ਦਾ ਨਾਂ ਲਓ। ਰੂਜ਼ਵੈਲਟ ਨੂੰ ਜਦੋਂ ਅਮੈਰੀਕਾ ਦਾ ਪ੍ਰੈਜ਼ੀਡੈਂਟ ਬਣਿਆ, ਉਹਦੇ PA ਨੂੰ 50,000 ਬੰਦਿਆਂ ਦਾ ਨਾਂ ਪਤਾ ਸੀ,
ਸਾਡੇ ਕੋਲ ਵੀ ਬੜੇ ਲੀਡਰ ਹੋਏ ਨੇ, ਬੇਅੰਤ ਸਿੰਘ ਲੀਡਰ ਹੋਇਆ, ਗਿਆਨੀ ਜੈਲ ਸਿੰਘ ਦਾ ਬੜੇ ਨਾਂ ਲੈਂਦੇ ਸੀ। ਇਹ ਵੀ ਛੋਟੀਆਂ ਛੋਟੀਆਂ ਗੱਲਾਂ ਨੇ। ਇਹ ਸਾਨੂੰ ਕਮਿਊਨੀਕੇਸ਼ਨ ਸਕਿੱਲ ਆਉਣੀ ਚਾਹੀਦੀ ਹੈ, ਸਾਨੂੰ ਬਾਡੀ ਲੈਂਗੁਏਜ ਆਉਣੀ ਚਾਹੀਦੀ ਹੈ। ਜਦੋਂ ਤੁਸੀਂ ਇੱਥੇ ਹੁਣ ਤੁਸੀਂ ਕਲਾਸ 'ਚ ਬੈਠੇ ਹੋ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਜਿਹੜੀ ਗੱਲ ਮੈਂ ਕਰ ਰਿਹਾ ਇਹਦੇ ਨਾਲ ਸਿਰਫ ਮੇਰੀ ਆਵਾਜ਼ ਨਹੀਂ ਹੈ, ਮੇਰੀ ਬਾਡੀ ਵੀ ਤੁਹਾਡੇ ਨਾਲ ਗੱਲ ਕਰ ਰਹੀ, ਤੁਹਾਡੀ ਬਾਡੀ ਵੀ ਮੇਰੇ ਨਾਲ ਗੱਲ ਕਰ ਰਹੀ। ਔਰ ਤੁਸੀਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਕਰਦਾ ਜਦੋਂ ਤੁਸੀਂ ਵਾਸੀਆਂ ਲੈਣੀਆਂ ਸ਼ੁਰੂ ਕਰ ਦੋਗੇ, ਜਦੋਂ ਤੁਸੀਂ ਟਾਈਮ ਦੇਖਣਾ ਸ਼ੁਰੂ ਕਰ ਦੋਗੇ, ਜਦੋਂ ਤੁਹਾਡੀਆਂ ਅੱਖਾਂ ਇੱਧਰ ਉੱਧਰ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਦੋਂ ਤੁਸੀਂ ਮਨ 'ਚ ਗਾਲਾਂ ਕੱਢਣੀਆਂ ਸ਼ੁਰੂ ਕਰ ਦੋਗੇ, ਉਹ ਮੈਨੂੰ ਕਨਵੇ ਹੋ ਜਾਣਗੀਆਂ। ਕਦੋਂ ਹੁੰਦੀਆਂ ਨੇ? ਜਦੋਂ ਤੁਸੀਂ ਇਫ ਯੂ ਆਰ ਏ ਗੁੱਡ ਕਮਿਊਨੀਕੇਟਰ, ਯੂ ਨੋ ਹਾਊ ਟੂ ਰੀਡ ਦਾ ਮਾਇੰਡ ਆਫ ਦਾ ਪੀਪਲ, ਐਂਡ ਦਿਸ ਇਜ਼ ਦਾ ਪਾਰਟ ਆਫ ਦਿਸ, ਹਾਊ ਯੂ ਕੈਨ ਔਰਾ ਰੀਡਿੰਗ ਐਂਡ ਮਾਇੰਡ ਰੀਡਿੰਗ ਦਾ ਪਾਰਟ ਆਫ ਯੂਅਰ ਸਕਸੈਸ। ਔਰਾ ਰੀਡਿੰਗ ਬਹੁਤ ਇੰਪੋਰਟੈਂਟ ਹੈ। ਤਾਂ ਕਿਵੇਂ ਆਉਂਦੀ ਹੈ? ਜੇ ਤੁਸੀਂ ਬਾਡੀ ਲੈਂਗੁਏਜ ਨੂੰ ਜਾਣਦੇ ਹੋ, ਤੁਸੀਂ ਆਈ ਮੂਵਮੈਂਟ, ਲਿਪਸ ਮੂਵਮੈਂਟ, ਹੈਡ ਮੂਵਮੈਂਟ, ਜੈਸਚਰ, ਪੋਸਚਰ, ਇਹ ਸਭ ਨੂੰ ਸਮਝਦੇ ਹੋ। ਜਦੋਂ ਤੁਸੀਂ ਇਸ ਨੂੰ ਸਮਝਦੇ ਹੋ ਨਾ, ਫਿਰ ਤੁਸੀਂ ਬਾਡੀ ਨੂੰ ਸਮਝਣਾ ਸ਼ੁਰੂ ਕਰ ਦਿਓ। ਤਾਂ ਕਮਿਊਨੀਕੇਸ਼ਨ ਸਕਿੱਲ ਇਹ ਵੀ ਤਾਂ ਆਉਣੀ ਚਾਹੀਦੀ ਹੈ। ਤਾਂ ਕਿੰਨਾ ਕੁਛ ਪਿਆ, ਇੱਕ ਡ੍ਰੀਮ ਲੈ ਕੇ, ਇੱਕ ਲਾਈਨ ਲਿਖ ਕੇ ਤੁਸੀਂ ਕਿੱਥੇ ਚਲੇ ਗਏ? ਕਿਉਂਕਿ ਸਾਨੂੰ ਇੱਕ ਮੰਜ਼ਿਲ ਮਿਲ ਗਈ, ਜਦੋਂ ਮੰਜ਼ਿਲ ਮਿਲ ਗਈ ਫਿਰ ਅਸੀਂ ਉਹ ਮੰਜ਼ਿਲ 'ਚ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਨਹੀਂ ਅਸੀਂ ਪਿੱਛੇ ਮੁੜ ਕੇ ਦੇਖਦੇ, ਨਾ ਹੀ ਸਾਨੂੰ ਦੇਖਣਾ ਚਾਹੀਦਾ, ਕਿਉਂਕਿ ਸਾਡੇ ਕੋਲ ਇੱਕ ਡ੍ਰੀਮ ਆ ਜਾਂਦਾ। ਹੁਣ ਮੈਂ ਤੁਹਾਨੂੰ ਇਹ ਡ੍ਰੀਮ ਤਾਂ ਤੁਸੀਂ ਮੰਨ ਲਿਆ, ਜੋ ਮੇਰੇ ਸਾਹਮਣੇ ਡ੍ਰੀਮ ਦੀ ਗੱਲ ਕੀਤੀ ਹੈ, ਮੈਂ ਤੁਹਾਨੂੰ ਇੱਕ ਡ੍ਰੀਮ ਦਿੰਦਾ ਛੋਟਾ ਜਿਹਾ, ਬਾਕੀ ਡ੍ਰੀਮ ਤੁਸੀਂ ਆਪ ਲੈਣਾ। ਸਾਡੇ ਕੋਲ ਜਿਹੜਾ ਤੁਹਾਡੇ ਲਈ ਬੇਸਿਕਲੀ, ਤੁਸੀਂ ਵੀ ਸਾਡਾ ਡ੍ਰੀਮ ਹੋ। ਸੋਢੀ ਸਾਹਿਬ ਡਾਕਟਰ ਟਿਵਾਣਾ ਨੇ ਜਦੋਂ ਇਹ ਡ੍ਰੀਮ ਲਿਆ, ਸੋਢੀ ਸਾਹਿਬ ਆਏ ਤੋਂ ਬਾਅਦ ਇਹ ਡ੍ਰੀਮ ਕੀ ਸੀ ਕਿ ਪੰਜਾਬ ਦੇ ਬੱਚੇ ਜਿਹੜੇ ਨੇ, ਮੈਨੂੰ ਬੜੇ ਬਹੁਤ ਅਫਸੋਸ ਨਾਲ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨੀ ਪੈਂਦੀ ਹੈ ਕਿ ਸਾਡਾ ਸ਼ੇਅਰ ਸਾਰੀਆਂ ਗੱਲਾਂ 'ਚ ਘੱਟ ਰਿਹਾ ਸ਼ਰਾਬ ਤੋਂ ਬਿਨਾਂ। ਦੋ ਗੱਲਾਂ ਅਸੀਂ ਸਭ ਤੋਂ ਜ਼ਿਆਦਾ ਕਰਦੇ ਹਾਂ, ਅਸੀਂ ਸ਼ਰਾਬ ਸਭ ਤੋਂ ਜ਼ਿਆਦਾ ਪੀਂਦੇ ਹਾਂ, ਅਸੀਂ ਗਾਲਾਂ ਸਭ ਤੋਂ ਜ਼ਿਆਦਾ ਕੱਢਦੇ ਹਾਂ। ਤੁਹਾਡਾ ਕੀ ਸ਼ੇਅਰ ਹੈ? ਸਾਡੇ ਨਾਲ ਬਿਹਾਰ ਦਾ ਸ਼ੇਅਰ ਕਿਤੇ ਜ਼ਿਆਦਾ ਆਈਏ ਇਸ ਦੇ ਵਿੱਚ, ਸਾਡੇ ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿੰਨੇ ਆਈਏ? ਇਸ ਅਫਸਰ ਨੇ ਮੈਨੂੰ ਗਿਣ ਕੇ ਦਿਖਾ ਦਿਓ, ਕਦੇ ਤੁਸੀਂ ਆਪਣੇ ਟੀਚਰਸ ਨਾਲ ਗੱਲ ਕਰ ਲਓ। ਵੀ ਡੋਂਟ ਹੈਵ, ਹਾਊ ਮੈਨੀ IPS ਆਫੀਸਰ ਵੀ ਹੈਵ, ਹਾਊ ਮੈਨੀ ਸੈਕਟਰੀਜ਼ ਇਨ ਦਾ ਗਵਰਨਮੈਂਟ ਆਫ ਇੰਡੀਆ, ਕੈਬਨਿਟ ਸੈਕਟਰੀ ਕਿੰਨੇ ਨੇ ਸਾਡੇ? ਨੋ, ਵੀ ਆਰ ਸੋ ਬਿਹਾਈਂਡ ਇਨ ਦਿਸ ਫੀਲਡ। ਵਾਈ? ਦਿਸ ਇਜ਼ ਦਾ ਰੀਜ਼ਨ ਵੀ ਹੈਡ ਏ ਡ੍ਰੀਮ ਫਾਰ ਯੂ ਪੀਪਲ, ਕਿ ਜਿਹੜਾ ਕੁਛ ਅਸੀਂ ਚਾਹੁੰਦੇ ਹਾਂ ਉਹ ਅਸੀਂ ਤੁਹਾਨੂੰ ਪਲੱਸ ਟੂ ਤੋਂ ਬਾਅਦ ਹੀ ਤੁਹਾਡੇ ਮਾਇੰਡ 'ਚ ਆ ਜਾਏ, ਔਰ ਤੁਸੀਂ ਤਿਆਰੀ ਹੁਣੇ ਤੋਂ ਕਰਨੀ ਸ਼ੁਰੂ ਕਰੋ। ਇਕੱਲੀ ਤਿਆਰੀ ਨਹੀਂ, ਤੁਸੀਂ ਇਹਨੂੰ ਸੈਂਟੀਫਿਕਲੀ ਵੀ ਕੰਮ ਸ਼ੁਰੂ ਕਰੋ। ਸੈਂਟੀਫਿਕਲੀ ਲਾਅ ਆਫ ਅਟ੍ਰੈਕਸ਼ਨ, ਸੈਂਟੀਫਿਕਲੀ ਜੈਸੀ ਦ੍ਰਿਸ਼ਟੀ ਕਰੇ ਤੈਸਾ ਹੋਏ, ਸੈਂਟੀਫਿਕਲੀ ਜਿਹੀ ਨੀਤ ਤੇਹੀ ਮਰਾਦ, ਜਿੱਥੇ ਚਾਹ ਉੱਥੇ ਰਾਹ। ਅਤੇ ਜੇ ਤੁਸੀਂ ਹਰ ਰੋਜ਼ ਜਦੋਂ ਤੁਸੀਂ ਉੱਠਣਾ, ਇੱਕ ਦਿਨ ਦਾ ਵਾਅਦਾ ਕਰਨਾ ਤੁਸੀਂ ਜਸਟ ਫੋਰ ਵਨ ਡੇ, ਜਿਸ ਦਿਨ ਉੱਠਦੇ ਹੋ ਐਵਰੀ ਡੇ, ਯੂ ਜਸਟ ਐਵਰੀ ਡੇ ਇਨ ਦਾ ਅਰਲੀ ਇਨ ਦਾ ਮੋਰਨਿੰਗ, ਅਰਲੀ ਇਨ ਦਾ ਮੋਰਨਿੰਗ ਡਜ਼ ਮੀਨ ਕਿ 9 ਵਜੇ ਉੱਠਣਾ, ਅਰਲੀ ਮੀਨਸ ਅਰਲੀ ਉੱਠ ਕੇ ਤੁਸੀਂ ਸਿਰਫ ਇਹ ਕਹਿਣਾ ਕਿ ਯਾਰ ਮੈਂ ਸੋਚਿਆ ਸੀ ਕਿ ਮੈਂ IAS ਬਣਨਾ, ਅਤੇ ਅੱਜ ਮੈਂ ਇੰਨੇ ਕਦਮ ਆਪਣੀ ਇਸ ਮੰਜ਼ਿਲ ਵੱਲ ਹੋਰ ਅੱਗੇ ਵਧਣਾ, ਅੱਜ ਮੈਂ ਆਹ ਪੜ੍ਹਨਾ, ਅੱਜ ਮੈਂ ਇਹ ਦੇਖਣਾ ਕਿੰਨੇ ਅਖਬਾਰ ਪੜ੍ਹਨੇ ਨੇ, ਕਿੰਨੇ ਸ਼ਬਦ ਨੋਟ ਕਰਨੇ ਨਵੇਂ ਜਿਹੜੇ ਮੈਨੂੰ ਨਹੀਂ ਆਉਂਦੇ ਸੀ, ਪੰਜਾਬੀ ਦਾ ਮੈਂ ਇਹ ਪੜ੍ਹਨਾ, ਇੰਗਲਿਸ਼ 'ਚ ਮੈਂ ਇਹ ਪੜ੍ਹਨਾ। ਤੁਸੀਂ ਮਹੀਨੇ ਬਾਅਦ ਦੇਖਿਓ ਤੁਹਾਡੀ ਚੇਂਜ। ਜਿਹੜੀ ਡਾਇਰੀ ਤੁਸੀਂ ਨਹੀਂ ਵੀ ਲਿਖਦੇ ਨਾ, ਇੱਕ ਡਾਇਰੀ ਬੜੀ ਸੌਖੀ ਹੈ, 1.5 ਮਿੰਟ 'ਚ ਐਵਰੀ ਡੇ ਯੂ ਕੈਨ ਰਾਈਟ ਯੂਅਰ ਡੇਲੀ ਡਾਇਰੀ, ਯੂਅਰ ਸਕਸੈਸ ਡਾਇਰੀ ਆਲਸੋ, ਵਿਦ ਇਨ ਹਾਫ ਐਂਡ 1 ਮਿੰਟ ਐਂਡ ਹਾਫ ਮਿੰਟ, ਜਸਟ ਇੰਨਾ ਕੁ ਟਾਈਮ ਦੇਣਾ। ਕੀ ਕਰਨਾ? ਮੇਕ ਏ ਟੇਬਲ, ਪਹਿਲਾ ਜਿਹੜਾ ਕੌਲਮ ਬਣਾ ਲਿਆ, ਅੱਜ ਦੀ ਡੇਟ ਹੈ 30-31 ਖਾਨੇ ਬਣ ਗਏ 31 ਦਿਨ ਦੇ,
ਪਹਿਲੀ ਡੇਟ ਪਾ ਕੇ ਕਿੰਨੇ ਵਜੇ ਉੱਠੇ, ਸਪੋਜ਼ 5 ਵਜੇ ਉੱਠੇ, ਕਿੰਨੇ ਵਜੇ ਸੁੱਤੇ, 11 ਵਜੇ ਸੁੱਤੇ, ਕਿੰਨੀਆਂ ਕਲਾਸਾਂ ਲਾਈਆਂ, ਕਿੰਨੇ ਘੰਟੇ ਤੁਸੀਂ ਐਕਸਰਸਾਈਜ਼ ਕੀਤੀ, ਕਿੰਨੇ ਘੰਟੇ ਤੁਸੀਂ ਨਿਊਜ਼ ਪੇਪਰ ਪੜ੍ਹੇ, ਕਿੰਨਾ ਤੁਸੀਂ ਇੰਟਰਟੇਨਮੈਂਟ ਦੇ ਚੈਨਲ ਦੇਖੇ, ਜੋ ਤੁਸੀਂ ਕੀਤਾ ਸਾਰਾ ਉਹਦੇ ਕਾਲਮ ਬਣ ਜਾਣਗੇ। ਜਦੋਂ ਇਹ ਮੈਂ ਬਣਾ ਕੇ ਦਿੱਤਾ ਨਾ ਆਪਣੇ ਸਟੂਡੈਂਟਸ ਨੂੰ, ਔਰ ਜਦੋਂ ਪਹਿਲੇ ਅਸੀਂ ਰਿਜ਼ਲਟ ਦੇਖੇ, ਪ੍ਰੈਸ ਸਾਹਿਬ ਮੈਂ ਹੈਰਾਨ ਹੋ ਗਿਆ, ਜਿਹੜੇ ਰਿਜ਼ਲਟ ਸੀ ਉਹਨਾਂ 'ਚ ਇੱਕ ਕਾਲਮ ਦਿੱਤਾ ਮੈਂ, ਕੀ ਸੀ, ਨਿੰਦਾ ਚੁਗਲੀ। ਔਰ 1 ਮਹੀਨੇ ਦੇ ਵਿੱਚ 90 ਘੰਟੇ ਆਏ ਨਿੰਦਾ ਚੁਗਲੀ ਦੇ, 90 ਘੰਟੇ। ਜਸਟ ਅਸੀਂ ਕੀ ਕਰ ਰਹੇ ਹਾਂ, ਤੁਸੀਂ ਵੀ ਸ਼ੁਰੂ ਕਰ ਲਓ ਅੱਜ ਤੋਂ, ਅਸੀਂ ਦੂਜਿਆਂ ਬਾਰੇ ਗੱਲ ਕਰਦੇ ਹਾਂ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਜ਼ਿਆਦਾ ਟਾਈਮ ਅਸੀਂ ਦੂਜਿਆਂ ਬਾਰੇ ਕਰਦੇ ਹਾਂ, ਜਦੋਂ ਅਸੀਂ ਦੂਜਿਆਂ ਬਾਰੇ ਨੈਗੇਟਿਵ ਗੱਲ ਕਰਦੇ ਹਾਂ ਉਹ ਨਿੰਦਾ ਚੁਗਲੀ ਹੁੰਦੀ ਹੈ, ਅਤੇ ਜ਼ਿਆਦਾ ਅਸੀਂ ਫਿਰ ਨਿੰਦਾ ਚੁਗਲੀ ਕਰਦੇ। 90 ਆਵਰਸ, ਔਰ ਮੈਂ ਜਗਰਾਉਂ ਦੇ DAV ਕਾਲਜ ਲੈਕਚਰ ਦੇ ਰਿਹਾ, ਇੱਕ ਟੀਚਰ ਉਹਨਾਂ ਦੀ ਖੜ੍ਹੀ ਹੋ ਕੇ ਕਹਿੰਦੀ ਸਰ ਅਸੀਂ ਨਹੀਂ ਤੁਹਾਡੇ ਨਾਲ ਸਹਿਮਤ। ਮੈਂ ਜੀ ਕਿਉਂ, ਕਹਿੰਦੀ ਸਾਡੇ ਕਾਲਜ ਤਾਂ ਅਸੀਂ 120 ਘੰਟੇ ਤੋਂ ਵੱਧ ਕਰਦੇ ਹਾਂ, ਕਹਿੰਦਾ ਤੁਸੀਂ 90 ਦੱਸੀ ਜਾਂਦੇ ਹੋ, ਤੁਸੀਂ ਆਪਦਾ ਦੇਖੋ। ਉਹ ਇਕੱਲਾ ਹੀ ਨਹੀਂ ਹੈ, ਤੁਸੀਂ ਉਹ ਅਨੈਲਿਸਿਸ ਕਰੋ। ਵੈਸੇ ਵੀ ਮੈਂ ਤੁਹਾਨੂੰ ਜ਼ਿੰਦਗੀ 'ਚ ਵੀ ਦੱਸਦਾ, ਜੇ ਬੰਦਾ ਤੁਹਾਡੇ ਕੋਲ ਆਉਂਦਾ, ਤੁਹਾਨੂੰ ਕਿਸੇ ਬਾਰੇ ਕੋਈ ਗੱਲ ਕਰਦਾ, ਤੁਸੀਂ ਉਹਦੇ 2-3 ਸਵਾਲ ਪੁੱਛੋ, ਜਾਂ ਆਪਦੇ ਮਨ 'ਚ ਪੁੱਛੋ ਵੀ ਇਹ ਕਿਉਂ ਕਰ ਰਿਹਾ। ਜੇ ਆ ਕੇ ਕਹਿੰਦਾ ਉਹ ਤੇਰੇ ਕੋਲ ਪਤਾ ਉਸਕੇ ਬਾਰੇ ਮੈਂ, ਪਹਿਲਾਂ ਹੀ ਪੁੱਛ ਲਓ, ਤੂੰ ਜੋ ਦੱਸ ਰਿਹਾ ਸੱਚ ਦੱਸ ਰਿਹਾ, ਤੂੰ ਜੋ ਬੋਲ ਰਿਹਾ ਪੋਜ਼ਿਟਿਵ ਬੋਲ ਰਿਹਾ, ਨੈਗੇਟਿਵ ਬੋਲ ਰਿਹਾ, ਤੂੰ ਕਿਉਂ ਨੈਗੇਟਿਵ ਬੋਲ ਰਿਹਾ। 3 ਗੱਲਾਂ ਜੇ ਤੁਸੀਂ ਵੀ ਉਹਨੂੰ ਵੀ ਪੁੱਛ ਲਓ, ਤੁਹਾਡੀ ਨਾਲੇ ਦੋਸਤਾਂ ਦੀ ਗਿਣਤੀ ਨਹੀਂ ਘਟੂਗੀ, ਨਾਲੇ ਲੜਾਈ ਝਗੜੇ ਨਹੀਂ ਘਟਣਗੇ, ਨਾਲੇ ਨਿੰਦਾ ਚੁਗਲੀ ਤੋਂ ਖਹਿੜਾ ਛੁੱਟੂਗਾ। ਅਨੈਲਿਸਿਸ ਜਦੋਂ ਤੁਸੀਂ ਮਹੀਨੇ ਬਾਅਦ ਕਰੋਗੇ ਨਾ, ਫਿਰ ਐਂਡ ਅਦਰ ਪੁਆਇੰਟ ਆਲਸੋ, ਆ ਰਾਜਪੁਰੇ ਤੁਹਾਡੇ ਕੋਲ ਜ਼ਿਆਦਾ ਦੂਰ ਨਹੀਂ, ਮੈਂ ਇੱਥੇ ਗੱਲ ਕਰ ਰਿਹਾ ਇਸ ਤਰ੍ਹਾਂ ਦੇ ਸੈਮੀਨਾਰ ਦੇ ਵਿੱਚ, ਆ ਬਹੁਤ ਵਧੀਆ ਪੱਗ ਬਣੀਆਂ ਬੱਚੇ ਨੇ। ਮੈਂ ਇਸ ਤਰ੍ਹਾਂ ਪੁੱਛਿਆ, ਮੈਂ ਬੇਟਾ ਕਿੰਨਾ ਟਾਈਮ ਲੱਗ ਜਾਂਦਾ ਪੱਗ ਬੰਨਣ ਨੂੰ, ਕਹਿੰਦੇ ਜੀ ਲੱਗ ਜਾਂਦਾ 25-30 ਮਿੰਟ ਜੀ, ਕਹਿੰਦਾ ਮੈਂ ਲਾ ਦਿੰਦਾ। ਮੈਂ ਕਿਹਾ ਫਿਰ ਮਹੀਨੇ 'ਚ ਕਿੰਨੇ ਲੱਗੇ, ਉਹਨੇ ਉਹਦੇ ਕੱਢਿਆ ਮੋਬਾਈਲ ਅਤੇ ਮੈਨੂੰ ਦੱਸਤਾ, ਕਹਿੰਦਾ ਜੀ ਇੰਨੇ ਕੁ ਲੱਗੇ। ਮੈਂ ਸਾਲ 'ਚ ਕਿੰਨੇ ਕੁ ਲੱਗੇ, ਉਹਨੇ ਸਾਲ ਦੇ ਦੱਸਤੇ। ਮੈਂ ਕਿਹਾ ਬੇਟਾ ਜੇ ਆਪਣੀ ਉਮਰ 70 ਸਾਲ ਐਵਰੇਜ ਇੰਡੀਆ ਦੀ, 40 ਸਾਲ ਆਪਣੀ ਐਕਟਿਵ ਲਾਈਫ ਹੈ, ਜੇ ਤੇਰੀ 40 ਸਾਲ ਦੀ ਉਮਰ ਹੋਵੇ ਕਾਕਾ ਜੀ, 3.5 ਸਾਲ ਤਾਂ ਤੁਸੀਂ ਸਿਰਫ ਪੱਗ ਬੰਨਣ 'ਤੇ ਲਾ ਤੇ, ਬਾਕੀ ਤਾਂ ਹੋਰ ਮੇਕਅਪ ਬਾਅਦ ਦੀ ਗੱਲ ਹੈ। ਮੈਂ ਆਪਣੀ ਬੀਵੀ ਨੂੰ ਕਿਹਾ, ਮੈਂ ਕਿਹਾ ਤੈਨੂੰ ਪਤਾ ਤੇਰੀ ਜ਼ਿੰਦਗੀ ਦੇ 8.5 ਸਾਲ ਕਿੱਧਰ ਨੂੰ ਜਾ ਰਹੇ ਨੇ, ਆਹ ਜਿਹੜਾ ਤੂੰ ਮੇਕਅਪ ਕਰਦੀ ਹੈ, ਹਰਦੀ ਤੁਸੀਂ ਲਾ ਲਓ ਸਾਹਿਬ ਤੁਸੀਂ। ਮੈਂ ਨਹੀਂ ਕਹਿੰਦਾ, ਮੈਂ ਤਾਂ ਕਹਿੰਦਾ 17 ਸਜਾਓ, ਪਰ 2-3 ਮਿੰਟ ਉਹੀ ਟਾਈਮ ਨੂੰ ਮੇਜ਼ ਕਰ ਲੈਣਾ। ਆਪਾਂ ਟਾਈਮ ਕਿੱਥੋਂ ਲੈ ਕੇ ਆਉਣਾ, ਟਾਈਮ ਤਾਂ ਜਿਹੜੇ ਸਕਸੈਸਫੁਲ ਪਰਸਨ ਨੇ ਉਹਨਾਂ ਕੋਲ 24 ਘੰਟੇ ਤੋਂ ਵੱਧ ਟਾਈਮ ਹੈ ਕਿ ਤੁਹਾਡੇ ਜਿੰਨਾ ਹੀ ਟਾਈਮ ਹੈ। ਜਿਹੜੇ ਬੰਦੇ ਰੇਸ ਜਿੱਤਦੇ ਉਨਾ ਹੀ ਟਾਈਮ ਉਹਨਾਂ ਕੋਲ ਹੈ ਜਿੰਨਾ ਤੁਹਾਡੇ ਕੋਲ ਹੈ, ਸਿਰਫ ਫਰਕ ਤਾਂ ਤੁਹਾਡਾ ਇਹੀ ਹੈ ਕਿ ਉਹਨਾਂ ਨੂੰ ਟਾਈਮ ਨੂੰ ਮੈਨੇਜ ਕਰਨਾ ਆਉਂਦਾ। ਬਹੁਤ ਗੱਲਾਂ ਨੇ, ਪਰ ਕਿਸੇ ਦਿਨ ਸੋਡੀ ਸਾਹਿਬ ਸਿਰਫ ਫੇਅਰ ਔਫ ਫੇਲਰ 'ਤੇ ਇਹਨਾਂ ਦਾ ਗੱਲ ਕਰਾਂਗੇ। ਸਾਡੇ ਅੰਦਰ ਕੀ ਹੈ, ਅਸੀਂ ਡ੍ਰੀਮ ਕਿਉਂ ਨਹੀਂ ਲੈਂਦੇ ਵੀ ਜੀ ਅਸੀਂ ਕਿੱਥੇ ਬਣ ਜਾਵਾਂਗੇ। ਕਮਾਲ ਹੈ ਬਈ, ਆਹ ਤਾਂ ਕਮਾਲ ਹੀ ਗੱਲ ਹੈ ਵੀ ਤੁਸੀਂ ਚੱਲਣ ਤੋਂ ਪਹਿਲਾਂ ਹੀ ਹਥਿਆਰ ਸਿੱਟਿਆ ਹੋਇਆ। ਦੁਨੀਆ ਦੀਆਂ ਇੰਨੀਆਂ ਐਗਜ਼ਾਮਪਲਸ ਨੇ ਕਿ ਜਿਹੜਾ ਬੰਦਾ ਸਕਸੈਸਫੁਲ ਹੈ, ਜਿਹੜਾ ਮਰਜ਼ੀ ਇੰਡੀਆ ਦਾ ਕੱਢ ਲਓ, ਬਾਹਰਲਾ ਕੱਢ ਲਓ, ਕੋਈ ਨੇਮ ਐਨੀ ਵਨ ਨੇਮ ਐਨੀ ਸਕਸੈਸਫੁਲ ਪਰਸਨ ਜਿਹੜਾ ਫੇਲ ਨਹੀਂ ਹੋਇਆ। ਦੁਨੀਆ ਦੇ ਸਭ ਤੋਂ ਇੰਪੋਰਟੈਂਟ ਐਗਜ਼ਾਮਪਲ ਇਹਦੇ ਬਾਰੇ, ਇੱਕ ਬੰਦੇ ਨੇ ਨਾ ਇਹ ਡ੍ਰੀਮ ਲੈ ਲਿਆ 18 ਸਾਲ ਦੀ ਉਮਰ 'ਚ ਕਿ ਮੈਂ ਦੁਨੀਆ ਦਾ ਸਭ ਤੋਂ ਪਾਵਰਫੁਲ ਬੰਦਾ ਬਣੂੰ। ਬਿਜ਼ਨਸ ਸ਼ੁਰੂ ਕੀਤਾ, ਫੇਲ, ਅਗਲੇ ਸਾਲ ਹੋਰ ਕੀਤਾ, ਫਿਰ ਫੇਲ, 24 ਸਾਲ ਦੀ ਉਮਰ 'ਚ ਟੋਟਲੀ ਫੇਲ। 24 ਸਾਲ ਦਾ ਜਦੋਂ ਹੋਇਆ ਨਾ, ਜਿਹੜੀ ਕੁੜੀ ਨੂੰ ਉਹ ਪਿਆਰ ਕਰਦਾ ਸੀ ਉਹ ਬਿਮਾਰ ਹੋ ਕੇ ਤੁਰ ਗਈ, ਮਰ ਗਈ ਵਿਚਾਰੀ, ਉਹ ਕਮਲਾ ਹੋ ਗਿਆ, ਹੌਸਪੀਟਲ ਚਲਾ ਗਿਆ। 6 ਮਹੀਨੇ ਬਾਅਦ ਉਹ ਜਦੋਂ ਠੀਕ ਹੋ ਕੇ ਆਇਆ, ਉਹੀ ਡ੍ਰੀਮ ਉਹਦੇ, ਉਹੀ ਕੀੜਾ। ਇਹੀ ਤਾਂ ਹੈ ਇੰਟੈਂਸਿਟੀ ਜਿਹੜੀ ਤੁਹਾਡੀ, ਜਿਹਦੀ ਮੈਂ ਗੱਲ ਕਰਦਾ, ਹਰ ਵਕਤ ਸੋਚਣ ਦੀ। ਉਹਨੇ ਫਿਰ ਪਾਵਰਫੁਲ ਬਣਨ ਲਈ ਕੀ ਕੀਤਾ, ਇਲੈਕਸ਼ਨ ਲੜਨੀ ਸ਼ੁਰੂ ਕਰਤੀ। ਪ੍ਰੈਸ ਸਾਹਿਬ ਹਰ ਇਲੈਕਸ਼ਨ ਹਾਰਿਆ ਜੀ, ਉਹ ਹਰ ਇਲੈਕਸ਼ਨ ਔਨ ਰਿਕਾਰਡ ਹੈ।
53 ਸਾਲ ਦੀ ਉਮਰ 'ਚ ਇਲੈਕਸ਼ਨ ਜਿੱਤਿਆ ਅਤੇ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਿਆ। ਕੀ ਨਾਮ ਸੀ? ਇਬਰਾਹਿਮ ਲਿੰਕਨ। ਬੰਦਾ ਕਰਨਲ ਸੈਂਡਰਸ, ਕੀ ਕੀਤਾ ਉਹਨੇ? 65 ਸਾਲ ਦੀ ਉਮਰ ਹੋ ਗਈ, ਕੋਈ ਕੰਮ ਨਹੀਂ ਕੀਤਾ। 65 ਸਾਲ ਦੀ ਉਮਰ 'ਚ ਮਾਂ ਮਰ ਗਈ ਜਿਹੜੀ ਉਹਨੂੰ ਰੋਟੀ ਖਵਾਉਂਦੀ ਸੀ, ਆਉਂਦਾ ਕੁਛ ਨਹੀਂ ਸੀ, ਕਰੇ ਕੀ? ਸਿਰਫ ਉਹ ਆਉਂਦਾ ਸੀ ਜਿਹੜੀ ਮਾਂ ਉਹਨੂੰ ਚਿਕਨ ਬਣਾ ਕੇ ਖਵਾਉਂਦੀ ਸੀ, ਉਹਦੀ ਰੈਸਪੀ ਆਉਂਦੀ ਸੀ। ਉਹਨੇ ਚਿਕਨ ਬਣਾਉਣਾ, ਵੇਚਣ ਚਲੇ ਜਾਣਾ, ਕਿਸੇ ਨੇ ਨਹੀਂ ਖਰੀਦਿਆ, ਉਹਨੇ ਘਰ ਖਾ ਕੇ ਖਾ ਲੈਣਾ। ਉਹਨੇ ਹਰ ਰੋਜ਼ ਦੇ ਇਹ ਕੰਮ ਕਰ ਲਿਆ, ਚਿਕਨ ਬਣਾਉਣਾ, ਵੇਚਣ ਜਾਣਾ, ਕਿਸੇ ਨੇ ਨਾ ਖਰੀਦਣਾ, ਆਪ ਖਾ ਲੈਣਾ। ਇਹ ਕੰਮ $65 ਸੀ ਉਹਦੇ ਕੋਲ ਜਿਹੜੇ ਇਸ ਕੰਮ ਲਈ ਜਦੋਂ ਸ਼ੁਰੂ ਕੀਤਾ। ਉਹ ਲਿਖਦਾ 1000 ਵਾਰ ਕਹਿੰਦਾ ਮੈਂ ਫੇਲ ਹੋਇਆ, 1000 ਵਾਰ ਤੋਂ ਕਿਸੇ ਨੇ ਉਹਦਾ ਚਿਕਨ ਖਰੀਦਿਆ ਸੀ, ਉਹ ਹੁਣ ਉਹ KFC ਚੇਨ ਦਾ ਮਾਲਕ। ਇਹ ਤਾਂ ਬਾਹਰਲੀਆਂ ਗੱਲਾਂ ਨੇ, ਆਪਾਂ ਇੰਡੀਆ ਦੇ ਲੈਂਦੇ ਹਾਂ। ਜਿਹੜੇ ਜਿਉਂਦੇ ਨੇ ਆਪਣੇ ਗੁਆਂਢ 'ਚ ਨੇ। ਰਮੇਸ਼ ਨਾਂ ਦੇ ਬੰਦੇ ਦਾ ਪਿਓ ਮਰ ਗਿਆ। ਰਮੇਸ਼ ਨਾਈ ਦੀ ਦੁਕਾਨ ਸੀ ਛੋਟੀ ਜਿਹੀ। ਮਾਂ ਨੇ ਕਿਹਾ ਵੀ ਤੂੰ ਸਕੂਲ ਜਾਂਦਾ ਰਿਹਾ, 7th ਵਿੱਚ ਸੀ ਉਦੋਂ, ਵੀ ਤੂੰ ਸਕੂਲ ਜਾ। 150 ਰੁਪਏ 'ਤੇ ਉਹ ਕੈਬਨ ਜਿਹਾ ਦਿੱਤਾ ਜਿਹੜਾ ਕਟਿੰਗ ਵਾਲਾ, ਆਪ ਝਾੜੂ ਪੁੱਛਾ ਕਰਨ ਲੱਗੀ ਲੋਕਾਂ ਦੇ। ਮੁੰਡੇ ਨੇ ਡਿਪਲੋਮਾ ਕਰ ਲਿਆ, ਨੌਕਰੀ ਨਹੀਂ ਮਿਲੀ, ਉਸੇ ਦੁਕਾਨ 'ਤੇ ਆ ਕੇ ਬੈਠ ਗਿਆ। ਇਹ ਤਾਂ ਹੁਣ ਕੱਲ੍ਹ ਦੀ ਗੱਲ ਹੈ ਜਿਹੜੀ ਮੈਂ ਸੁਣਾ ਰਿਹਾ। ਜਦੋਂ ਦੁਕਾਨ 'ਤੇ ਬੈਠਾ, ਬਹੁਤ ਮਿਹਨਤ ਕੀਤੀ, ਸਵੇਰੇ ਅਰਲੀ ਖੋਲ੍ਹਦਾ, ਲੇਟ ਜਾਂਦਾ ਥੋੜ੍ਹਾ। 2 ਸਾਲ 'ਚ ਉਹਨੇ ਪੈਸਾ ਇਕੱਠ ਕਰਕੇ ਮਾਰੂਤੀ ਖਰੀਦੀ 800। ਫਿਰ ਹੁਣ ਚਲਾਉਣ ਦਾ ਟਾਈਮ ਨਹੀਂ ਸੀ, ਉਹਨੇ ਕਿਰਾਏ 'ਤੇ ਦੇਣੀ ਸ਼ੁਰੂ ਕਰਤੀ ਮਾਰੂਤੀ। ਉਹਨੇ ਕਿਰਾਏ 'ਤੇ ਦਿੱਤੀ, ਡਰਾਈਵਰ ਨੂੰ ਕਿਹਾ, ਕਹਿੰਦਾ ਤੂੰ ਜਿਹੜਾ ਮਰਜ਼ੀ ਪੈਸਾ ਲੈ ਲੈ, ਲੇਕਿਨ ਨਾ ਆਪਾਂ ਬਾਕੀਆਂ ਨੂੰ ਵੱਖਰੇ ਰੱਖਣਾ, ਆਪਾਂ ਸਰਵਿਸ ਵਧੀਆ ਦੇਣੀ ਹੈ। ਹੋਇਆ ਇਹ ਕਿ 1-2 ਸਾਲ ਦੇ ਵਿੱਚ ਉਹਨੂੰ ਇਨਕਮ ਹੋਈ, ਉਹਨੇ ਹੋਰ ਮਾਰੂਤੀ ਖਰੀਦ ਲਈ, ਹੋਰ ਖਰੀਦ ਲਈ। 7 ਸਾਲਾਂ ਦੇ ਵਿੱਚ ਉਹਨੇ ਫਿਰ ਇੱਕ ਕੰਪਨੀ ਨਾਲ ਗੱਲ ਕਰਕੇ ਕੰਪਨੀ ਬਣਾਈ, ਉਹਦਾ ਨਾਂ ਰੱਖਿਆ ਰਮੇਸ਼ ਟਰੈਵਲਸ। ਹੁਣ ਉਹਦੇ ਕੋਲ 42 ਮਰਸਡੀਜ਼ ਨੇ, 15 BMW ਨੇ, 100 ਤੋਂ ਵੱਧ ਉਹਦੇ ਕੋਲ ਅਦਰ ਕਾਰਸ ਨੇ, ਲਗਜ਼ਰੀ ਗੱਡੀ ਤੋਂ ਬਿਨਾਂ। ਜਿਹੜੀ ਵਿਦਆਊਟ ਲਗਜ਼ਰੀ ਆ ਉਹ 1000 ਰੁਪਇਆ, ਬਾਕੀ 5000 ਉਹਦੀ ਕੰਪਨੀ ਡੇਲੀ ਇੱਕ ਗੱਡੀ ਕਮਾ ਰਹੀ ਹੈ। ਅਤੇ ਹੁਣ ਉਹਦੀ ਇਕੱਲੇ ਦੀ ਰਮੇਸ਼ ਦੀ ਇਨਕਮ ਜਿਹੜੀ ਹੈ ਉਹ ਹਰ ਰੋਜ਼ ਦੀ 5 ਲੱਖ ਤੋਂ ਉੱਤੇ ਹੈ। ਔਰ ਉਹ ਬੰਦਾ ਹਾਲੇ ਵੀ ਉੱਥੇ ਦੁਕਾਨ 'ਤੇ ਜਾਂਦਾ, ਉਹੀ ਮਾਰੂਤੀ ਰੱਖੀ ਹੋਈ ਹੈ। ਉਹਨੂੰ ਪੁੱਛਿਆ ਵੀ ਤੂੰ ਇਹ ਕੀ ਕਰ ਰਿਹਾ? ਕਹਿੰਦਾ ਪਤਾ ਨਹੀਂ, ਮੈਨੂੰ ਤਾਂ ਐਂ ਲੱਗਦਾ ਜੀ ਬਸ ਇਹਦੇ 'ਚ ਮੈਨੂੰ ਤਸੱਲੀ ਮਿਲਦੀ ਹੈ। ਇਹ ਹੈ ਜਿਹੜੀ ਤੁਹਾਡੀ ਹਿੰਮਤ ਵਾਲੀ ਗੱਲ। ਮੈਨੂੰ ਅੱਗੇ ਕਹਿੰਦੇ ਅਸੀਂ ਕਿੱਥੋਂ ਕਰ ਲਾਂਗੇ ਜੀ, ਕਿਉਂ ਵੀ ਕਿਉਂ ਨਹੀਂ ਕਰ ਸਕਦੇ? ਇਹ ਜਿਹੜੇ ਕਰ ਰਹੇ ਨੇ ਕਿਤੇ ਬਾਹਰੋਂ ਆਉਂਦੇ ਨੇ, ਨਾਲੇ ਜੇ ਡਿੱਗੀ ਪੈਣਾ ਹੈ ਤਾਂ ਉਹਦੇ 'ਚ ਕੀ ਗੱਲ ਹੈ? ਬੱਚਾ ਜੇ ਆਪਾਂ ਪੇਰੈਂਟਸ ਹੈ, ਬੱਚੇ ਨੇ ਇਹਨਾਂ ਨੇ ਤੁਰਨਾ ਸਿੱਖਿਆ, ਹਰ ਰੋਜ਼ ਜਦੋਂ ਪਹਿਲਾ ਕਦਮ ਚੱਕਿਆ ਉਹ ਡਿੱਗਿਆ, ਫਿਰ ਚੱਕਿਆ ਫਿਰ ਡਿੱਗਿਆ, ਅਤੇ ਫਿਰ ਉਦੋਂ ਬਾਅਦ ਉਹੀ ਬੱਚੇ ਭੱਜੇ ਫਿਰਦੇ ਨੇ। ਇੱਧਰ ਰੇਸ ਦਾ ਨਿਯਮ ਹੈ ਨਾ, ਦਿਸ ਇਜ਼ ਦਾ ਲਾਅ ਆਫ ਦਿਸ ਰੇਸ। ਕੁਛ ਇਸ ਤਰ੍ਹਾਂ ਤੈਅ ਕੀ ਹਮਨੇ ਮੰਜ਼ਲੇ, ਗਿਰ ਗਏ ਗਿਰ ਕਰ ਉੱਠੇ, ਉੱਠ ਕਰ ਚੱਲਦੀ ਹੈ। ਇਹ ਤਾਂ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਫੇਲਰ ਲਈ ਤਿਆਰ ਹੋਣਾ ਚਾਹੀਦਾ। ਬਹੁਤ ਵਾਰ ਅਸੀਂ ਡਰੀਮ ਤਾਂ ਹੀ ਨਹੀਂ ਲੈਂਦੇ ਕਿ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ, ਇਹਦਾ ਮਤਲਬ ਜਦੋਂ ਅਸੀਂ ਡਾਊਟ ਪੈਦਾ ਕਰ ਰਹੇ ਤਾਂ ਪਹਿਲਾਂ ਹੀ ਸਾਡੇ ਮਨ 'ਚ ਆ ਗਿਆ। ਸੋ ਇੱਕ ਡਰੀਮ ਤੁਹਾਨੂੰ ਦੇ ਰਹੇ ਹਾਂ ਜਿਹੜਾ ਆਲਰੇਡੀ ਤੁਸੀਂ ਉਹ ਕਰ ਰਹੇ ਹੋ, ਉਹਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ, ਬਾਕੀ ਤੁਸੀਂ ਆਪ ਸੋਚਣਾ ਹੈ ਕਿ ਤੁਸੀਂ ਕਰਨਾ ਕੀ ਹੈ। ਹੁਣ ਫੋਰ ਐਗਜ਼ਾਮਪਲ ਜਿਹੜਾ IAS ਹੈ, ਜਿਹੜਾ ਇੰਡੀਆ 'ਚੋਂ ਵੱਡਾ ਡਰੀਮ ਹੈ, ਇੰਡੀਆ ਦੇ ਵਿੱਚ ਜਿਹੜਾ ਬੰਦਾ ਰਹਿ ਰਿਹਾ, 2 ਬੰਦਿਆਂ ਕੋਲ ਪਾਵਰ ਹੈ, ਪੋਲੀਟੀਕਲ ਬੰਦਿਆਂ ਕੋਲ, ਅਤੇ ਪੋਲੀਟੀਕਲ ਬੰਦਿਆਂ ਦੀ ਪਾਵਰ ਜਿਹੜੀ ਆ ਉਹ ਕਿਹਦੇ ਰਾਹੀਂ ਐਗਜ਼ੀਕਿਊਟ ਕਰਾਉਂਦੇ ਨੇ? ਉਹ ਸਿਵਲ ਸਰਵੈਂਟ ਦੇ। ਸੋ ਇਹ ਜਿਹੜਾ IAS ਦਾ ਹੈ, ਇਹਦੇ ਵਿੱਚ ਜਿਹੜੇ ਕੁਛ ਪੁਆਇੰਟ ਤੁਸੀਂ ਜ਼ਰੂਰ ਵੈਸੇ ਤੁਹਾਨੂੰ ਪਤਾ ਹੋਣਗੇ, ਪਰ ਫਿਰ ਵੀ ਹੁਣ ਜਿਵੇਂ ਪਹਿਲਾ ਪੁਆਇੰਟ ਹੈ, ਇਹਦੀ ਏਜ਼ ਕੀ ਹੋਵੇ? 21-30 ਸਾਲ ਹੈ। ਪਰ ਇਸ ਵਾਰ ਜੇ ਤੁਸੀਂ ਨਿਊਜ਼ ਪੇਪਰ ਪੜ੍ਹਦੇ ਹੋ, ਪੜ੍ਹਦੇ ਹੋ ਸਾਰੇ ਨਿਊਜ਼ ਪੇਪਰ? ਕਿਸੇ ਨੂੰ ਪਤਾ ਅੱਜ ਇਸ ਵਾਰ ਕਿੰਨੀ ਏਜ ਹੈ? ਵੈਰੀ ਗੁੱਡ, ਕੱਟ ਆ ਜਾ ਬੇਟਾ, ਗੁੱਡ, ਸ਼ਾਬਾਸ਼, ਪੜ੍ਹਿਆ ਕਰ, ਗੁੱਡ। ਇਸ ਵਾਰ ਇਹ ਏਜ਼ ਜਿਹੜੀ ਹੈ 32 ਅਨਾਊਂਸ ਕੀਤੀ ਗਈ ਹੈ, ਹਾਲੇ ਉਹਨੂੰ ਪਰਮਾਨੈਂਟ ਨਹੀਂ ਫੀਚਰ ਬਣਿਆ,
ਲੇਕਿਨ 14 ਤੱਕ 32 ਤੱਕ ਦੇ ਜਿਹੜੇ ਪੇਪਰ ਅਗਸਤ 'ਚ ਹੋਣੇ ਅਤੇ ਦਸੰਬਰ 'ਚ ਮੇਨ ਹੋਣਾ। ਅਦਰਵਾਈਜ਼ 21-30 ਜਿਹੜਾ ਈਅਰਸ ਹੈ, ਸ਼ਡਿਊਲ ਕਾਸਟ ਲਈ ਜਿਹੜੀ ਏਜ ਹੈ ਇਹ 35 ਤੱਕ, ਔਰ ਫੋਰ ਦਾ ਸ਼ਡਿਊਲ ਕਾਸਟ ਨੰਬਰ ਲੈਸ ਚਾਂਸਿਸ ਆਰ ਦੇਅਰ, ਨੋ ਲਿਮਿਟ ਆਫ ਚਾਂਸਿਸ ਅਪ ਟੂ 35, ਯੂ ਕੈਨ ਹੈਵ ਸੋ ਮੈਨੀ ਚਾਂਸਿਸ। ਐਂਡ ਫੋਰ ਦਾ ਜਨਰਲ ਕੈਟੇਗਰੀ ਇਨ ਦਾ ਰੂਲ ਆਫ ਦਾ UPSC ਵੀ ਹੈਵ 4 ਚਾਂਸਿਸ ਫੋਰ ਦਾ, ਬਟ ਨਾਓ ਹਾਊ ਮੈਨੀ ਚਾਂਸਿਸ, 6 ਚਾਂਸਿਸ, ਅਦਰਵਾਈਜ਼ 4 ਚਾਂਸਿਸ ਅਪ ਟੂ 30। ਨਾਓ ਦੀ ਏਜ ਲਿਮਿਟ ਇਜ 32 ਐਂਡ ਦੀ ਚਾਂਸਿਸ ਆਰ 6। ਫਾਰ ਦੀ OBC 7 ਚਾਂਸਿਸ ਆਰ ਦੇ, 7 ਚਾਂਸਿਸ, ਵੈਰੀ ਇੰਪੋਰਟੈਂਟ ਅਦਰ ਪਾਰਟ ਆਫ ਦਿਸ ਗੇਮ ਇਜ ਇਫ ਯੂ ਵਾਂਟ ਟੂ ਏ ਲੈਕਚਰਰ ਪ੍ਰੋਫੈਸਰ ਇਨ ਦਾ ਯੂਨੀਵਰਸਿਟੀ ਲਾਈਕ ਡਾਕਟਰ ਸੋਢੀ, ਯੂਅਰ ਐਲੀਜੀਬਿਲਿਟੀ ਇਜ ਮਾਸਟਰ ਇਨ ਯੂਅਰ ਸਬਜੈਕਟ ਲਾਈਕ ਹਿਮ, ਮਾਸਟਰ ਇਨ ਇਕਨੋਮਿਕਸ, ਮਿਨੀਮਮ ਮਾਰਕਸ 55, ਦੈਨ UGC ਨੈਟ, ਦੈਨ PhD। ਦਿਸ ਇਜ਼ ਦਾ ਕੁਆਲੀਫਿਕੇਸ਼ਨ ਆਫ ਦਾ ਟੀਚਰ, ਯੂਨੀਵਰਸਿਟੀ ਔਰ ਕਾਲਜ ਟੀਚਰ। ਵਟ ਇਜ਼ ਦਾ ਕੁਆਲੀਫਿਕੇਸ਼ਨ ਆਫ ਦਾ ਸਿਵਲ ਸਰਵੈਂਟ? ਸਿੰਪਲ ਗ੍ਰੈਜੂਏਸ਼ਨ, ਨਥਿੰਗ ਐਲਸ, ਨੋ ਪਰਸੈਂਟੇਜ, ਜਸਟ ਯੂ ਵਿਲ ਅ ਸਿੰਪਲ ਗ੍ਰੈਜੂਏਟ ਇਨ ਐਨੀ ਸਟ੍ਰੀਮ। ਸੋ ਕੁਆਲੀਫਿਕੇਸ਼ਨ ਇਜ ਗ੍ਰੈਜੂਏਸ਼ਨ। ਨਾਓ ਕੀ ਹੈ ਹੁਣ, ਐਵਰੀ ਇੰਪੋਰਟੈਂਟ, ਨਾਟ ਓਨਲੀ IAS, PCS, ਐਵਰੀ ਇੰਪੋਰਟੈਂਟ ਦਿਸ ਇਗਜ਼ਾਮ ਹੈਜ਼ ਆਲਵੇਜ 3 ਟਾਇਰ ਸਿਸਟਮ। 1 ਇਜ਼ ਕੁਆਲੀਫਾਈਂਗ, 2nd ਇਜ਼ ਮੇਨ, 3rd ਇਜ਼ ਪਰਸਨੈਲਿਟੀ ਟੈਸਟ। ਵੈਦਰ ਯੂ ਆਰ ਅਪੀਅਰਿੰਗ ਇਨ IAS ਔਰ ਇਨ PCS, you have to go through in 3-tier system. The first is this pre have 2 papers. 1 is GK and current affairs, first paper, and the second paper is CSAT. What is the full form of CSAT? Civil service aptitude test. So first you have to clear first paper GK and current affairs, general knowledge, general studies. In GK we have so many subjects, not only current affairs, we have geography, history, freedom movement, polity, Indian politics, international politics, economics, public ed, zoology, botany, environment, all these subjects. Means as a civil servant you should know something about everything, thoda thoda sara padhna paina tha. So then the second CSAT is comprehension, jidi main gall ke interpersonal skills, logical reasoning, decision making and problem solving. And this is very important. Decision making is not an easy job. No, it's not an easy job. ਬਾਕੀਆਂ ਤਾਂ ਪਤਾ ਨਹੀਂ, ਮੈਨੂੰ ਤਾਂ ਬਹੁਤ ਵਾਰ 2-4 ਹੱਥ ਹੋਣਾ ਪੈਂਦੇ, ਮੇਰੀ ਬੀਵੀ ਲੈ ਜੂਗੀ ਦੁਕਾਨ 'ਤੇ ਸੂਟ ਖਰੀਦਣ, ਉਹ ਜਿਉਂ ਲੱਗੂ ਉਹ ਦੇ ਦੇ ਅੱਧੇ ਘੰਟੇ ਬਾਅਦ ਜਦੋਂ ਸਾਰੇ ਥਾਂ ਛਡਾ ਲਊ, ਉਹ ਜਦੋਂ ਅੱਖਾਂ ਜੀਆਂ ਕੱਢਣ ਲੱਗ ਜੂ ਦੁਕਾਨਦਾਰ ਵੀ ਤੂੰ ਖਰੀਦਣਾ ਕੁਛ, ਖਰੀਦ ਨਹੀਂ ਕੀ ਕਰੀ ਜਾਂਦੀ ਹੈ, ਮੈਨੂੰ ਕਹੋ ਦੱਸਿਓ ਜੀ ਕਿਹੜਾ ਖਰੀਦਾਂ। ਉਹ ਮੈਂ ਕਿਹਾ ਜੇ ਭਰੀਏ ਮਾਨਸੇ ਪਹਿਲਾਂ ਹੀ ਤੂੰ ਕਹਿ ਦਿੰਦੀ, ਇੰਨਾ ਟਾਈਮ ਖਰਾਬ ਕੀਤਾ। ਲੈਕ ਆਫ ਡਿਸੀਜਨ ਮੇਕਿੰਗ, ਕਿਉਂਕਿ ਡਿਸੀਜਨ ਇਜ਼ ਦਾ ਪਾਰਟ ਆਫ ਯੂਅਰ ਦਿਸ ਕੁਆਲਿਟੀ ਆਫ ਏ ਗੁੱਡ ਆਫੀਸਰ।
ਉੱਥੋਂ ਕਿੱਥੋਂ ਜੱਜ ਕਰਦੇ ਹਾਂ, ਇੱਥੋਂ ਜੱਜ ਕਰਦੇ ਹਾਂ। ਜਿਹੜਾ ਇਹਨੂੰ ਪਾਸ ਕਰ ਲੈਂਦਾ ਹੈ ਪਹਿਲਾ ਪਾਠ, ਵੈਨ ਯੂ ਕਲੀਅਰ ਦ ਫਸਟ ਪਾਰਟ ਪ੍ਰੀ ਫਸਟ ਟੂ ਪੇਪਰਸ, ਦੈਨ ਯੂ ਹੈਵ ਟੂ ਅਪੀਅਰ ਇਨ ਦਾ ਸੈਕੰਡ, ਇਸ ਕਾਰਨ ਮੇਨ ਮੇਨ ਦੇ ਵਿੱਚ ਤੁਹਾਨੂੰ ਬੈਠਦੇ ਹੋ ਸੀ। ਮੇਨ ਦੇ ਵਿੱਚ ਫਿਰ ਕੀ ਹੁੰਦਾ, ਵੀ ਹੈਵ ਫਸਟ ਥਰੀ ਪੇਪਰਸ ਰਿਲੇਟਡ ਟੂ ਲੈਂਗੁਏਜ। ਹੁਣ ਇੱਥੇ ਤੁਹਾਨੂੰ ਆਈ ਜਸਟ ਵਾਂਟ ਟੂ ਕਲੀਅਰ ਕਿ ਜਿਹੜੀ ਫੋਬੀਆ ਬਣਾਇਆ ਨਾ ਅੰਗਰੇਜ਼ੀ ਦਾ, ਸਿਰਫ ਇੱਕ ਪੇਪਰ ਜੇ ਤੁਸੀਂ ਇੰਗਲਿਸ਼ 'ਚ ਪਾਸ ਕਰ ਸਕਦੇ ਹੋ। ਪਰ ਸਾਹਿਬ ਆਪਾਂ ਜਿਹੜੇ ਕਹਿ ਰਹੇ ਹਾਂ ਬਿਹਾਰੀ ਕਿਉਂ ਕਰਦੇ ਨੇ, ਬਿਹਾਰੀ ਉਹ ਹਿੰਦੀ 'ਚ ਕਰਦੇ ਨੇ। ਸਾਡੀ ਪ੍ਰੋਬਲਮ ਕੀ ਹੈ, ਜ਼ਿਆਦਾ ਗਿਣਤੀ 'ਚ ਪੰਜਾਬੀ ਅਸੀਂ ਪੜ੍ਹਦੇ ਨਹੀਂ, ਅੰਗਰੇਜ਼ੀ ਸਾਨੂੰ ਆਉਂਦੀ ਨਹੀਂ। ਫੈਕਟ ਇਹ ਹੈ, ਅੰਗਰੇਜ਼ੀ ਪੰਜਾਬੀਆਂ ਨੂੰ ਜਦੋਂ ਦੋ ਵਾਰ ਅੰਗਰੇਜ਼ੀ ਪੀ ਲੈਂਦੇ ਨੇ ਉਦੋਂ ਹੀ ਆਉਂਦੀ ਹੈ। ਤਾਂ ਇਹਦੇ 'ਚ ਹੋਣਾ ਕੀ ਚਾਹੀਦਾ ਕਿ ਜੇ ਤੁਸੀਂ ਇਹ ਪੇਪਰ ਪਾਸ ਕਰਨੇ ਨੇ, ਐਸੇ ਤੁਸੀਂ ਪੰਜਾਬੀ 'ਚ ਲਿਖ ਸਕਦੇ ਹੋ। ਪੰਜਾਬੀ ਲੈਂਗੁਏਜ ਦਾ ਪੇਪਰ 300 ਨੰਬਰ ਦਾ, ਉਹ ਤੁਸੀਂ ਮਦਰ ਟੰਗ ਪੰਜਾਬੀ 'ਚ ਦੇ ਸਕਦੇ। ਸਿਰਫ ਇੱਕ ਪੇਪਰ ਤੁਸੀਂ ਪਾਸ ਕਰਨਾ ਇੰਗਲਿਸ਼ 'ਚ, ਬਾਕੀ ਸਾਰੇ ਪੇਪਰ ਤੁਸੀਂ ਪੰਜਾਬੀ 'ਚ ਦੇ ਸਕਦੇ। ਯੂ ਕੈਨ, ਇੰਡੀਆ ਦੀਆਂ ਜਿੰਨੀਆਂ ਕੰਸਟੀਟਿਊਸ਼ਨ ਦੀਆਂ ਲੈਂਗੁਏਜਿਸ ਨੇ ਰਿਕੋਗਨਾਈਜ਼ਡ, ਕਿਸੇ 'ਚ ਵੀ ਅਪੀਅਰ ਹੋ ਸਕਦੇ ਹੋ ਤੁਸੀਂ IAS ਦੇ ਵਿੱਚ। ਸਾਡੀ ਪ੍ਰੋਬਲਮ ਜਿਹੜੀ ਹੈ ਲੈਂਗੁਏਜ ਦੇ ਐਂਗਲ ਤੋਂ ਬਹੁਤ ਜ਼ਿਆਦਾ ਹੈ। ਪ੍ਰੋਬਲਮ ਇੰਨੀ ਕੁ ਹੈ ਕਿ ਅਸੀਂ ਲੈਂਗੁਏਜ ਨੂੰ, ਖਾਸ ਤੌਰ 'ਤੇ ਪੰਜਾਬੀ ਨੂੰ, ਦੋ ਪੱਧਰ 'ਤੇ, ਇੱਕ ਤਾਂ ਮਾਨਸਿਕ ਤੌਰ 'ਤੇ ਆਪਣੀ ਮਾਂ ਨਾਲ ਤੁਹਾਨੂੰ ਪਤਾ ਨਹੀਂ ਕਿਉਂ ਇੱਕ ਕੰਪਲੈਕਸ ਪੈਦਾ ਹੋ ਗਿਆ। ਸਰਵੇ ਦੱਸਦਾ 14% ਸਟੂਡੈਂਟਸ ਇਸ ਯੂਨੀਵਰਸਿਟੀ ਦੇ ਇਸ ਕਰਕੇ ਪੰਜਾਬੀ ਨਹੀਂ ਬੋਲਦੇ, ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ ਪੰਜਾਬੀ ਬੋਲਣ ਲੱਗੇ। ਉਹ ਭਾਈ, ਮਾਂ ਮਾਂ ਹੁੰਦੀ ਹੈ, ਮਾਸੀ ਮਾਸੀ ਹੁੰਦੀ ਹੈ। ਮਾਸੀ ਜਿੰਨੀ ਮਰਜ਼ੀ ਸੋਹਣੀ ਹੋਵੇ, ਗੋਰੀ ਹੋਵੇ, ਪਰ ਮਾਂ ਜਿਹੀ ਜਿਹੀ ਮਰਜ਼ੀ ਹੋਵੇ, ਮਾਂ ਦਾ ਜਿਹੜਾ ਪਿਆਰ ਹੈ ਮਾਂ ਵਰਗੇ ਹੁੰਦਾ। ਇਹ ਲੈਂਗੁਏਜ ਜਿਹੜੀ ਹੈ ਇਹਦੇ 'ਚ ਤੁਸੀਂ ਇੰਪਰੂਵ, ਜਿਹੜੇ ਹੁਣ ਬਹੁਤ ਸਾਰੇ ਬੱਚੇ ਆਉਂਦੇ ਨੇ ਜੀ ਅਸੀਂ YPS 'ਚ ਪੜ੍ਹੇ ਸਾਨੂੰ ਪੰਜਾਬੀ ਨਹੀਂ ਆਉਂਦੀ, ਉਹ ਮਾਣ ਨਾਲ ਦੱਸਦੇ ਨੇ। ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਇਹਦੇ 'ਚ ਮਾਣ ਨਹੀਂ ਹੈ, ਤੁਸੀਂ ਹੁਣ ਪੰਜਾਬੀ ਦੇ ਅਖਬਾਰ ਪੜ੍ਹਨੇ ਸ਼ੁਰੂ ਕਰੋ ਤਾਂ ਕਿ ਥੋੜ੍ਹੀ ਪੰਜਾਬੀ ਤੁਹਾਨੂੰ ਕਰਨਾ ਪੈਣਾ ਪੇਪਰ ਪਾਸ। ਜੇ ਤੁਸੀਂ IAS ਕਰਨੀ ਹੈ ਤੁਹਾਨੂੰ, ਕੋਈ ਵੀ ਕਰਨਾ, ਤੁਹਾਨੂੰ ਪੰਜਾਬੀ ਪੜ੍ਹਨੀ ਪੈਣੀ ਹੈ। ਪਹਿਲਾਂ ਨਹੀਂ ਪੜ੍ਹੀ ਕੋਈ ਗੱਲ ਨਹੀਂ, ਤਾਂ ਪਹਿਲੇ 3 ਜਿਹੜੇ ਨੇ ਇਹ ਸਾਡੇ ਲੈਂਗੁਏਜ ਨਾਲ ਰਿਲੇਟਡ ਨੇ। ਉਦੋਂ ਬਾਅਦ ਆ ਗਿਆ ਜਨਰਲ ਸਟੱਡੀਜ਼। ਜਨਰਲ ਸਟੱਡੀ ਦੇ ਸਾਡੇ ਕੋਲ 4 ਪੇਪਰ ਨੇ, GS 1, GS 2, GS 3, GS 4। ਇਹਨਾਂ ਸਾਰਿਆਂ ਦੇ ਇੱਕ ਇੱਕ GS ਦੇ ਦੋ ਦੋ ਪੇਪਰ ਹੁੰਦੇ ਨੇ। ਇਹ ਜਿਹੜਾ ਹੁਣ ਪੇਪਰ ਹੈ ਇਹਦੇ 'ਚ ਆਲਮੋਸਟ ਅਸੀਂ ਸਾਰੇ ਸਬਜੈਕਟ ਕਵਰ ਕੀਤੇ ਨੇ, ਸਾਰੇ ਸਬਜੈਕਟ, ਸਾਇੰਸ ਐਂਡ ਟੈਕਨੋਲੋਜੀ, ਹਿਸਟਰੀ, ਫਰੀਡਮ ਮੂਵਮੈਂਟ, ਪਬਲਿਕ ਐਕਟ, ਸਾਰੇ ਐਵਰੀ ਸਬਜੈਕਟ। ਇੱਕ ਪੇਪਰ ਫਿਰ ਜਿਹਨੂੰ ਆਪਸ਼ਨਲ ਕਹਿੰਦੇ ਆ, 25 ਸਬਜੈਕਟ 'ਚੋਂ ਇੱਕ ਸਬਜੈਕਟ ਤੁਹਾਡੇ ਆਪਣੀ ਮਰਜ਼ੀ ਦਾ, ਉਹ ਤੁਸੀਂ ਕੋਈ ਵੀ ਲੈ ਸਕਦੇ ਹੋ। ਯੂ ਕੈਨ ਹੈਵ ਈਵਨ ਪੰਜਾਬੀ ਲਿਟਰੇਚਰ, ਐਂਥਰੋਪੋਲੋਜੀ, ਕੋਈ ਲੈ ਲਓ, ਪਬਲਿਕ ਐਕਟ, ਸਾਈਕੋਲੋਜੀ, ਫਿਜਿਕਸ, ਜੋਲੋਜੀ, ਜੋ ਤੁਹਾਡਾ ਦਿਲ ਕਰਦਾ, ਐਨੀ ਯੂ ਕੈਨ ਹੈਵ। ਇਹ ਤੁਸੀਂ ਜਦੋਂ ਲੈ ਲਓਗੇ ਨਾ, ਇਹ ਪੇਪਰ ਤੁਹਾਡਾ ਮੇਨ ਤਿਆਰ ਹੋ ਜਾਊਗਾ। 4 ਜਨਰਲ ਸਟੱਡੀ, 3 ਲੈਂਗੁਏਜ ਨਾਲ ਰਿਲੇਟਡ, 1 ਐਸੇ, 2 ਲੈਂਗੁਏਜ ਦੇ, 1 ਆਪਸ਼ਨਲ, ਕਲੀਅਰ। ਇਸ ਤੋਂ ਬਾਅਦ ਜਿਹੜਾ ਇਹਨੂੰ ਕਲੀਅਰ ਕਰ ਜਾਂਦਾ ਉਹ 'ਚ ਫਿਰ ਮੈਰਿਟ ਬਣਦੀ ਹੈ, ਉਹਦੇ ਵਿੱਚੋਂ ਇੰਟਰਵਿਊ 'ਤੇ ਜਾਂਦੇ ਨੇ ਸਟੂਡੈਂਟਸ। ਜਿਹੜੀ ਇੰਟਰਵਿਊ ਹੈ ਇਹਨੂੰ ਪਰਸਨੈਲਿਟੀ ਟੈਸਟ ਅਸੀਂ ਕਹਿੰਦੇ ਹਾਂ। ਪਰਸਨੈਲਿਟੀ ਟੈਸਟ ਜਿਹੜਾ ਹੈ ਇਸ ਅਗੇਨ ਬਹੁਤ ਵੈਰੀ ਇੰਪੋਰਟੈਂਟ। ਤੁਹਾਡਾ ਨੌਲੇਜ ਟੈਸਟ ਤਾਂ ਹੋ ਗਿਆ, ਬਹੁਤ ਇੰਪੋਰਟੈਂਟ ਹੈ GS, ਐਂਡ ਦ ਮੇਨ ਪਾਰਟ ਇਜ਼ ਵੈਰੀ ਇੰਪੋਰਟੈਂਟ ਐਂਡ ਵੈਰੀ ਟਫ ਆਲਸੋ। ਇਹ ਤਾਂ ਦੋਨੇ ਚੀਜ਼ਾਂ ਨਾਲ ਹੋਊਗਾ, ਮੈਂਟਲੀ ਵੀ ਸਟਰੋਂਗ ਹੋਵੋਗੇ, ਮੋਟੀਵੇਟਡ ਹੋਵੋਗੇ, ਹਾਰਡ ਵਰਕ ਵੀ ਕਰੋਗੇ।
ਮਿਹਨਤ ਦਾ ਕੋਈ ਬਦਲ ਨਹੀਂ ਹੈ। ਇਹ ਨਹੀਂ ਤੁਸੀਂ ਕਹਿ ਦੇਣਾ ਜੀ ਅਸੀਂ ਤਾਂ ਸਵੇਰੇ ਉੱਠ ਕੇ ਲਾਅ ਆਫ ਪ੍ਰੋਟੈਕਸ਼ਨ ਲਾ ਕੇ ਬੈਠ ਜਾਂਦੇ ਹਾਂ ਆਈ ਐੱਸ ਆਈ ਐੱਸ, ਐਂ ਨਹੀਂ ਕੋਈ ਗੱਲ ਹੈ, ਕੱਲ ਨੂੰ ਅੱਗੇ ਕਹੋ ਜੀ ਇਹ ਨੋ। ਉਸ ਨੇ ਤਾਂ ਤੁਹਾਨੂੰ ਇਸ ਪਾਸੇ ਪਾਉਣਾ ਹੈ ਕਿ ਤੁਸੀਂ ਕੀ ਕਰਨਾ, ਇੱਕ ਪਲਾਨ ਕਰਨਾ ਵੀ ਕਿਵੇਂ ਅਸੀਂ ਆਪਣੇ ਮੈਨੇਜ ਕਰਕੇ ਟਾਈਮ ਨੂੰ ਇੱਧਰ ਨੂੰ ਜਾਣਾ। ਪਹੁੰਚ ਕੇ ਇੰਟਰਵਿਊ 'ਚ ਆ ਗਏ, ਪਰਸਨੈਲਿਟੀ ਟੈਸਟ 'ਚ ਆ ਗਏ, ਇਹਦੇ 'ਚ ਫਿਰ ਕੌਨਫੀਡੈਂਸ ਤੁਹਾਡਾ, ਪ੍ਰੈਜੈਂਸ ਆਫ ਮਾਇੰਡ, ਅਪੀਰੈਂਸ ਤੁਹਾਡੀ, ਮਤਲਬ ਕੱਲ੍ਹ ਹੀ ਕਿਤੇ ਮੈਨੂੰ ਇੱਕ ਸਵਾਲ ਹੋਇਆ, ਕਹਿੰਦੇ ਜੀ ਸਵਾਲ ਬੜਾ ਜਨਰਲ ਜਿਹਾ ਸੀ ਪਰ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦੇ ਸਵਾਲ ਤਾਂ ਬੜੇ ਬਹੁਤ ਜ਼ਰੂਰੀ ਨੇ। ਮੈਂ ਕਿਤੇ ਕਿਹਾ ਕਿ 7D AAA ਆਪਾਂ ਰਿਪੀਟ ਹੀ ਕਰ ਲੈਂਦੇ ਹਾਂ, 7D ਕਿਹੜੇ ਕਿਹੜੇ ਨੇ? ਟ੍ਰਿਪਲ ਏ, ਮੈਂ ਉਹਨੂੰ ਕਿਹਾ CCC ਆਲਸੋ, ਕੌਨਫੀਡੈਂਸ, ਕੰਟੀਨਿਊਟੀ, ਕੰਸਿਸਟੈਂਸ। ਹੁਣ ਉਹ ਸਵਾਲ ਸੀ ਕੌਨਫੀਡੈਂਸ ਦਾ, ਕਹਿੰਦੇ ਜੀ ਕੌਨਫੀਡੈਂਸ ਕਿਵੇਂ ਗੇਨ ਹੋਵੇ? ਰਹਿ ਗਏ ਸਮ ਪੁਆਇੰਟਸ, ਕਹਿੰਦੇ ਜੀ ਕਮਾਲ ਹੈ ਇਹ ਸੋਚਿਆ ਨਹੀਂ ਸੀ। ਫੋਰ ਇਗਜ਼ਾਮਪਲ ਪਰਸਨੈਲਿਟੀ ਟੈਸਟ ਲਈ ਉਹ ਜ਼ਰੂਰੀ ਹੈ ਜੋ ਮੈਂ ਤੁਹਾਨੂੰ ਦੱਸ, ਯੂਅਰ ਡਰੈਸ, ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਹੋ, ਦਿਸ ਵੈਰੀ ਇੰਪੋਰਟੈਂਟ। ਮੈਂ ਇੱਕ ਇੰਟਰਵਿਊ 'ਚ ਬੈਠਾ, ਇੱਕ ਬੰਦਾ ਆਇਆ ਇੰਟਰਵਿਊ ਦੇ ਦੇਣ, ਉਹਦੇ ਦੋਨੇ ਨੱਤੀਆਂ ਪਾਈਆਂ ਹੋਈਆਂ ਕੰਨਾਂ 'ਚ, ਅੱਜ ਕੱਲ੍ਹ ਪਤਾ ਨਹੀਂ ਕੀ ਚੱਲਿਆ, ਲਾਲ ਜਿਹੀ ਪੈਂਟ ਪਾਈ ਹੋਈ ਔਰ ਝੱਗੀ ਜਿਹੀ ਪਾ ਕੇ ਬੋਦੀਆਂ ਉਹਦੀਆਂ ਖੜੀਆਂ। ਮਤਲਬ ਸੱਚ ਪੁੱਛੋ JGB ਦਾ ਵੱਡਾ ਭਰਾ ਲੱਗਦਾ ਸੀ। ਮੈਂ ਹੁਣ ਇੰਟਰਵਿਊ 'ਚ ਉਹਨੂੰ ਕਹਿ ਤਾਂ ਸਕਦਾ ਨਹੀਂ ਸੀ ਵੀ ਤੂੰ ਕੀ ਕੀਤਾ, ਮੈਂ ਉਹਨੂੰ ਸਵਾਲ ਕੀਤਾ ਕਿਉਂਕਿ ਇੰਟਰਵਿਊ ਦਾ ਪਰਸਨੈਲਿਟੀ ਟੈਸਟ ਦਾ ਹਿੱਸਾ ਇਹ ਕਿ ਤੈਨੂੰ ਨੱਤੀਆਂ ਅਤੇ ਬਹੂ ਨੂੰ ਫੁੱਲ ਪਾਵਾਂ, ਵਿਆਹ ਕਰਵਾ ਮਿੱਤਰਾ, ਇਹਦਾ ਮਤਲਬ ਦੱਸ। ਵਟ ਨੱਤੀ? ਆਈ ਡੋਂਟ ਨੋ ਦੀ ਮੀਨਿੰਗ ਆਫ ਨੱਤੀ। ਮੈਂ ਕਿਹਾ ਪਤੰਦਰਾ ਭਾਈਆਂ ਤਾਂ ਗੱਲ ਚੰਗੀਆਂ ਨੇ, ਤੂੰ ਹੈਂ ਇਸ ਫੈਸ਼ਨ ਇਨ ਆਰ ਸਿਟੀ? ਮੈਂ ਕਿਹਾ ਤੇਰਾ ਇਹ ਦਿਸ ਇਫ ਦੇਰ ਇਜ਼ ਅ ਫੈਸ਼ਨ ਇਨ ਯੋਰ ਸਿਟੀ ਯੂ ਹੈਵ ਟੂ ਟੈਲ, ਤੁਹਾਨੂੰ ਦੱਸਣਾ ਪਏਗਾ। ਜੇ ਇਹਨੂੰ ਕੋਕਾ ਪਾ ਕੇ ਕੁੜੀ ਆ ਗਈ, ਉਹਨੂੰ ਤਿਆਰੀ ਹੋਣੀ ਚਾਹੀਦੀ, ਵਟ ਇਜ਼ ਦੀ ਕਲਚਰਲ ਬੈਕਗਰਾਊਂਡ ਆਫ ਦਿਸ ਕੋਕਾ? ਜੋ ਡਰੈਸ ਤੁਸੀਂ ਪਾਈ ਆ ਤੁਹਾਨੂੰ ਪਤਾ ਹੋਵੇਗਾ, ਰੰਗ ਬੰਨਿਆ ਤਾਂ ਆਈ ਕੈਨ ਆਸਕ ਯੂ ਕਿ ਵਟ ਇਜ਼ ਦਾ ਮੀਨਿੰਗ ਆਫ ਦਿਸ ਕਲਰ ਐਂਡ ਵਟ ਇਜ਼ ਕਲਰ ਸਾਈਕੀ? ਤੁਸੀਂ ਇੱਕ ਔਰ ਜਿਹਾ ਕਲਰ ਪਾ ਕੇ ਆ ਗਏ, ਆਈ ਜਸਟ ਆਸਕ ਦਾ ਕੁਐਸਚਨ, ਵਟ ਇਜ਼ ਕਲਰ ਸਾਈਕੀ? ਐਂਡ ਯੂ ਨੋ ਆਲ ਪੀਪਲ, ਐਵਰੀਬਾਡੀ ਇਜ਼ ਯੂਨੀਕ, ਯੂ ਨੋ ਅਸੀਂ ਸਾਰੇ ਯੂਨੀਕ ਹਾਂ ਐਂਡ ਐਵਰੀਬਾਡੀ ਹੈ ਇਟਸ ਓਨ 2-3-4 ਕਲਰਸ। ਤੁਸੀਂ ਉਹੀ ਕਲਰ ਬਣੋਗੇ ਵਾਰੀ ਵਾਰੀ, ਉਹੀ ਕਲਰ ਪਾਓਗੇ ਜਿਹੜੇ ਤੁਹਾਡੀ ਬਾਡੀ ਨੂੰ ਸੂਟ ਕਰਦੇ ਨੇ। ਤਾਂ ਆਈ ਟੋਲਡ ਕਿ ਤੁਹਾਡੀ ਡਰੈਸ, ਕੌਨਫੀਡੈਂਸ ਡਰੈਸ ਦਾ ਬਹੁਤ ਸਿੱਧਾ ਲਿੰਕ ਹੈ। ਦੈਨ ਆਲਵੇਜ਼ ਸਿਟ ਇਨ ਦਾ ਫਰੰਟ ਚੇਅਰਸ, ਆਸਕ ਦਾ ਕੁਐਸਚਨਸ, ਜੇ ਤੁਹਾਡੇ 'ਚ ਕੌਨਫੀਡੈਂਸ ਹੈ ਤਾਂ ਹੀ ਤੁਸੀਂ ਕੁਐਸਚਨ ਕਰ ਸਕਦੇ ਹੋ। ਕਮਿਊਨੀਕੇਸ਼ਨ ਸਕਿੱਲ, ਤੁਹਾਨੂੰ ਕੋਈ ਬੋਲਣ ਲਈ ਕਹਿ ਰਿਹਾ ਜਾ ਕੇ ਤੁਸੀਂ ਬੋਲ ਸਕਦੇ ਹੋ, ਜੇ ਤੁਹਾਡੀ ਇੱਕ ਪਾਸੇ ਲੱਤਾਂ ਕੰਬਦੀਆਂ ਨੇ ਤਾਂ ਦੂਜੇ ਪਾਸੇ ਬੰਦਾ ਨਾਲ ਖੜਾਉਣਾ ਪਵੇ, ਚੱਕਣਾ ਪਊਗਾ। ਇਹਨੂੰ ਮੌਕਾ ਦਿਆ ਕਰੋ, ਬਲਕਿ ਮੈਂ ਤਾਂ ਆਪਦੇ ਬੈਠੇ, ਮੈਂ ਤਾਂ ਕਹਿਣਾ ਕਿ ਤੁਸੀਂ ਵੀ ਆਓ ਬੋਲੋ ਉੱਥੇ, ਅਤੇ ਬੋਲਣ ਲਈ ਬੋਲੀਏ ਕੀ, ਤਿਆਰੀ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਪੁੱਛੀਏ ਵੀ ਤੁਸੀਂ ਇਹ ਬੋਲਣਾ, ਤੁਹਾਨੂੰ ਪਤਾ ਹੋ ਤਾਂ ਹੀ ਬੋਲੋਗੇ ਨਾ, ਤਾਂ ਕੀ ਤੁਹਾਡੀ ਆਵਾਜ਼, ਟੋਨ, ਤੁਹਾਡੀ ਵੋਇਸ, ਤੁਹਾਡੇ ਉਤਰਾਅ ਚੜ੍ਹਾ, ਬੈਠੇ ਤੁਸੀਂ ਸਾਹਮਣੇ ਹੋ, ਸਵਾਲ ਤੁਹਾਨੂੰ ਕੀਤਾ, ਜਦੋਂ ਤੁਸੀਂ ਮੂੰਹ 'ਚ ਬੋਲੀ ਜਾਂਦੇ ਹੋ ਅੱਖਾਂ ਐਂ ਹੁੰਦੀਆਂ ਨੇ, ਜਾਂ ਫਿਰ ਇੰਨੀ 'ਚ ਬੋਲਦੇ ਹੋ ਅਗਲਾ ਕਹਿੰਦਾ ਯਾਰ ਮੇਰੇ ਕੰਨ ਠੀਕ ਨੇ, ਤੈਨੂੰ ਕੀ ਹੋਇਆ? ਯੂ ਸ਼ੁੱਡ ਨੋ। ਫਿਰ ਤੁਹਾਡੀ ਚੋਇਸ ਆਫ ਵਰਡਸ, ਕਿਹੋ ਜਿਹੇ ਸ਼ਬਦ ਤੁਸੀਂ ਵਰਤ ਰਹੇ ਹੋ, ਕਿੰਨੇ ਕੁ ਸ਼ਬਦ ਤੁਸੀਂ ਸਹੀ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹੋ,
ਤੁਹਾਡੀ ਬੋਡੀ ਲੈਂਗੁਏਜ, ਅੱਖ ਮਿਲਾ ਰਹੇ ਹੋ ਕਿ ਨਹੀਂ? ਅੱਖ ਕੌਣ ਨਹੀਂ ਮਿਲਾਉਂਦਾ? ਜਿਹੜਾ ਬੰਦਾ ਕਿਸੇ ਨੇ ਤੁਹਾਡੀ ਬੋਡੀ ਲੈਂਗੁਏਜ 'ਤੇ ਜਿੱਦੇ ਕਲਾਸ ਲਾਈ, ਤੁਹਾਨੂੰ ਇਹ ਦੱਸ ਦੂੰ, ਜਿਹੜੇ ਬੰਦੇ ਨੇ ਤੁਹਾਡੀ ਚੁਗਲੀ ਕੀਤੀ ਹੋਊ ਨਾ, ਜਾਂ ਤੁਹਾਡਾ ਕੋਈ ਚੱਕਿਆ ਹੋਊਗਾ, ਤੁਹਾਡੇ ਨੋਟਸ 'ਚ ਆਏ ਹੋਣਗੇ, ਜਾਂ ਤੁਹਾਡੇ ਬਾਰੇ ਕੁਛ ਵੀ ਗਲਤ ਕੀਤਾ ਹੋਊਗਾ, ਇੱਕ ਮਿੰਟ 'ਚ ਤੁਸੀਂ ਪਛਾਣ ਸਕਦੇ ਹੋ ਜਿੱਡਾ ਮਰਜ਼ੀ ਵੱਡਾ ਐਕਟਰ ਹੈ। ਕਿਉਂ? ਉਹਦੀ ਬੋਡੀ ਲੈਂਗੁਏਜ ਬੋਲਦੀ ਹੈ, ਦਾੜੀ 'ਚ ਤਿੰਨ ਕਾਲੀ ਗੱਲ ਹੁੰਦੀ ਹੈ, ਕਿੰਨਾ ਕੁ ਤੁਸੀਂ, ਤੁਹਾਡੇ ਪੋਸਚਰਸ, ਜੈਸਚਰਸ ਬਹੁਤ ਇੰਪੋਰਟੈਂਟ। ਇੱਕ ਮੁੰਡਾ ਸਿਲੈਕਟ ਵੀ ਹੋਇਆ, ਲੇਕਿਨ ਇੰਟਰਵਿਊ ਦੇ ਦੌਰਾਨ ਉਹਨੇ ਉਹਦੇ ਪੋਸਚਰ ਬੜੇ ਗੜਬੜ, ਉਹਨੂੰ ਬਾਅਦ 'ਚ ਕਿਹਾ ਰੋਕ ਕੇ, ਉਹ ਜਦੋਂ ਕੋਈ ਜਵਾਬ ਦਿਆ ਕਰੇ। ਮੈਂ ਕਿਹਾ ਇੱਥੇ ਤੂੰ ਕੀ ਰੱਖਿਆ ਹੋਇਆ ਮੋਬਾਈਲ ਜਿਹੜਾ ਤੂੰ, ਤੂੰ ਚੰਗਾ ਪੜਿਆ, ਤੇਰੇ ਨੰਬਰ ਇੰਨੇ ਆਏ ਨੇ, ਤੁਹਾਨੂੰ ਸਿਲੈਕਸ਼ਨ ਤੇਰੀ ਹੋ ਸਕਦੀ ਹੈ, ਪਰ ਯੂ ਸ਼ੁੱਡ ਨੋ ਕਿ ਤੁਸੀਂ ਬੈਠਣਾ ਕਿਵੇਂ ਹੈ। ਆ ਹੁਣ ਇੱਕ ਬੰਦਾ ਮੇਰੇ ਵੱਲ ਦੇਖ ਕੇ ਮੁੱਛਾਂ 'ਚ ਚੜਾ ਰਿਹਾ ਸੀ, ਹੁਣ ਬੋਡੀ ਲੈਂਗੁਏਜ ਤਾਂ ਹੁਣ ਜਾਂ ਤਾਂ ਮੈਨੂੰ ਕਹਿ ਰਿਹਾ ਬੰਦ ਕਰਨਾ ਕਿ ਨਹੀਂ ਦੇਖਾਂ ਤੈਨੂੰ। ਤੁਹਾਡੇ ਇਹ ਜਿਹੜਾ ਹੈ, ਦਿਸ ਇਜ਼ ਅਗੇਨ ਤੁਹਾਡੀ ਬੋਡੀ ਲੈਂਗੁਏਜ, ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਇਹ ਜਿਹੜੀ ਇੰਟਰਵਿਊ ਹੈ ਨਾ, ਇਹ ਤੁਹਾਡਾ ਨੌਲੇਜ ਟੈਸਟ ਦੀ ਬਜਾਏ ਤੁਹਾਡਾ ਪ੍ਰੈਜੈਂਸ ਆਫ ਮਾਇੰਡ, ਯੂਅਰ ਕੌਨਫੀਡੈਂਸ, ਹਾਊ ਯੂ ਰਿਸੀਵ ਦਾ ਮੈਸੇਜ ਐਂਡ ਹਾਊ ਯੂ ਕਨਵੇ ਦਾ, ਯੂਅਰ ਸਕਿੱਲ ਆਫ ਕਨਵੇਇੰਗ ਦਾ ਮੈਸੇਜ, ਯੂਅਰ ਸਕਿੱਲ, ਕਿਵੇਂ ਤੁਸੀਂ ਇਸ ਨੂੰ ਕਰ ਰਹੇ ਹੋ, ਇਹ ਦੇਖਣਾ ਸੀ। ਤੂੰ ਕਈ ਵਾਰ ਕਹਿੰਦਾ ਵੀ ਮੈਨੂੰ ਆਉਂਦਾ ਨਹੀਂ, ਉਹ ਆਉਂਦਾ ਆਉਂਦਾ ਨਹੀਂ ਉੱਥੇ ਦੇਖੀਦਾ ਹੁੰਦਾ, ਨਹੀਂ ਦੇਖ ਉਹ ਦੇਖ ਲਿਆ। ਕੋਈ ਨੋ ਬੋਡੀ ਇਜ਼ ਪਰਫੈਕਟ ਔਨ ਦਿਸ ਪਲੈਨਟ, ਨੋ ਬੋਡੀ। ਤੁਹਾਡਾ ਟੀਚਰ ਤੁਹਾਡਾ ਇੱਕ ਦਿਨ ਅੱਗੇ ਹੈ, ਉਹਨੂੰ ਪਤਾ ਵੀ ਉਹਨੇ ਕੀ ਕੱਲ੍ਹ ਨੂੰ ਕਰਾਉਣਾ, ਇਸ ਕਰਕੇ ਨਹੀਂ ਕਦੇ ਕੰਪਲੈਕਸ ਦੂਜੇ ਹੋਰ ਸਾਡੇ 'ਚ ਪਏ ਹੋਏ ਨੇ। ਜਦੋਂ ਤੁਸੀਂ ਕੌਨਫਰੈਂਸ ਨਾਲ ਇਹ ਇੱਥੇ ਕੌਨਫਰੈਂਸ ਤੁਸੀਂ ਐਕਚੁਲੀ ਸਾਡਾ ਮੁੰਡਾ ਸਿਲੈਕਟ ਹੋਇਆ ਇੱਕ ਸਪੋਰਟਸ ਕੋਟੇ ਦੇ ਵਿੱਚ, ਔਰ ਉਹਨੂੰ ਚੇਅਰਮੈਨ ਕਹਿੰਦਾ, ਉਹ ਕਹਿੰਦਾ ਕਹਿੰਦਾ ਜੀ ਤੇਰੀ ਉਮਰ ਕਿੰਨੀ ਹੈ? ਉਹ ਸਨੋਰ ਵਾਲਾ ਸੀ, ਆਪਾਂ ਕਿਰਾਇਆ ਸੀ ਪਾਉਣਾ ਸਾਹਿਬ, ਸਨੋਰ ਦਾ ਜਿਹੜਾ ਸਪੋਰਟਸ ਵਾਲਾ ਹੋਇਆ ਸੀ, ਤੁਸੀਂ ਸੀ ਉਹ ਮੌਕ ਦੇ ਵਿੱਚ ਉਹਦੇ, ਅਤੇ ਉਹਨੂੰ ਕਹਿੰਦਾ ਚੇਅਰਮੈਨ ਆਫ ਦਾ ਬੋਰਡ, ਵਾਟ ਇਜ਼ ਇਨ ਏਜ਼? ਕਹਿੰਦਾ ਜੀ 35, ਕਿ ਸਪੋਰਟਸ ਨੂੰ ਹੋ ਜਾਂਦੀ 37 ਤੱਕ ਆ ਨਾ ਸਾਡੀ ਉਹ ਜਿਹੜੀ ਸਪੀਸੀਐਸ ਹੈ। ਕਹਿੰਦੀ 35, ਕਹਿੰਦਾ ਤੂੰ ਵਿਆਹ ਕਰਾ ਲਿਆ? ਕਹਿੰਦੀ ਜੀ ਤੁਹਾਡੇ ਹੱਥ ਹੈ। ਉਹ ਕਹਿੰਦਾ ਚੇਅਰਮੈਨ ਕਹਿੰਦਾ ਕਿਵੇਂ ਸਾਡੇ ਹੱਥ ਕਿਵੇਂ ਹੈ? ਕਹਿੰਦਾ ਜੀ ਪਿਛਲੀ ਵਾਰ ਮੈਂ ਰਹਿ ਗਿਆ, ਜੱਟਾਂ ਦਾ ਮੁੰਡੇ ਦੀ ਨੌਕਰੀ ਚੰਗੀ, ਉਹ ਤਾਂ ਦੀ ਨੌਕਰੀ ਕੁੜੀ ਮਿਲੂ ਨੂੰ, 2 ਕਿੱਲੇ ਨੂੰ ਕਿਹੜਾ ਵਿਆਹ ਕਰਦਾ? ਉਹ ਮੁੰਡਾ ਸਿਲੈਕਟਡ। ਕਿਉਂ? ਕਿਉਂਕਿ ਉਹਦਾ ਪ੍ਰੈਜੈਂਸ ਆਫ ਮਾਇੰਡ ਸੀ। ਇਸ ਤਰ੍ਹਾਂ ਦੀ ਬਹੁਤ ਗੱਲਾਂ ਹੁੰਦੀਆਂ ਨੇ। ਇੱਕ ਸਾਡੇ ਮੈਂਬਰ ਦੱਸਣ, ਕਈ ਇੰਨੇ ਘਬਰਾ ਜਾਂਦੇ ਨੇ, PPSC ਦੀ ਇੰਟਰਵਿਊ ਟੀਚਰ ਦੀ, ਸੰਤੋਸ਼ ਚੌਧਰੀ ਵਾਦ ਦਾ ਚੇਅਰਪਰਸਨ, ਉਹ ਕਿਤੇ ਵਾਸ਼ਰੂਮ ਗਈ ਹੋਈ ਸੀ, ਬੰਦਾ ਐਂਟਰ ਕੀਤਾ ਸਿੱਧਾ ਉਹਦੀ ਕੁਰਸੀ 'ਤੇ, ਬਾਕੀ ਮੈਂਬਰ ਕਹਿੰਦੇ ਭਾਈ ਇਸ ਕੁਰਸੀ 'ਤੇ ਫੇਰ ਆ ਜੀ, ਤੂੰ ਸਾਹਮਣੇ ਬੈਠ, ਉਹਨੂੰ ਪਾਣੀ ਪਿਲਾਇਆ, ਸਭ ਕੁਛ ਕੀਤਾ, ਸੋ ਔਰ ਵੈਸੇ ਉਹ ਸਿਲੈਕਟ ਵੀ ਹੋਇਆ, ਘਬਰਾ ਜਾਂਦੇ ਨੇ। ਇਹ ਚੀਜ਼ ਉਹਦੇ 'ਚ ਦੇਖਣੀ ਹੁੰਦੀ, ਤੁਸੀਂ ਕਿੰਨਾ ਕੁ ਤੁਸੀਂ ਕੌਨਫਰੈਂਸ ਨਾਲ ਜਵਾਬ ਦਿੰਦੇ ਹੋ, ਕਿੰਨੀ ਕੁ ਤੁਹਾਡੇ 'ਚ ਗੱਲਬਾਤ ਹੈ, ਐਂਟਰ ਕਿਵੇਂ ਕਰਨਾ। ਇੱਕ ਲੇਡੀ ਬੈਠੀ ਹੈ, ਦੋ ਉੱਥੇ, ਮਤਲਬ ਤੁਹਾਨੂੰ ਪਤਾ ਹੀ ਨਹੀਂ ਕਿਹਨੂੰ, ਮਤਲਬ ਤੁਸੀਂ ਬੋਲਣਾ ਕਿਵੇਂ ਹੈ, ਗੁੱਡ ਮੋਰਨਿੰਗ ਮੈਮ ਕਹਿਣਾ ਪਹਿਲਾਂ, ਜਾਂ ਗੁੱਡ ਮੋਰਨਿੰਗ ਸਰਜ ਕਹਿਣਾ, ਜਾਂ ਕੱਲ ਇੱਕ ਇੱਕ ਨੂੰ ਅਲੱਗ ਕਰਨਾ, ਜਾਂ ਆਲ ਕਹਿਣਾ? ਨੋ, ਪਤਾ ਹੋਵੇ ਤੁਹਾਨੂੰ ਮੇਰ ਕਮ ਇਨ ਕਹਿਣਾ ਨਹੀਂ ਕਹਿਣਾ, ਕਿਹਦੇ ਨਾਲ ਗੱਲ ਕਰਨੀ ਹੈ। 4-5-8 ਬੰਦੇ ਬੈਠੇ ਹੁੰਦੇ ਨੇ, ਜਿਹੜਾ ਸਵਾਲ ਪੁੱਛਦਾ ਉਹਦੇ ਨਾਲ ਅੱਖ 'ਚ ਅੱਖ ਮਿਲਾ ਕੇ ਗੱਲ ਕਰਨੀ ਹੈ। ਫਿਰ ਅਸੀਂ ਅਕਸਰ ਕੀ ਕਰਦੇ ਹਾਂ, ਜਿੱਥੋਂ ਸਾਨੂੰ ਥੋੜ੍ਹਾ ਰਿਸਪੋਂਸ ਕੰਫਰਟੇਬਲ ਫੀਲ ਕਰਦਾ ਉੱਧਰ ਨੂੰ ਅੱਖ ਮਿਲਾ ਲੈਂਦੇ ਹਾਂ, ਦੂਜੇ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ। ਛੋਟੇ ਛੋਟੀਆਂ ਗੱਲਾਂ, ਸਮਾਈਲ ਕਿੱਥੇ ਦੇਣੀ ਹੈ ਕਿੱਥੇ ਨਹੀਂ ਦੇਣੀ, ਕਈ ਵਾਰੀ ਤੁਹਾਡੀ ਸਮਾਈਲ ਤੁਹਾਨੂੰ ਨੁਕਸਾਨ ਵੀ ਪਹੁੰਚਾ ਦਿੰਦੀ ਹੈ, ਜਿਹੜੀ ਵਿਅੰਗਾਤਮਕ ਹੁੰਦੀ ਹੈ। ਔਰ ਆਈ ਕੈਨ ਕਨਫੈਸ ਹੇਅਰ, ਯੂ ਆਰ ਆਲ ਸੀਨੀਅਰ ਟੂ ਮੀ, ਡਾਕਟਰ ਸਾਹਿਬ ਮੈਂ ਇੱਕ ਇੰਟਰਵਿਊ 'ਚ ਗਿਆ, ਇੱਕ ਕੁੜੀ ਕਿਸੇ ਟਾਈਮ ਨਾ ਮਾਤਾ ਗੁਰੀ ਕਾਲਜ ਇੰਟਰਵਿਊ, ਮੈਂ ਕਿਤੇ ਉਹਨੂੰ ਨਾ ਕਲਾਸ ਦੇ ਵਿੱਚ ਬੈਠਾ, ਮੈਨੂੰ ਲੱਗਿਆ ਕਿ ਉਹਦੀ ਜਿਹੜੀ ਸਮਾਈਲ ਹੈ ਨਾ, ਵਿਦਾਊਟ ਐਨੀ ਰੀਜ਼ਨ, ਉਹ ਮਜ਼ਾਕ ਉਡਾਉਣ ਵਾਲੀ ਹੈ, ਕਿਸੇ ਵੀ ਬਲੋਕ ਬਣ ਗਿਆ। ਉਹ ਜਦੋਂ ਸਿਲੈਕਸ਼ਨ 'ਚ ਆਈ, ਜਦੋਂ ਮੈਂ ਉਹਨੂੰ ਸਿਲੈਕਟ ਕਰਨ ਲੱਗਿਆ, ਮੇਰੇ ਉਹ ਗੱਲ ਯਾਦ ਆ ਗਈ, ਮੈਂ ਉਹਨੂੰ ਸਿਲੈਕਟ ਨਹੀਂ ਕਰ ਸਕਿਆ।
just for this. And after the interview, I told her, and you, it was your mistake at that time. And one of the other girl, ਉਸਨੂੰ ਮੈਂ ਕਿਹਾ, ਮੈਂ ਕਿਹਾ ਤੇਰੀ ਸਿਲੈਕਸ਼ਨ ਇਸ ਕਰਕੇ ਨਹੀਂ ਹੋਈ ਕਿ ਮੈਂ ਇੱਕ ਦਿਨ ਸੈਮੀਨਾਰ 'ਚ ਤੈਨੂੰ ਮੈਂ ਕਿਹਾ ਤੂੰ ਬੈਠੀ ਬਾਹਰ ਫੋਨ ਸੁਣ ਰਹੀ ਸੀ, ਤੁਹਾਡੇ ਲਈ ਸੈਮੀਨਾਰ ਕੀਤਾ ਅਤੇ ਉਸ ਤੋਂ ਬਾਅਦ ਤੂੰ ਫੋਨ ਸੁਣ ਕੇ ਵੀ ਨਹੀਂ ਆਈ, ਮੇਰੇ ਟੀਚਰ ਦੇ ਮਨ 'ਚ ਮੈਂ ਕਿਹਾ ਬਲੌਕ ਬਣ ਗਿਆ, ਮੈਂ ਨਹੀਂ ਇਹਨੂੰ ਕੱਟ ਸਕਿਆ, ਪਰ ਫੋਰ ਯੂ ਪੀਪਲ ਆਈ ਐਮ ਟੈਲਿੰਗ ਯੂ ਦਿਸ ਇਜ਼ ਦ ਫੈਕਟ ਵਿਚ ਆਈ ਐਮ ਕਨਫੈਸਿੰਗ ਹੇਅਰ, ਇਟ ਕੈਨ ਬੀ ਦੇਅਰ ਐਂਡ ਸਟਿਲ ਇਟ ਦੀਜ਼ ਆਰ ਦੇਅਰ. And you just think the human behavior, and just read the human behavior. Tusi eh na socho ke jo kise bacche nu tusi ignore karoge te bachcha thonu utho eh soch ke chalo ke always ohde mind ch rehndi hai gall. Kade vi zindagi ch kise da mazak na udao, kade vi zindagi de vich kise nu neeva dikhaun di koshish na karo, kade vi zindagi ch apnean nu uccha dikhaun di koshish na karo. Eh mi chote chote gallan naal zindagi bandi hai. ਔਰ ਇਹ ਜਿਹੜਾ ਹੈ ਉਹਦੇ 'ਚ ਦੇਖਿਆ ਜਾਂਦਾ. ਕਿੱਡੀ ਕਹਾਣੀ ਹੈ, ਔਰ ਅਸੀਂ ਇਸ ਕਹਾਣੀ ਬਾਰੇ ਕਦੇ ਸੋਚਦੇ ਨਹੀਂ. ਔਰ ਇਸੇ ਤਰੀਕੇ ਨਾਲ ਪੀ ਸੀ ਐੱਸ ਦਾ ਵੀ ਆਈਡੀਆ ਦੇ ਦਿੰਦੇ, ਆਲਮੋਸਟ ਸੇਮ ਹੈ. ਪੀ ਸੀ ਐੱਸ 'ਚ ਇੱਕ ਚੇਂਜ ਹੈ, ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੀ ਹੈ. ਪੰਜਾਬ ਸਿਵਲ ਸਰਵਿਸ ਤੁਹਾਡੀ ਏਜ ਲਿਮਿਟ ਜਿਹੜੀ ਆ ਉਹ 37 ਹੋ ਜਾਂਦੀ ਹੈ. ਜੇ ਤੁਸੀਂ ਡੀ ਐੱਸ ਪੀ ਬਣਨਾ ਤਾਂ 28 ਸਾਲ ਤੱਕ ਹੀ ਹੈ ਤੁਹਾਡੇ ਕੋਲ, ਪੇਪਰ ਉਵੇਂ ਨੇ. ਪੇਪਰ ਦੇ ਵਿੱਚ ਪ੍ਰੀ ਦੋ ਪੇਪਰ, ਜੀ ਕੇ ਐਂਡ ਸੀ ਸੈਟ, ਅਗੇਨ ਮੇਨ, ਅਗੇਨ ਇੰਟਰਵਿਊ, ਆਲਮੋਸਟ ਸਭ ਕੁਛ ਅੱਜ ਕੱਲ੍ਹ ਚੇਂਜ. ਇਹਦੇ 'ਚ ਜਦੋਂ ਤੁਸੀਂ ਪੀ ਸੀ ਐੱਸ ਚਾਹੁੰਦੇ ਹੋ ਤੁਹਾਨੂੰ ਪੰਜਾਬ ਨਾਲ ਰਿਲੇਟਡ ਔਰ ਪੰਜਾਬੀ ਨਾਲ ਰਿਲੇਟਡ ਇਹ ਜ਼ਰੂਰ ਲੈਂਗੁਏਜ ਦੇ ਨਾਲ, ਇਹ ਤਾਂ ਐਵੇਂ ਇੱਕ ਤੁਹਾਡੇ ਲਈ ਆਈਡੀਆ ਹੈ, ਪਰ ਡਰੀਮ ਤੁਸੀਂ ਆਪਣੇ ਆਪ ਲੈਣੇ ਨੇ. ਜਿਹੜੀ ਗੜਬੜ ਅਸੀਂ ਕੀਤੀ ਹੈ ਉਹ ਸ਼ਾਇਦ ਤੁਸੀਂ ਨਾ ਕਰੋ. ਅਸੀਂ ਮੀਨਸ ਸਾਡੀ ਜਨਰੇਸ਼ਨ ਨੇ ਪੰਜਾਬ ਨੂੰ ਅਸੀਂ ਬਹੁਤ ਪਾਸੇ ਬਹੁਤ ਪਿੱਛੇ ਲੈ ਗਏ. ਪੰਜਾਬ ਦਾ ਸਿਰਫ ਅਤੇ ਸਿਰਫ ਜੇ ਬਚਾ ਸਕਦਾ ਪੰਜਾਬ ਨੂੰ, ਔਰ ਮੈਂ ਇਹਨੂੰ ਸੈਂਟੀਫਿਕਲੀ ਲਿਖਿਆ ਵੀ ਹੈ, ਓਪਨਲੀ ਕਹਿ ਰਿਹਾ, ਮੀਡੀਆ 'ਚ ਕਹਿ ਰਿਹਾ, ਇਹ ਵੀ ਯੂਟਿਊਬ 'ਤੇ ਪੈ ਜਾਣੀ ਅੱਜ ਦੀ ਜਿਹੜੀ ਤੁਹਾਡੀ ਟੌਕ ਹੈ. ਇਹ ਮੈਂ ਕਹਿ ਰਿਹਾ ਕਿ ਪੰਜਾਬ ਨੂੰ ਬਚਾਉਣ ਦਾ ਇੱਕ ਇੱਕ ਢੰਗ ਹੈ ਸਾਡੇ ਕੋਲ. ਅਸੀਂ ਸਾਰੇ ਕੰਸਰਨਡ ਫੀਲ ਕਰਦੇ ਹਾਂ, ਉਹ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਸੁਪਨੇ ਸਿਰਜਣ ਦੀ ਜਾਂਚ ਦੇ ਦਈਏ. ਅਸੀਂ ਹੋਣਾ ਤਾਂ ਸਕੂਲ ਲੈਵਲ 'ਤੇ ਚਾਹੀਦਾ ਸੀ ਕਿ ਅਸੀਂ ਬਚਪਨ 'ਚ ਉਹਨਾਂ ਨੂੰ ਪੁੱਛਦੇ ਕਿ ਬੱਚੇ ਉਹਦੇ ਨਿਗਾਹ ਰੱਖਦੇ ਕਿ ਇਹਨੇ ਕੀ ਬਣਨਾ. ਕੈਨੇਡਾ ਦੀ ਮੈਨੂੰ ਦੂਰਦਰਸ਼ਨ ਤੋਂ ਇੱਕ ਮੇਰੀ ਟੌਕ ਚੱਲ ਰਹੀ ਸੀ, ਇੱਥੇ ਜਰਨੈਲ ਸਿੰਘ ਨਾਂ ਦੇ ਬੰਦੇ ਦਾ ਇੱਕ ਫੋਨ ਆਇਆ, ਕਹਿੰਦਾ ਜੀ ਮੇਰੀ ਪੋਤੀ 6 ਮਹੀਨੇ ਦੀ ਹੈ ਕੈਨੇਡਾ ਦੇ ਵਿੱਚ, ਮੇਰੀ ਨੂੰਹ ਉਹਨੂੰ ਇੱਕ ਕਿਤਾਬ ਪੜ੍ਹ ਕੇ ਸੁਣਾਉਂਦੀ ਹੈ ਅਤੇ ਉਦੋਂ ਬਾਅਦ ਜਦੋਂ ਖਤਮ ਹੋ ਜਾਂਦੀ ਦੂਜੀ ਸ਼ੁਰੂ ਕਰ ਲੈਂਦੀ. ਮੈਂ ਕਿਹਾ ਕਿਉਂ? ਕਹਿੰਦੇ ਸਾਨੂੰ ਦੱਸਿਆ ਮਨੋਵਿਗਿਆਨਿਕ ਨੇ ਕਿ ਜੇ ਅਸੀਂ ਇਸ ਨੂੰ ਪੜ੍ਹਨ ਲਿਖਣ ਵਾਲੇ ਪਾਸੇ ਪਾਉਣਾ ਤਾਂ ਸਾਨੂੰ ਇਹ ਕਿਤਾਬ ਇਹਨੂੰ ਆਦਤ ਪਾਉਣੀ ਚਾਹੀਦੀ. ਮੈਂ ਕਿਹਾ ਕੋਈ ਨਵੀਂ ਗੱਲ ਨਹੀਂ ਕਰ ਰਿਹਾ, ਇੰਡੀਆ ਨੇ ਤਾਂ ਇਹ ਤੋਂ ਪਹਿਲਾਂ ਕੀਤਾ ਹੋਇਆ. ਵੀ ਹੈਵ ਦੀ ਟਰੈਡੀਸ਼ਨ, ਵਿੱਚ ਟਰੈਡੀਸ਼ਨ, ਵੀ ਹੈਵ ਦਾ ਇਗਜ਼ਾਮਪਲਸ ਕਿ ਤੂੰ ਤਾਂ 6 ਮਹੀਨੇ ਦੀ ਬੱਚੀ ਦੀ ਗੱਲ ਕਰ ਰਿਹਾ. ਇੰਡੀਆ 'ਚ ਤਾਂ ਬੱਚੇ ਨੂੰ ਪੇਟ 'ਚ, ਮਾਂ ਦੇ ਪੇਟ ਦੇ ਵਿੱਚ ਵੀ ਬੱਚਾ ਪੜ੍ਹਦਾ. ਕਿਹੜੀ ਇਗਜ਼ਾਮਪਲ ਹੈ ਸਾਡੇ ਕੋਲ? ਅਭਿਮਨੂ ਦੀ ਇਗਜ਼ਾਮਪਲ ਹੈ, ਔਰ ਇਟਸ ਅ ਫੈਕਟ. ਅੰਮ੍ਰਿਤਾ ਪ੍ਰੀਤਮ ਦੀ ਆਟੋਬਾਇਓਗ੍ਰਾਫੀ ਹੈ ਰੈਵਨਿਊ ਸਟੈਂਪ, ਪੰਜਾਬੀ 'ਚ ਰਸਿੱਧੀ ਟਿਕਟ, ਉਹਦੇ 'ਚ ਇੱਕ ਐਪੀਸੋਡ ਆਉਂਦਾ ਹੈ. ਅੰਮ੍ਰਿਤਾ ਪ੍ਰੀਤਮ ਦਾ ਪਿਆਰ ਸੀ ਸਹਿਰ ਲੁਧਿਆਣਵੀ ਨਾਲ, ਮੈਰਿਜ ਉਹਦੀ ਹੋ ਗਈ ਅੰਮ੍ਰਿਤਾ ਸਿੰਘ ਨਾਲ, ਪ੍ਰੀਤਮ ਸਿੰਘ ਨਾਲ. ਤਾਂ ਇੱਕ ਥਾਂ 'ਤੇ ਆਉਂਦਾ ਕਿ ਮੇਰਾ ਬੇਟਾ ਉਹਦੇ ਬੱਚੇ ਨੂੰ, ਉਹਦੇ ਮੁੰਡਾ ਸੀ, ਉਹਦੀ ਸ਼ਕਲ ਜਿਹੜੀ ਹੈ ਉਹ ਸਹਿਰ ਲੁਧਿਆਣਵੀ ਨਾਲ ਮਿਲਦੀ ਸੀ. ਉਹਨੂੰ ਬੱਚੇ ਛੇੜਦੇ ਕਹਿੰਦੇ ਤੇਰਾ ਜਿਹੜਾ ਪਿਓ ਹੈ ਨਾ ਉਹ ਸਹਿਰ ਲੁਧਿਆਣਵੀ ਹੈ. ਉਹ ਇੱਕ ਦਿਨ ਆਪਦੀ ਮਾਂ ਨੂੰ ਪੁੱਛਦਾ ਆ ਕੇ, ਅੰਮ੍ਰਿਤਾ ਲਿਖਦੀ ਹੈ ਕਿ ਮੈਨੂੰ ਆ ਕੇ ਕਹਿੰਦਾ, ਮੰਮਾ ਜਸਟ ਟੈਲ ਮੀ ਹੂ ਇਜ਼ ਮਾਈ ਫਾਦਰ. ਉਹ ਕਹਿੰਦਾ ਜਦੋਂ ਮੈਂ ਸਮਝ ਗਈ, ਮੈਂ ਉਹਨੂੰ ਦੱਸਿਆ ਕਿ ਤੇਰਾ ਪਾਪਾ ਤਾਂ ਤੇਰੇ ਪ੍ਰੀਤਮ ਸਿੰਘ ਨੇ, ਪਰ ਜਦੋਂ ਤੂੰ ਮੇਰੇ ਪੇਟ 'ਚ ਜਾਂ ਕਨਸੈਪਸ਼ਨ ਦੇ ਟਾਈਮ ਮੈਂ ਕਿਤਾਬ ਪੜ੍ਹੀ ਸੀ ਕਿ ਜਿਸ ਬਾਰੇ ਤੁਸੀਂ ਸੋਚਦੇ ਹੋ ਉਸ ਤਰ੍ਹਾਂ ਦੀ ਸ਼ਕਲ ਜਿਹੜੀ ਹੈ ਉਹ ਬੱਚੇ ਦੀ ਪੈਦਾ ਹੁੰਦੀ. ਮੈਂ ਕੋਈ ਨਵੀਂ ਗੱਲ ਨਹੀਂ, ਜਨੈਲਸ ਨੂੰ ਕਿਆ ਕਰ ਰਹੇ,
ਅਸੀਂ ਨਹੀਂ ਕਰ ਰਹੇ, ਵੱਡੇ ਲੈਵਲ 'ਤੇ ਨਹੀਂ ਕਰ ਰਹੇ, ਪੰਜਾਬ ਦੇ ਲੈਵਲ 'ਤੇ ਪਿੰਡਾਂ 'ਚ ਸਰਕਾਰੀ ਸਕੂਲਾਂ 'ਚ ਸਾਡੇ ਟੀਚਰਸ ਨਹੀਂ ਕਰ ਰਹੇ, ਜ਼ਿਆਦਾ ਗਿਣਤੀ 'ਚ ਲਿਟਰੇਚਰ ਨਹੀਂ ਪੜ੍ਹਾ ਰਹੇ। ਮੈਂ ਤੁਹਾਨੂੰ ਦੋ ਤਿੰਨ ਜਿਹੜੇ ਟਿਪਸ ਇਹ ਦੇਣਾ ਚਾਹੁੰਦਾ, ਤੁਸੀਂ ਕਲਾਸ 'ਚ ਜੋ ਪੜ੍ਹਨਾ ਪੜ੍ਹੋ, ਟੀਚਰਸ ਨਾਲ ਡਿਸਕਸ ਕਰੋ, ਕਰਨਾ ਚਾਹੀਦਾ, ਲੇਕਿਨ ਘੱਟੋ ਘੱਟ ਆਈ ਸੁਜੈਸਟ ਵਨ ਬੁੱਕ ਪਰ ਮੰਥ ਖਰੀਦ ਕੇ ਪੜ੍ਹੋ, ਇਨ ਐਨੀ ਲੈਂਗੁਏਜ ਖਰੀਦ ਕੇ ਪੜ੍ਹੋ। ਨੰਬਰ ਦੋ, ਜਿਹੜਾ ਕੰਮ ਕਮਿਊਨੀਕੇਸ਼ਨ ਦੇ ਲੈਵਲ 'ਤੇ, ਇੰਪਰੂਵ ਯੋਰ ਲੈਂਗੁਏਜ ਐਵਰੀ ਡੇ। ਯੂ ਮਸਟ ਰੀਡ ਟੂ ਨਿਊਜ਼ ਪੇਪਰ, ਵਨ ਪੰਜਾਬੀ ਵਨ ਇੰਗਲਿਸ਼, ਐਟਲੀਸਟ ਟੂ, ਜ਼ਿਆਦਾ ਜਿੰਨੇ ਮਰਜ਼ੀ ਡਾਇਰੀ ਲਗਾ ਲਓ, ਉਹਦੇ ਵਿੱਚ ਲਿਖਣਾ ਸ਼ੁਰੂ ਕਰ ਦਿਓ, ਸ਼ਬਦ ਲਿਖਣੇ ਸ਼ੁਰੂ ਕਰ ਦਿਓ ਜਿਹੜੇ ਤੁਹਾਨੂੰ ਨਹੀਂ ਆਉਂਦੇ। ਨੰਬਰ ਤਿੰਨ, ਜਿਹੜਾ ਮੈਂ ਤੁਹਾਨੂੰ ਦੱਸਿਆ ਡਾਇਰੀ ਦਾ, ਡੇਢ ਮਿੰਟ ਵਾਲੀ ਡਾਇਰੀ, ਉਹਦੇ ਵਿੱਚ ਤੁਸੀਂ ਸਿੰਬਲ ਬਣਾ ਲਓ, ਬਣਾਓ ਆਪਣੀ ਮਰਜ਼ੀ ਦੇ ਲਿਖ ਲਓ ਨਾ, ਤੁਸੀਂ ਕਿਸੇ ਨੂੰ ਨਾ ਦੱਸੋ, ਤੁਹਾਨੂੰ ਪਤਾ ਹੋਵੇ ਵੀ ਸਿੰਬਲ ਮੈਂ ਜੋ ਵੀ ਲਿਖਿਆ ਤੁਸੀਂ ਉਹਦੀ ਇੰਟਰਪ੍ਰਿਟੇਸ਼ਨ ਕਰ ਸਕੋ, ਲੈਂਗੁਏਜ ਐਂ ਬਣਦੀ ਹੈ, ਕੋਈ ਨਹੀਂ ਪੜ੍ਹ ਸਕੋ ਉਹਨੂੰ, ਲੇਕਿਨ ਤੁਹਾਨੂੰ ਜ਼ਰੂਰ ਯਾਦ ਰਹਿਣਾ ਸਿੰਬਲ, ਇਹ ਖਿਆਲ ਰੱਖੋ ਤੁਸੀਂ ਵੀ ਨਾ ਭੁੱਲ ਜਾਓ। ਇੱਕ ਵਾਰੀ ਹੋਇਆ, ਇੱਕ ਸਵਾਮੀ ਜੀ, ਕੋਈ ਅੱਜ ਕੱਲ੍ਹ ਸਵਾਮੀ ਬਹੁਤ ਨੇ, ਸਵਾਮੀ ਕਿਸੇ ਦੇ ਘਰ ਚਲਿਆ ਗਿਆ, ਉਹ ਲੋਕ ਆਲੇ ਦੁਆਲੇ ਬੈਠੇ, ਅਤੇ ਉਸ ਘਰ ਦਾ ਜਿਹੜਾ ਹੋਸਟ ਦਾ ਬੱਚਾ ਆਇਆ, ਉਹਨੂੰ ਆ ਕੇ ਕਹਿੰਦਾ ਮੰਮਾ ਸੁਸੂ ਆਇਆ। ਸਵਾਮੀ ਕਹਿੰਦਾ ਦੇਖ ਇੰਨੇ ਬੰਦੇ ਬੈਠੇ ਨੇ, ਬੱਚੇ ਨੂੰ ਅਕਲ ਸਿਖਾ ਤੂੰ। ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਕੋਡ ਵਰਡ ਰੱਖ ਦੇ ਕੋਈ। ਉਹ ਕਹਿੰਦਾ ਜੀ ਉਹ ਵੀ ਤੁਸੀਂ ਰੱਖ ਦਿਓ, ਮੈਨੂੰ ਤਾਂ ਪਤਾ ਨਹੀਂ। ਉਹ ਕਹਿੰਦਾ ਬੱਚੇ ਜਦੋਂ ਵੀ ਤੈਨੂੰ ਸੁਸੂ ਆਵੇ ਤੂੰ ਕਹਿੰਦਾ ਕਰ ਮੈਨੂੰ ਗਾਣਾ ਆਇਆ, ਮੈਂ ਗਾਣਾ ਗਾਉਣਾ। ਬੱਚੇ ਨੇ ਆਪਦਾ, ਬੱਚਾ ਤਾਂ ਬੱਚਾ, ਮਹੀਨਾ ਦੋ ਮਹੀਨੇ ਨਿਕਲ ਗਏ, ਸਵਾਮੀ ਜੀ ਫਿਰ ਆਏ ਹੋਏ ਸੀ, ਗੁਆਂਢ 'ਚ ਜਗਰਾਤਾ ਸੀ, ਬੀਬੀ ਗਈ ਹੋਈ, ਬੱਚਾ ਸਵਾਮੀ ਕੋਲ, ਰਾਤ ਦੇ 11 ਕੁ ਵਜੇ ਬੱਚਾ ਉਹਨੂੰ ਆ ਕੇ ਕਹਿੰਦਾ ਮੈਂ ਤਾਂ ਗਾਣਾ ਗਾਉਣਾ। ਹੁਣ ਉਹ ਸਵਾਮੀ ਭੁੱਲ ਗਿਆ, ਉਹ ਕਹਿੰਦਾ ਯਾਰ ਸੌਂ ਜਾ ਸਵੇਰੇ ਗਾ ਲਈ। ਕਹਿੰਦਾ ਸਵੇਰ ਵੀ ਗਾਊਂ ਹੁਣ ਵੀ ਗਾਊਂ। ਹੁਣ ਸਵਾਮੀ ਨੂੰ ਕੋਈ ਯਾਦ ਹੋਵੇ ਤਾਂ ਗੱਲ ਹੈ, ਜਦੋਂ ਹਟੇ ਹੀ ਨਾ ਬੱਚਾ, ਸਵਾਮੀ ਨੂੰ ਕਹਿੰਦਾ ਯਾਰ ਜੇ ਨਹੀਂ ਹਟਦਾ ਤਾਂ ਕੰਨ 'ਚ ਗਾ ਲੈ। ਤੋ ਇਹ ਜਿਹੜਾ ਕੋਡਿੰਗ ਕਰ ਲਓ, ਕੋਡਿੰਗ ਤੁਹਾਡੇ ਕੋਲ ਹੋਵੇ, ਤੁਸੀਂ ਕੋਡਿੰਗ ਦੇ ਨਾਲ ਮਹੀਨੇ ਬਾਅਦ ਡਾਇਰੀ ਦਾ ਆਪਦਾ ਐਨਾਲਿਸਿਸ ਕਰ ਲਓ ਕਿ ਮੈਂ ਕਿੰਨੇ ਕਦਮ ਆਪਣਾ ਚੱਲਿਆ ਮੈਂ ਆਪਣੇ ਡ੍ਰੀਮ ਵੱਲ। ਤੁਸੀਂ ਇਹ ਹਿਸਾਬ ਮਾਰਚ ਤੋਂ ਸ਼ੁਰੂ ਕਰ ਲਓ। ਸੋਢੀ ਸਾਹਿਬ ਨੂੰ ਮੈਂ ਕਹੂੰ ਇੱਕ ਦਿਨ ਫਿਰ ਮਿਲਾਂਗੇ, ਦੋ ਚਾਰ ਮਹੀਨੇ ਬਾਅਦ ਤੁਹਾਡਾ ਅਸੀਂ ਉਹ ਦੇਖਾਂਗੇ, ਤੁਸੀਂ ਆਪਣੇ ਆਪ ਹੀ ਕਹੋਗੇ ਕਿ ਮੇਰੇ 'ਚ ਬਹੁਤ ਇੰਪਰੂਵਮੈਂਟ ਹੈ। ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ ਅੱਜ, ਕਿਉਂਕਿ ਸੀ ਕਿ ਇੱਕ ਕੰਸੈਪਟ ਜਿਹਾ ਤੁਹਾਨੂੰ ਦੇਣਾ ਸੀ, ਅਦਰਵਾਈਜ਼ ਇਕੱਲੇ ਇਕੱਲੇ ਡੀ 'ਤੇ ਇਕੱਲੇ ਇਕੱਲੇ 'ਤੇ ਗੱਲ ਹੋ ਸਕਦੀ ਹੈ, ਪਰ ਕਾਮਯਾਬ ਉਹੀ ਹੋਊਗਾ ਜਿਹੜਾ ਆਪਣਾ ਇੱਕ ਡ੍ਰੀਮ ਬਣਾ ਲੂਗਾ, ਔਰ ਜਿਹੜਾ ਡ੍ਰੀਮ ਬਣਾ ਕੇ ਉਸਨੂੰ ਡਿਜ਼ਾਇਰ ਬਣਾਊਗਾ, ਔਰ ਡਿਜ਼ਾਇਰ ਦੇ ਵਿੱਚ ਉਸ ਕਲਪਨਾ ਦੇ ਵਿੱਚ ਰੰਗ ਭਰਨ ਲਈ ਮਿਹਨਤ ਕਰੂਗਾ, ਉਹ ਕਾਮਯਾਬ ਹੋਊਗਾ। ਸੋਢੀ ਸਾਹਿਬ, ਤੁਹਾਡੇ ਇਸ ਡਿਪਾਰਟਮੈਂਟ ਦਾ, ਗੁਪਤਾ ਜੀ ਦਾ, ਡਾਕਟਰ ਮਹਿੰਦਰ ਸਿੰਘ, ਤੁਸੀਂ ਸਭ ਨੇ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਕੋਈ ਸਵਾਲ ਹੋਵੇ ਤਾਂ ਮੈਂ ਤੁਹਾਡਾ ਜਵਾਬ ਦੇਣ ਨੂੰ ਤਿਆਰ ਹਾਂ। ਥੈਂਕ ਯੂ ਸੋ ਮੱਚ।